जी का खालसा वाहिगुरू जी की फतेह। जिवें तुहानूं पता जी साडे शहीदां दे सरताज अज दे दिन धन धन श्री गुरु अर्जन देव जी जिहड़ा शहीदी दिहाड़ा है जी अज दे दिन चंदू ब्राह्मण ने जिहड़ा चुगली ला के ते उन्हूं शहीद कराउण दे विच बहुत अहम रोल निभाया सी जी। गुरु साहब जी नूं तत्ती तवी ते बिठाल के सीस विच तत्ता रेता पा के तसीए दे के शहीद किया गया सी, पर गुरु साहब जी बड़े शांत अडोल तत्ती तवी ते बैठे रहे। सो सारिआं नूं जी ठार गए अज दे दिन छबीलां भी लगदियां। सो पाकिस्तान दे विच भी जिथे जी कहिंदे चंदू दी हवेली आ जी जिथे धन धन गुरु अर्जन देव जी शहीद किया गया सी, अज पहली वार मुसलमान भाईचारे वल्लों जिहड़ी उत्थे छबील लाई गई आ गुरु साहब दी शहीदी दी यादगारी दे विच। सो ब्रेक तो बाद साडे नाल भाई सोहण सिंह जी खालसा धन धन गुरु अर्जन देव शहीदी दे बारे दे विच सांझ पाउणगे, आपां उहनां दे नाल फोन ते रूबरू होवांगे। सो सब तो पहलो मैं बेनती करदा जी मेरे छोटे वीर सुखवंत सिंह चंदी वास्ते जरूर दुआवां अरदासां करो। असीं पोस्ट भी पाई सी मेरे वीर पक्खों के ने उह स्ट्रगल कर रहे जी इस वेले हॉस्पिटल दे विच करोने दे नाल लड़ रहे ने, ते वाहिगुरू करे छेती तो छेती मेरा वीर तंदुरुस्त हो के परिवार दे विच आवे जी। बड़ा फिक्र आ सानू भी जी ते असीं भी बहुत मिस करदे हां उदण दा। PTN 24 चैनल नूं भी बहुत ज़्यादा जिहड़ा घाटा पिया, सारा ही जो ताणा वाणा जी जो प्रोग्राम है उहनां दे आले दुआले ही चलदा सी, सानू पता ही नहीं लग रहा भी की करना। कोशिश करदे हां जी उहनां दी गैर हाजिरी प्रोग्राम करन दा। सो जिहड़े स्रोते वीर साडे इस PTN 24 नूं प्रोग्राम नूं IPTV ते जां जिहनां कोल स्मार्टफोन ने ਉਹ ਤੁਸੀਂ ਐਪ 'ਤੇ ਵੀ ਡਾਊਨਲੋਡ ਕਰਕੇ ਦੇ ਸਕਦੇ ਹੋ, ਅਤੇ ਅਗਰ ਤੁਸੀਂ ਤੁਹਾਡੇ ਕੋਲ ਐਪ ਵੀ ਨਹੀਂ ਹੈਗਾ TV ਸਾਹਮਣੇ ਵੀ ਨਹੀਂ ਬੈਠੇ ਹੋ ਤਾਂ ਫਿਰ ਤੁਸੀਂ ਨੰਬਰ ਡਾਇਲ ਕਰਕੇ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਸੋ ਕੈਨੇਡਾ ਦਾ ਨੰਬਰ ਹੈ ਜੀ 905-670-1129 ਅਤੇ USA ਦਾ 641-793-6412 ਅਤੇ UK ਦਾ 44-330-606-9827। ਸੋ ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਤਾਂ ਸਾਹਮਣੇ ਜਿਹੜੇ ਸਕਰੀਨ 'ਤੇ ਨੰਬਰ ਆ 905-867-2770 ਜਾਂ 1-866-247-8624 'ਤੇ ਤੁਸੀਂ ਡਾਇਲ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਸਕਦੇ ਹੋ। ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਨੰਬਰ ਡਾਇਲ ਕਰਕੇ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ। ਸੋ ਸਾਡੇ ਨਾਲ ਇਸ ਵੇਲੇ ਮੇਰਾ ਛੋਟਾ ਵੀਰ ਅਰਸ਼ਦੀਪ ਮੋਹਾਲੀ ਤੋਂ ਜੁੜ ਚੁੱਕਾ ਜੀ, ਕਰਦੇ ਹਾਂ ਉਹਨਾਂ ਦਾ ਸਵਾਗਤ। ਤਾਂ ਤੁਹਾਡੇ ਰੂਬਰੂ ਅਸੀਂ ਖਬਰਾਂ ਲੈ ਕੇ ਪੇਸ਼ ਹੁੰਦੇ ਹਾਂ। ਅਰਸ਼ਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਮਾਮ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ। ਅਰਸ਼ੀ ਸਭ ਤੋਂ ਪਹਿਲਾਂ ਤਾਂ ਮੈਂ ਹੁਣ ਜਦੋਂ ਆਇਆ ਤਾਂ ਸਾਡੇ ਮੀਂਹ ਪੈ ਰਿਹਾ ਕਾਫੀ ਜੀ, ਜਦੋਂ ਡਰਾਈਵ ਕਰਕੇ ਆ ਰਿਹਾ ਤਾਂ ਮੈਂ ਖਬਰ ਸੁਣਦਾ ਸੀ ਆਉਂਦਾ ਵੀ ਬੜੀ ਵਧੀਆ ਖੁਸ਼ਖਬਰੀ ਆ ਜੀ, ਮੌਨਸੂਨ ਆ ਗਿਆ ਜੀ ਦਿੱਲੀ ਦੇ ਵਿੱਚ, ਹਿਮਾਚਲ ਦੇ ਵਿੱਚ, ਪੰਜਾਬ ਦਾ ਵੀ ਕੁਛ ਖੇਤਰ ਜਿੱਥੇ ਕਹਿੰਦੇ ਭਾਰੀ ਮੀਂਹ ਪੈਣ ਦੀ ਸੰਭਾਵਨਾ। ਕਿਹੋ ਜਿਹਾ ਮੌਸਮ ਆ, ਕਹਿੰਦੇ ਗਰਮੀ ਨੂੰ ਸ਼ਾਇਦ ਰਾਹਤ ਮਿਲੂਗੀ। ਦੇਖੋ ਜੀ ਗਰਮੀ ਤੋਂ ਰਾਹਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਤੇ ਮਿਲੀ ਹੋਈ ਹੈ, ਕਿਉਂਕਿ ਮੌਨਸੂਨ ਜਿਹੜੀ ਹੈ ਇਸ ਵਾਰ 15 ਦਿਨ ਪਹਿਲਾਂ ਹੀ ਆਪਣੇ ਰੰਗ ਜਿਹੜੇ ਉਹ ਦਿਖਾ ਰਹੀ ਹੈ। ਪੰਜਾਬ ਦੇ ਵਿੱਚ ਵੀ ਪਿਛਲੇ 3-4 ਦਿਨ ਤੋਂ ਬਾਰਿਸ਼ ਵਾਲਾ ਮੌਸਮ ਹੈ, ਜ਼ਿਆਦਾਤਰ ਥਾਵਾਂ ਤੇ ਰੋਜ਼ਾਨਾ ਵਾਂਗੂ ਬਾਰਿਸ਼ ਵੀ ਜਿਹੜੀ ਉਹ ਪੈ ਰਹੀ ਹੈਗੀ, ਤੇ ਅੱਜ ਤੇ ਭਲਕੇ ਵੀ ਜਿਹੜੀ ਉਹ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਬੱਦਲਬਾਈ ਜਿਹੜੀ ਉਹ ਬਣੀ ਹੋਈ ਹੈ, ਕਿਉਂਕਿ ਨਾਲੋ ਨਾਲ ਝੋਨੇ ਦਾ ਸੀਜ਼ਨ ਹੈ ਕਿ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਚੱਲ ਰਿਹਾ, ਤੇ ਇਸ ਕਰਕੇ ਕਿਸਾਨਾਂ ਦੇ ਲਈ ਵੀ ਇਹ ਜਿਹੜਾ ਮੀਂਹ ਹੈਗਾ ਇਹ ਵਰਦਾਨ ਹੀ ਹੈ, ਕਿਉਂਕਿ ਜਦੋਂ ਮੌਸਮ ਸਿੱਲਾ ਰਹਿੰਦਾ ਗਾ ਬੱਦਲਬਾਈ ਵਾਲਾ ਰਹਿੰਦਾ ਗਾ ਤਾਂ ਪਾਣੀ ਦੀ ਜਿਹੜੀ ਉਹ ਘੱਟ ਜ਼ਰੂਰਤ ਪੈਂਦੀ ਹੈ, ਨਾਲੋ ਨਾਲ ਬਰਸਾਤ ਵੀ ਹੋ ਜੇ ਜੇ ਮੀਂਹ ਆ ਜੇ ਤਾਂ ਉਹਦੇ ਨਾਲ ਵੀ ਫਾਇਦਾ ਜਿਹੜਾ ਉਹ ਲਾਜ਼ਮੀ ਤੌਰ ਤੇ ਕਿਸਾਨਾਂ ਨੂੰ ਮਿਲਦਾ ਗਾ। ਇਸ ਕਰਕੇ ਜਿੱਥੇ ਲੋਕਾਂ ਦੇ ਲਈ ਗਰਮੀ ਤੋਂ ਰਾਹਤ ਆ ਗਏ ਮੌਸਮ, ਉੱਥੇ ਨਾਲੋ ਨਾਲ ਜਿਹੜਾ ਹੈ ਕਿਸਾਨਾਂ ਦੇ ਲਈ ਵੀ ਬੇਹੱਦ ਅਹਿਮ ਹੈ, ਕਿਉਂਕਿ 10 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਇਆ ਗਾ, ਤੇ ਉਹਦੇ ਬਾਅਦ ਕਿਸਾਨਾਂ ਦੇ ਲਈ ਵੀ ਵੱਡੀ ਰਾਹਤ ਹੈ, ਤੇ ਉਹਨਾਂ ਮਜ਼ਦੂਰਾਂ ਦੇ ਲਈ ਵੀ ਰਾਹਤ ਆ ਜਿਹੜਾ ਕਿ ਝੋਨਾ ਲਾਉਣ ਦਾ ਕੰਮ ਕਰਦੇ ਨੇ, ਕਿਉਂਕਿ ਤਪਦੀ ਗਰਮੀ ਦੇ ਲਈ ਉਹਨਾਂ ਦੇ ਲਈ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਗਾ, ਜੇ ਮੌਸਮ ਖੁਸ਼ਗਵਾਰ ਰਹੇ ਥੋੜਾ ਠੰਡਾ ਰਹੇ ਤਾਂ ਉਹਨਾਂ ਨੂੰ ਵੀ ਰਾਹਤ ਮਿਲਦੀ ਹੈ, ਤੇ ਇਸ ਕਰਕੇ ਕੁਦਰਤ ਜਿਹੜੀ ਹੈ ਆਪਣੇ ਰੰਗ ਦਿਖਾ ਰਹੀ ਹੈ ਇਸ ਸਮੇਂ, ਤੇ ਮੌਸਮ ਜਿਹੜਾ ਹੈ ਉਹ ਠੰਡਾ ਬਣਿਆ ਹੋਇਆ ਗਾ, ਤੇ ਬਰਸਾਤ ਵੀ ਜਿਹੜੀ ਉਹ ਲਗਾਤਾਰ ਹੋ ਰਹੀ ਹੈ, 2 ਦਿਨ ਹੋਰ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਸੰਭਾਵਨਾ ਹੈ। ਬਿਲਕੁਲ ਜੀ ਅਰਸ਼ਦੀਪ ਜੀ, ਅਸੀਂ ਵੀ ਕਹਿੰਦੇ ਹਾਂ ਵੀ ਜਿਹੜਾ ਕਿਸਾਨਾਂ ਦਾ ਝੋਨਾ ਲਾਉਣਾ ਜ਼ਰੂਰ ਮੌਨਸੂਨ ਦਾ ਕੰਟੀਨਿਊ ਚੱਲਦੀ ਰਹੇ, ਤਾਂ ਕਿ ਜਿਹੜਾ ਅਸੀਂ ਧਰਤੀ ਵਿੱਚੋਂ ਵੀ ਪਾਣੀ ਬੇਤਹਾਸ਼ਾ ਕੱਢਦੇ ਹਾਂ ਉਹਦੀ ਬਰਬਾਦੀ ਵੀ ਰੁਕ ਜੂਗੀ,
ਤੇ ਪਲੱਸ ਜਿਹੜਾ ਆ ਗਰਮੀ ਤੋਂ ਵੀ ਲੋਕਾਂ ਨੂੰ ਰਾਹਤ ਮਿਲੂਗੀ। ਪਰ ਸਰਕਾਰਾਂ ਨੂੰ ਤੇ ਸਾਨੂੰ ਲੋਕਾਂ ਨੂੰ ਸੋਸਾਇਟੀਆਂ ਨੂੰ ਰਲ ਕੇ ਪਾਣੀ ਨੂੰ ਬਚਾਉਣ ਵਾਸਤੇ, ਧਰਤੀ ਨੂੰ ਬਚਾਉਣ ਵਾਸਤੇ ਸਾਨੂੰ ਆਪ ਖੁਦ ਵੀ ਉਪਰਾਲੇ ਕਰਨੇ ਪੈਣੇ ਆ। ਵੱਧ ਤੋਂ ਵੱਧ ਦਰਖਤ ਲਾਉਣੇ ਪੈਣੇ ਆ ਤੇ ਜਿਹੜੇ ਪਿੰਡਾਂ ਦੇ ਵਿੱਚ ਟੋਭੇ ਛੱਪੜ ਢਾਬਾਂ ਹੁੰਦੀਆਂ ਸੀ ਉਹ ਦੁਬਾਰੇ ਸਰਕਾਰਾਂ ਨੂੰ ਬਣਾਉਣੀਆਂ ਪੈਣੀਆਂ, ਕਿ ਜਿਹੜੀਆਂ ਸ਼ਾਮ ਲਾਟਾਂ ਆ ਉਹ ਜਿਹਨਾਂ ਦੀ ਸਰਕਾਰਾਂ ਦਰਬਾਰ 'ਚ ਅਪਰੋਚ ਹੈ ਉਹ ਸ਼ਾਮ ਲਾਟਾਂ ਛੱਪੜ ਹੁੰਦੇ ਸੀ ਉਹ ਪੂਰ ਕੇ ਉੱਥੇ ਮਕਾਨ ਬਣ ਗਏ। ਸੋ ਇਸ ਕਰਕੇ ਜਦੋਂ ਮੌਨਸੂਨ ਆਉਂਦੀ ਆ ਮੀਂਹ ਪੈਂਦਾ ਆ ਧਰਤੀ ਅਸੀਂ ਜਦੋਂ ਕੱਦ ਕਰਦੇ ਹਾਂ ਕੱਦੂ ਕਰਦੇ ਹਾਂ ਅਤੇ ਉਹਨੂੰ ਪੱਥਰ ਕਰ ਦਈਦਾ ਅਤੇ ਪਾਣੀ ਜਿਹੜਾ ਧਰਤੀ 'ਚ ਨਹੀਂ ਜੀਰਦਾ ਅਤੇ ਪਾਣੀ ਗਾਂਹ ਤੁਰ ਜਾਂਦਾ ਤਾਂ ਹੀ ਫਿਰ ਜਿਹੜੇ ਹੜ੍ਹ ਵਾੜਾਂ ਆਉਂਦੀਆਂ। ਸੋ ਸਾਨੂੰ ਇਹ ਚਾਹੇ ਬੋਰ ਕਰਕੇ ਇਹ ਤਕਨੀਕਾਂ ਹਰ ਕਿਸਾਨ ਨੂੰ ਆਪਣੇ ਖੇਤਾਂ ਦੇ ਵਿੱਚ ਪਾਣੀ ਥੱਲੇ ਸੁੱਟਣਾ ਪੈਣਾ। ਜੇ ਅਗਰ ਇਹ ਮੀਨ ਮੌਨਸੂਨ ਦਾ ਪਾਣੀ ਧਰਤੀ 'ਚ ਜਾਣ ਲੱਗ ਪਵੇ ਤਾਂ ਗਰੰਟੀ ਆ ਜੀ ਪਾਣੀ ਸਾਡਾ ਫਿਰ 5-10 ਸਾਲਾਂ ਦੇ ਵਿੱਚ ਪਾਣੀ ਫਿਰ ਉਸੇ ਸਤਹ 'ਤੇ ਆ ਸਕਦਾ ਜਿਵੇਂ ਪਹਿਲਾਂ ਸੀਗਾ, ਕਿਉਂਕਿ ਪਾਣੀ ਜੀਰਦਾ ਨਹੀਂ ਹੈਗਾ, ਪਾਣੀ ਥੱਲੇ ਨਹੀਂ ਜਾਂਦਾ ਹੈਗਾ। ਛੱਪੜ ਜਿਹੜੀਆਂ ਢਾਬਾਂ ਸਾਰੀਆਂ ਅਸੀਂ ਉੱਥੇ ਅਸੀਂ ਪੂਰ ਕੇ ਜਾਂ ਮਕਾਨ ਬਣਾ ਲਏ ਅਤੇ ਜਾਂ ਅਸੀਂ ਉੱਥੇ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦਰੱਖਤਾਂ ਦਾ ਵੀ ਅਸੀਂ ਇੰਨਾ ਜ਼ਿਆਦਾ ਘਾਣ ਕੀਤਾ ਵੱਢ ਦਿੱਤੇ ਆ। ਜਿਹੜੇ ਰੂੜਾਂ ਦੇ ਆਲੇ ਦੁਆਲੇ ਵੀ ਸੀ, ਜਿਹੜੇ ਸਾਡੇ ਤੌੜ ਹੁੰਦੇ ਸੀ, ਸਾਡੀਆਂ ਜਿਹੜੀਆਂ ਵੱਟਾਂ ਹੁੰਦੀਆਂ ਸੀ ਉਹਨਾਂ 'ਤੇ ਵੀ ਦਰੱਖਤ ਹੁੰਦੇ ਸੀ। ਸੋ ਅਸੀਂ ਆਪ ਖੁਦ ਨੁਕਸਾਨ ਜਿਹੜਾ ਕੀਤਾ ਤਾਂ ਸਰਕਾਰਾਂ ਵੀ ਇੱਧਰੋਂ ਵਿਸਲੀਆਂ ਆ। ਸਰਕਾਰਾਂ ਦਾ ਜਿਹੜੇ ਜੰਗਲ ਹੈਗੇ ਉਹਨਾਂ ਨੂੰ ਵੀ ਵੱਢਣ 'ਤੇ ਤੁਲੀ ਹੋਈ ਆ, ਜਿਵੇਂ ਪਿੱਛੇ ਘਟਨਾ ਵਾਪਰੀ ਸੀ ਫਰੀਦਕੋਟ ਦੇ ਵਿੱਚ। ਸੋ ਅਰਸ਼ ਜੀ ਆਪਾਂ ਚੱਲੀਏ ਕਰੀਏ ਸ਼ੁਰੂਆਤ ਜੀ ਖਬਰ ਦੀ, ਜਿਹੜੀ ਕਾਫੀ ਚਰਚਾ ਦੇ ਵਿੱਚ ਹੈ ਜੀ, ਪੰਜਾਬ ਅੰਦਰ ਅਕਾਲੀ ਬਸਪਾ ਗੱਠਜੋੜ ਚਰਚਾ ਵਿੱਚ। ਦੇਖੋ ਜੀ, ਪੰਜਾਬ ਦੇ ਵਿੱਚ ਇਸ ਵਾਰ ਸਿਆਸੀ ਹਾਲਾਤ ਜਿਹੜੇ ਉਹ ਕਾਫੀ ਜ਼ਿਆਦਾ ਬਦਲੇ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਭਾਜਪਾ ਦੇ ਨਾਲ ਟੁੱਟਿਆ। ਬੇਸ਼ੱਕ ਬਹੁਤ ਦੇਰੀ ਨਾਲ ਲਿਆ ਹੋਇਆ ਫੈਸਲਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ, ਕਿਉਂਕਿ ਪਹਿਲਾਂ ਉਹਨਾਂ ਵੱਲੋਂ 3 ਖੇਤੀ ਕਾਨੂੰਨਾਂ ਦੀ ਵਕਾਲਤ ਵੀ ਕੀਤੀ ਗਈ, ਉਹਨਾਂ ਨੂੰ ਸਹੀ ਵੀ ਦੱਸਿਆ ਗਿਆ ਤੇ ਉਹਦਾ ਸਮਰਥਨ ਵੀ ਕੀਤਾ ਗਿਆ। ਪਰ ਬਾਅਦ ਦੇ ਵਿੱਚ ਕੈਬਨਿਟ ਚੋਂ ਵਜ਼ੀਰੀ ਦਿੱਤੀ, ਗੱਠਜੋੜ ਤੋੜਿਆ। ਤਾਂ 1997 ਚ ਹੋਇਆ ਹੋਇਆ ਇਹ ਗੱਠਜੋੜ ਜਿਹੜਾ ਉਹ ਲੰਬਾ ਸਮਾਂ ਚੱਲਿਆ ਤੇ ਆਖਿਰਕਾਰ ਟੁੱਟਿਆ, ਤੇ ਸੰਭਾਵਨਾਵਾਂ ਸੀਗੀਆਂ, ਕਿਉਂਕਿ ਆਪਾਂ ਪਹਿਲਾਂ ਵੀ ਰੇਡੀਓ ਤੇ 2-3 ਮਹੀਨੇ ਪਹਿਲਾਂ ਗੱਲਬਾਤ ਕੀਤੀ ਸੀ ਕਿ ਸੁਖਬੀਰ ਬਾਦਲ ਦੀ ਮੀਟਿੰਗ ਜਿਹੜੀ ਹੈ ਜੀ ਉਹ ਬਸਪਾ ਸੁਪਰੀਮੋ ਮਾਇਆਵਤੀ ਦੇ ਨਾਲ ਹੋਈ ਹੈ ਤੇ ਪੂਰੀ ਸੰਭਾਵਨਾ ਕਿ ਇਹ ਗੱਠਜੋੜ ਜਿਹੜਾ ਉਹ ਨੇਪਰੇ ਚੜੇਗਾ ਚੜੇਗਾ। ਤਾਂ ਆਖਿਰਕਾਰ ਜਿਹੜਾ ਐਲਾਨ ਹੋਇਆ ਕਿ 20 ਸੀਟਾਂ ਦੇ ਉੱਪਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਚੋਣ ਲੜੂਗੀ ਤੇ ਬਾਕੀ 97 ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਚੋਣ ਲੜੂਗਾ, ਕਿਉਂਕਿ ਸਿਆਸੀ ਮਜਬੂਰੀਆਂ ਦੇ ਵਿੱਚੋਂ ਇਹ ਗੱਠਜੋੜ ਨਿਕਲਦੇ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜਬੂਰੀ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਇਸ ਵਾਰ ਪੰਜਾਬ ਦੇ ਵਿੱਚ ਦਲਿਤ ਰਾਜਨੀਤੀ ਦਾ ਪੱਤਾ ਖੇਡਿਆ ਜਾ ਰਿਹਾ, ਇਸ ਭਾਈਚਾਰੇ ਦੀ ਵੋਟ 33-34% ਹੈ, ਇਸ ਕਰਕੇ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਇਸ ਮੁੱਦੇ ਤੇ ਕੇਂਦਰਿਤ ਨੇ, ਕਿਉਂਕਿ ਭਾਜਪਾ ਵੱਲੋਂ ਜਿਹੜਾ ਮੁੱਖ ਮੰਤਰੀ ਕੈਂਡੀਡੇਟ ਆ ਉਹ ਇਸ ਭਾਈਚਾਰੇ ਚੋਂ ਦੇਣ ਦੀ ਗੱਲਬਾਤ ਕੀਤੀ ਗਈ ਹੈ। ਜਦੋਂ ਇਸ ਭਾਈਚਾਰੇ ਚੋਂ ਦੇਣ ਦੀ ਗੱਲਬਾਤ ਕੀਤੀ ਗਈ ਹੈ ਤਾਂ ਲਾਜ਼ਮੀ ਤੌਰ ਤੇ ਸਿਆਸੀ ਹਲਚਲ ਜਿਹੜੀ ਉਹ ਹੋਣੀ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੇ ਆਪਾਂ ਬਸਪਾ ਦੀ ਗੱਲ ਕਰੀਏ ਤੇ ਸਮਝੌਤਾ ਪਹਿਲਾਂ ਵੀ ਰਿਹਾ ਜੀ। 1996 ਦੇ ਵਿੱਚ ਇਸ ਸਮਝੌਤੇ ਦੇ ਚੰਗੇ ਨਤੀਜੇ ਵੀ ਜਿਹੜੇ ਉਹ ਦੇਖਣ ਨੂੰ ਮਿਲੇ, ਜਦੋਂ ਕਿ 3 ਲੋਕ ਸਭਾ ਮੈਂਬਰ ਬਸਪਾ ਦੇ ਵੀ ਬਣੇ, ਜਿਸ ਚੋਂ ਕਾਸ਼ੀ ਰਾਮ ਦਾ ਨਾਮ ਜਿਹੜਾ ਉਹ ਸਭ ਤੋਂ ਅਹਿਮ ਸੀ ਜਿਨ੍ਹਾਂ ਨੇ ਬਸਪਾ ਬਣਾਈ ਤੇ ਉੱਤਰ ਪ੍ਰਦੇਸ਼ ਦੇ ਵਿੱਚ ਉਹ ਸਿਆਸਤ 'ਚ ਕਾਮਯਾਬ ਹੋਏ। ਪਰ ਉਹਦੇ ਬਾਅਦ ਜਦੋਂ ਵਾਜਪਾਈ ਸਰਕਾਰ ਨੂੰ ਅਨਕੰਡੀਸ਼ਨਲ ਸਪੋਰਟ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਗੱਠਜੋੜ ਜਿਹੜਾ ਬਸਪਾ ਨਾਲੋਂ ਤੋੜ ਕੇ ਉਹ ਭਾਜਪਾ ਦੇ ਨਾਲ ਕੀਤਾ। ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਇਤਿਹਾਸਕ ਗਲਤੀ ਸੀ, ਕਿਉਂਕਿ ਉਹ ਗੱਠਜੋੜ ਨਹੀਂ ਟੁੱਟਣਾ ਚਾਹੀਦਾ ਸੀ। ਗੁਰਚਰਨ ਸਿੰਘ ਟੌੜੇ ਵਰਗੀ ਜਿਹੜੀ ਲੀਡਰਸ਼ਿਪ ਸੀਗੀ ਉਸ ਸਮੇਂ ਅਕਾਲੀ ਦਲ ਦੀ, ਤਾਂ ਉਹਨਾਂ ਨੇ ਵਿਰੋਧ ਵੀ ਕੀਤਾ ਸੀ ਕਿ ਸਾਨੂੰ ਇਹ ਗੱਠਜੋੜ ਨਹੀਂ ਤੋੜਨਾ ਚਾਹੀਦਾ। ਤਾਂ ਉਹਦੇ ਬਾਅਦ ਭਾਜਪਾ ਦੇ ਨਾਲ ਲੰਮਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦਾ ਚੱਲਿਆ ਹੈਗਾ। ਤਾਂ ਹੁਣ ਜਦੋਂ ਭਾਜਪਾ ਦੇ ਨਾਲ ਰਸਤੇ ਅਲੱਗ ਹੋਏ ਨੇ ਕਿਸਾਨੀ ਅੰਦੋਲਨ ਦੇ ਦਬਾਅ ਦੇ ਚੱਲਦਿਆਂ, ਕਿਉਂਕਿ ਕਿਸਾਨਾਂ ਵੱਲੋਂ ਬਾਦਲ ਪਰਿਵਾਰ ਦੇ ਘਰ ਦੇ ਬਾਹਰ ਇੱਕ ਵੱਡਾ ਧਰਨਾ ਲਾਇਆ ਗਿਆ ਜੀ, ਤੇ ਜਿਸ ਤਰ੍ਹਾਂ ਦਾ ਘਿਰਾਓ ਅਕਾਲੀ ਦਲ ਦੀ ਲੀਡਰਸ਼ਿਪ ਦਾ ਹੋਣ ਲੱਗਿਆ ਤਾਂ ਉਹ ਬੈਕਫੁੱਟ ਤੇ ਆਏ ਤੇ ਉਹਨਾਂ ਨੇ ਫੈਸਲਾ ਲਿਆ। ਤਾਂ ਉਹਦੇ ਬਾਅਦ ਲਗਾਤਾਰ ਨਜ਼ਰ ਸੀ ਕਿ ਬਸਪਾ ਦੀ ਜਿਹੜੀ ਰਾਜਨੀਤੀ ਹੈ, ਖਾਸ ਕਰਕੇ ਮਾਇਆਵਤੀ ਜਿਹੜੀ ਕਿ ਸੁਪਰੀਮੋ ਬਸਪਾ ਦੀ, ਤਾਂ ਉਹ ਗੰਭੀਰ ਭ੍ਰਿਸ਼ਟਾਚਾਰ ਦੇ ਕੇਸਾਂ ਦੇ ਵਿੱਚ ਵੀ ਘਿਰੀ ਹੋਈ ਹੈਗੀ ਤੇ ਨਾਲੋ ਨਾਲ ਇਹ ਸੰਭਾਵਨਾ ਸੀ ਕਿ ਕੇਂਦਰ ਸਰਕਾਰ ਉਹਨਾਂ ਦੀ ਬਾਂਹ ਮਰੋੜ ਸਕਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਨੇ ਤੇ ਇਸ ਕਰਕੇ ਉਹ ਚੁੱਪ ਤੇ ਸ਼ਾਂਤੀ ਦਿਖਾਈ ਦਿੰਦੇ ਨੇ। ਉਸ ਤਰ੍ਹਾਂ ਦੇ ਸ਼ਬਦੀ ਹਮਲੇ ਜਾਂ ਉਸ ਤਰ੍ਹਾਂ ਦੇ ਇਸ ਭਾਈਚਾਰੇ ਦੇ ਮਸਲੇ ਉਹ ਨਹੀਂ ਚੁੱਕਦੇ ਜਿਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਉਹ ਦਾਅਵਾ ਕਰਦੇ ਨੇ। ਤਾਂ ਇਹ ਚਰਚਾ ਸੀ, ਸੰਭਾਵਨਾ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਇਹ ਗੱਠਜੋੜ ਨਾ ਹੋ ਪਾਵੇ ਜੇ ਉੱਪਰੋਂ ਪ੍ਰੈਸ਼ਰ ਪੈਂਦਾ ਗਾ, ਪਰ ਇਹ ਗੱਠਜੋੜ ਹੋ ਗਿਆ ਗਾ। ਤਾਂ ਗੱਠਜੋੜ ਹੋਣ ਤੋਂ ਬਾਅਦ ਹਾਲੇ ਆਪਾਂ ਕੁੱਝ ਨਹੀਂ ਕਹਿ ਸਕਦੇ ਕਿ ਇਹ ਚੋਣਾਂ ਤੱਕ ਰਹੇਗਾ,
ਚੋਣਾਂ ਇਕੱਠੀਆਂ ਲੜੀਆਂ ਜਾਣਗੀਆਂ ਜਾਂ ਇਹ ਸੰਭਾਵਨਾ ਕਿ ਜੇ ਕੇਂਦਰ ਸਰਕਾਰ ਵੱਲੋਂ ਪ੍ਰੈਸ਼ਰ ਪਾਇਆ ਤਾਂ ਮਾਇਆਵਤੀ ਬੈਕਫੁੱਟ ਤੇ ਵੀ ਜਾ ਸਕਦੀ ਹੈ, ਕਿਉਂਕਿ ਹਰਿਆਣਾ ਦੇ ਵਿੱਚ ਇਹ ਸਭ ਕੁਝ ਹੋਇਆਗਾ ਕਿ ਐਨਐਲਓ ਦੇ ਨਾਲ ਵੀ ਉਹਨਾਂ ਨੇ ਗੱਠਜੋੜ ਕਰਨ ਦੀ ਗੱਲ ਕੀਤੀ ਸੀ ਇੱਕ ਵਾਰੀ ਜੀ, ਤਾਂ ਬਿਲਕੁਲ ਚੋਣਾਂ ਦੇ ਨੇੜੇ ਆ ਕੇ ਗੱਠਜੋੜ ਉਹਨਾਂ ਨੇ ਤੋੜਤਾ ਸੀ। ਉਸੇ ਤਰ੍ਹਾਂ ਜੇਜੇਪੀ ਦੇ ਮਾਮਲੇ ਦੇ ਵਿੱਚ ਵੀ ਉਹ ਹੋਇਆ ਤਾਂ ਗੱਠਜੋੜ ਉਹਨਾਂ ਨੇ ਆਖਿਰਕਾਰ ਆ ਕੇ ਤੋੜਤਾ ਸੀ। ਇਸ ਕਰਕੇ ਪੰਜਾਬ ਦੇ ਵਿੱਚ ਜੇ ਬਸਪਾ ਦੇ ਆਧਾਰ ਦੀ ਗੱਲ ਕਰੀਏ ਆਪਾਂ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਸਪਾ ਨੂੰ 1.5% ਵੋਟ ਜਿਹੜੀ ਉਹ ਮਿਲੀ ਸੀ, ਪਰ ਲੋਕ ਸਭਾ ਚੋਣਾਂ ਮੌਕੇ 3.5% ਵੋਟ ਮਿਲੀ ਤੇ ਜਦੋਂ ਜਿੱਤਣ ਦੀ ਸੰਭਾਵਨਾ ਨਹੀਂ ਹੁੰਦੀ ਕੈਂਡੀਡੇਟਾਂ ਦੀ, ਖਾਸ ਕਰਕੇ ਜਲੰਧਰ ਦੇ ਵਿੱਚੋਂ ਚੰਗੀ ਵੋਟ ਜਿਹੜੀ ਉਹ ਬਸਪਾ ਨੂੰ ਮਿਲੀ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹ ਤੋਂ ਤਾਂ ਕੋਈ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ 6% ਵੋਟ ਜਿਹੜੀ ਉਹ ਬਸਪਾ ਦੀ ਬਣਦੀ ਹੈਗੀ ਜੋਸ਼ ਦੇ ਨਾਲ ਉਹਨਾਂ ਦੇ ਵਰਕਰ ਦੇ ਲੱਗਣ, ਕਿਉਂਕਿ ਜਦੋਂ ਜਿੱਤਣ ਦੀ ਸੰਭਾਵਨਾ ਹੁੰਦੀ ਹੈ ਤਾਂ ਹਰ ਵਰਕਰ ਜਿਹੜਾ ਆਉਂਦਾ ਹੈਗਾ, ਕਿਉਂਕਿ ਦੁਆਬੇ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਬਸ ਜਿਹੜਾ ਭਾਈਚਾਰਾ ਹੈਗਾ ਜਦੋਂ ਉਹਨੂੰ ਬਸਪਾ ਦੇ ਜਿੱਤਣ ਦੀ ਉਮੀਦ ਨਹੀਂ ਹੁੰਦੀ ਤਾਂ ਉਹਨਾਂ ਦਾ ਝੁਕਾਅ ਜਿਹੜਾ ਉਹ ਕਾਂਗਰਸ ਵੱਲ ਰਹਿੰਦਾ ਹੈਗਾ, ਤਾਂ ਕਾਂਗਰਸ ਦੀ ਦੁਆਬਾ ਚ ਪਕੜਤੀ। ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਟਾ ਦਾਲ ਸਕੀਮ ਲੈ ਕੇ ਆਈ ਤਾਂ ਉਸ ਆਟਾ ਦਾਲ ਸਕੀਮ ਦੇ ਚੰਗੇ ਨਤੀਜੇ ਦੁਆਬਾ ਦੇ ਵਿੱਚ ਉਹਨਾਂ ਨੂੰ ਦੇਖਣ ਨੂੰ ਮਿਲੇ ਕਿ ਉਹਨਾਂ ਨਤੀਜਿਆਂ ਦੀ ਬਦੌਲਤ ਉੱਥੋਂ ਅਕਾਲੀ ਭਾਜਪਾ ਨੇ ਕਲੀਨ ਸਵੀਪ ਕੀਤਾ, ਦੂਜੀ ਸਰਕਾਰ ਜਿਹੜੀ ਉਹ ਦੁਆਬੇ ਦੇ ਸਿਰ ਤੇ ਬਣੀ। ਤਾਂ ਇਸ ਵਾਰ ਵੀ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਐਸੇ ਮਸਲੇ ਨੇ ਜਿਹਦੇ ਕਰਕੇ ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਜਿਹਦੇ ਚ ਸਭ ਤੋਂ ਅਹਿਮ ਮਸਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦਾ ਹੈਗਾ। ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਦੋਸ਼ੀ ਨੇ, ਪਰ ਉਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਤੇ ਇਸ ਕਰਕੇ ਕੁਐਸਚਨ ਤੇ ਗੁੱਸਾ ਜਿਹੜਾ ਲੋਕਾਂ ਦਾ ਉਹ ਬਰਕਰਾਰ ਹੈਗਾ। ਨਾਲੋਂ ਨਾਲ ਜਿਹੜੇ ਬਾਕੀ ਮਸਲੇ ਮਸਾਇਲ ਨੇ ਕਿ ਪੰਜਾਬ ਦੇ ਵਿੱਚ ਕਰਜ਼ਾ ਜਿਹੜਾ ਹੈ ਉਹਦੇ ਲਈ ਰਵਾਇਤੀ ਪਾਰਟੀਆਂ ਜ਼ਿੰਮੇਵਾਰ ਨੇ, ਕਿਉਂਕਿ ਦੋਵਾਂ ਦੀ ਸਰਕਾਰ ਰਹੀ ਹੈ ਜਿਹਦੇ 'ਚ ਜ਼ਿਆਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈਗੀ। ਇਸ ਕਰਕੇ ਤਮਾਮ ਸਵਾਲ ਨੇ ਤੇ ਜੋ ਇਸ ਸਮੇਂ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ, ਤਾਂ ਕਿਸਾਨੀ ਅੰਦੋਲਨ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੈਰ ਛਿੜਕੇ ਉਸ ਤਰ੍ਹਾਂ ਦਾ ਰਿਸਪੋਂਸ ਉਹਨਾਂ ਨੂੰ ਨਹੀਂ ਮਿਲਿਆ। ਬੇਸ਼ੱਕ ਉਹਨਾਂ ਨੇ ਅਸਤੀਫਾ ਦਿੱਤਾ, ਗੱਠਜੋੜ ਤੋੜਿਆ, ਪਰ ਉਹ ਬਹੁਤ ਦੇਰੀ ਦੇ ਨਾਲ ਲਏ ਹੋਏ ਫੈਸਲੇ ਸੀ, ਤਾਂ ਦੇਰੀ ਦੇ ਨਾਲ ਲਏ ਹੋਏ ਫੈਸਲਾ ਕਰਕੇ ਉਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਉਹਦਾ ਜ਼ਮੀਨੀ ਪੱਧਰ ਤੇ ਨਹੀਂ ਗਿਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ ਗੱਠਜੋੜ ਕਰਨ ਦਾ ਰਾਹ ਜਿਹੜਾ ਉਹ ਆਖਿਰਕਾਰ ਚੁਣਿਆ ਗਾ, ਜਿਹਦੇ 'ਚ 20 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ, ਜਿਹਦੇ 'ਚੋਂ ਜ਼ਿਆਦਾਤਰ ਸੀਟਾਂ ਉਹ ਨੇ ਜਿਹਨਾਂ ਤੇ ਭਾਜਪਾ ਲੜਦੀ ਹੁੰਦੀ ਸੀ, ਜਿਹਨਾਂ ਤੇ ਭਾਜਪਾ ਜਿਹੜੀ ਨੁਮਾਇੰਦਗੀ ਰਹੀ ਹੈ, ਤੇ ਇਸ ਕਰਕੇ ਉਹ ਸੀਟਾਂ ਜਿਹੜੀਆਂ ਨੇ ਉਹ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਨੇ। ਤਾਂ ਹੁਣ ਕੁਝ ਲੋਕ ਕਹਿ ਰਹੇ ਕਿ ਇਹ 20 ਸੀਟਾਂ ਜ਼ਿਆਦਾ ਦਿੱਤੀਆਂ ਗਈਆਂ, ਪਰ ਇਹ 20 ਸੀਟਾਂ ਦੇਣੀਆਂ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਜ਼ਿਆਦਾ ਸੀਟਾਂ ਬਸਪਾ ਨੂੰ ਨਹੀਂ ਦੇਵਾਂਗੇ ਤਾਂ ਇਹ ਗੱਠਜੋੜ ਚੋਣਾਂ ਤੋਂ ਪਹਿਲਾਂ ਵੀ ਟੁੱਟ ਸਕਦਾ ਹੈ। ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਗੱਠਜੋੜ ਹੋਣ ਤੋਂ ਬਾਅਦ ਕਿ ਅਸੀਂ ਇਕੱਲੀਆਂ ਵਿਧਾਨ ਸਭਾ ਚੋਣਾਂ ਨਹੀਂ, ਇਹਦੇ ਬਾਅਦ ਵੀ ਇਕੱਠੀਆਂ ਚੋਣਾਂ ਲੜਾਂਗੇ, ਪਰ ਜੇ ਇਹ ਗੱਠਜੋੜ ਵਿਧਾਨ ਸਭਾ ਚੋਣਾਂ 'ਚ ਨਾ ਜਿੱਤ ਸਕਿਆ ਤਾਂ ਇਹਦਾ ਟੁੱਟਣਾ ਤੈਅ ਹੈ, ਉਹਦੇ ਬਾਅਦ ਇਹ 'ਚ ਕੋਈ ਦੋ ਰਾਏ ਜਿਹੜੀ ਉਹ ਨਹੀਂ ਹੈਗੀ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸਿਆਸੀ ਚਾਲ ਚੱਲੀ ਹੈਗੀ ਆਪਣੀ ਜ਼ਮੀਨ ਮਜ਼ਬੂਤ ਕਰਨ ਦੇ ਲਈ, ਤੇ ਇਹਦਾ ਫਾਇਦਾ ਕਿੰਨਾ ਕੁ ਹੁੰਦਾ ਇਹ ਬਾਅਦ ਦੀ ਗੱਲ ਹੈ, ਪਰ ਬਹੁਜਨ ਸਮਾਜ ਪਾਰਟੀ ਨੂੰ ਫਾਇਦਾ ਇਹਦਾ ਲਾਜ਼ਮੀ ਤੌਰ ਤੇ ਹੋਏਗਾ, ਕਿਉਂਕਿ ਉਹਨਾਂ ਦਾ ਵਰਕਰ ਜਿਹੜਾ ਨਾਰਾਜ਼ ਸੀਗਾ ਉਹ ਵੀ ਘਰ 'ਚੋਂ ਉੱਠੂਗਾ ਜੋਸ਼ ਦੇ ਨਾਲ। ਤੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੂੰ ਇਹਦਾ ਫਾਇਦਾ ਲਾਜ਼ਮੀ ਤੌਰ ਤੇ ਹੋਣਾ ਹੀ ਹੋਣਾ ਹੈ। ਗੱਠਜੋੜ ਨੂੰ ਹੁੰਦਾ ਕਿ ਨਹੀਂ ਇਹ ਬਾਅਦ ਦੀ ਗੱਲ ਹੈ ਹਲੇ ਫਿਲਹਾਲ। ਨਾਲੋਂ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਅਗਲੀ ਕੋਸ਼ਿਸ਼ ਹੈ ਕਿ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਕਿ ਖੱਬੇ ਪੱਖੀ ਧਿਰਾਂ ਦੇ ਨਾਲ ਵੀ ਸਮਝੌਤਾ ਕੀਤਾ ਜਾਵੇ, ਜਿਹਦੇ 'ਚ CPI ਹੈ, CPI ML ਹੈ, ਤਾਂ ਦੋ ਪਾਰਟੀਆਂ ਪੰਜਾਬ ਦੇ ਵਿੱਚ ਹੈਗੀਆਂ, ਕਿ ਉਹਨਾਂ ਦੇ ਨਾਲ ਵੀ ਗੱਠਜੋੜ ਦੀ ਸੰਭਾਵਨਾ ਜਿਹੜੀ ਉਹ ਬਣਾਈ ਜਾਵੇ, ਕਿਉਂਕਿ 97 ਸੀਟਾਂ ਫਿਲਹਾਲ ਹੈਗੀਆਂ ਨੇ ਤਾਂ 3 ਸੀਟਾਂ ਬਚਦੀਆਂ ਨੇ ਭਾਜਪਾ ਦੇ ਕੋਟੇ ਦੇ ਵਿੱਚ ਜਿੰਨੀਆਂ ਤੇ ਅਕਾਲੀ ਦਲ ਪਹਿਲਾਂ ਲੜਦਾ ਸੀ। ਜੇ 2 ਸੀਟਾਂ ਦੀ ਹੋਰ ਵੀ ਕੁਰਬਾਨੀ ਦੇਣੀ ਪਵੇ ਤਾਂ ਉਹਨਾਂ ਨੂੰ ਪਤਾ ਕਿ ਬੇਸ਼ੱਕ ਖੱਬੇ ਪੱਖੀ ਧਿਰਾਂ ਦਾ ਵੋਟ ਬੈਂਕ ਪੰਜਾਬ 'ਚ ਕੋਈ ਬਹੁਤਾ ਨਹੀਂ ਹੈਗਾ, ਪਰ ਫਿਰ ਵੀ ਮਾਲਵੇ ਦੀਆਂ ਕੁਝ ਐਸੀਆਂ ਸੀਟਾਂ ਹੈਗੀਆਂ ਨੇ ਜਿੱਥੇ ਕਿ ਖੱਬੇ ਪੱਖੀ ਧਿਰਾਂ ਪ੍ਰਭਾਵ ਰੱਖਦੀਆਂ ਨੇ, ਆਪਣਾ ਉਹਨਾਂ ਦਾ ਵੋਟ ਬੈਂਕ ਹੈਗਾ ਗਾ। ਬੇਸ਼ੱਕ ਇਸ ਸਮਝੌਤੇ ਦੀ ਸੰਭਾਵਨਾ ਜਿਹੜੀ ਉਹ ਘੱਟ ਹੈ, ਕਿਉਂਕਿ ਖੱਬੇ ਪੱਖੀ ਧਿਰਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਆਈਡੋਲੋਜੀ ਬਿਲਕੁਲ ਅਲੱਗ ਹੈਗੀ, ਅਲੱਗ ਥਲੱਗ ਹੈਗੀ, ਪਰ ਮਜਬੂਰੀ ਦੋਵਾਂ ਦੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜਬੂਰੀ ਵੀ ਹੈ ਜਿੱਤਣ ਦੇ ਲਈ, ਤੇ ਖੱਬੇ ਪੱਖੀ ਧਿਰਾਂ ਦੀ ਮਜਬੂਰੀ ਵੀ ਹੈ ਕਿ ਜੇਕਰ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਣੇ 1-2 ਬੈਸਟ ਵਿਅਕਤੀ ਲੈ ਕੇ ਜਾਣੇ ਨੇ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਗੱਠਜੋੜ ਦਾ ਰਾਹ ਜਿਹੜਾ ਹੈ ਉਹ ਚੁਣਨਾ ਪੈਣਾ ਗਾ, ਕਿਉਂਕਿ ਉਹਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਵੀ ਮਹਾਂਗੱਠਜੋੜ ਦਾ ਹਿੱਸਾ ਉਹ ਬਣੇ, ਪਰ ਜ਼ਿਆਦਾ ਕੁਝ ਪੱਲੇ ਨਹੀਂ ਪਿਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੇਸ਼ੱਕ ਗ੍ਰਾਫ ਉਸ ਹਿਸਾਬ ਦੇ ਨਾਲ ਉੱਪਰ ਨਹੀਂ ਗਿਆ ਜਿੰਨੀ ਉਹਨਾਂ ਨੂੰ ਸੰਭਾਵਨਾ ਸੀਗੀ, ਪਰ ਇਹਦੇ ਬਾਵਜੂਦ ਵੀ ਹੁਣ ਖੱਬੇ ਪੱਖੀ ਧਿਰਾਂ ਦੇ ਨਾਲ ਦੀ ਗੱਲਬਾਤ ਕਰਨ ਦਾ ਰਸਤਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੁਣਿਆ ਜਾਣਾ ਗਾ, 3 ਸੀਟਾਂ ਜਾਂ 5 ਸੀਟਾਂ ਉਹਨਾਂ ਨੂੰ ਦਿੱਤੇ ਜਾਣ ਦੀ ਸੰਭਾਵਨਾ ਗੀ। ਬੇਸ਼ੱਕ ਇਹ ਗੱਠਜੋੜ ਹੋਣ ਦੀ ਸੰਭਾਵਨਾ ਤਾਂ ਘੱਟ ਹੈ, ਪਰ ਕੋਸ਼ਿਸ਼ ਜਿਹੜੀ ਹੈ ਉਹ ਲਾਜ਼ਮੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਕਿ ਜਿਹੜੀ 1-1 2-2%
ਤਾਂ ਸ਼ਾਇਦ ਰਾਹ ਜਿਹੜਾ ਉਹ ਸੁਖਾਲਾ ਹੋ ਸਕਦਾ ਹੈਗਾ। ਤੇ ਇਸ ਲਈ ਰਾਹ ਸੁਖਾਲਾ ਕਰਨ ਦੇ ਲਈ 2022 ਦੇ ਵਿੱਚ ਸੱਤਾ ਦੀ ਕੁਰਸੀ ਦੇ ਲਈ ਗੱਠਜੋੜ ਦੀ ਕਵਾਇਤ ਜਿਹੜੀ ਉਹ ਪੰਜਾਬ 'ਚ ਸ਼ੁਰੂ ਹੋਈ ਹੈ, ਜਿਹਦੇ 'ਚ ਸਭ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਕੀਤਾ ਗਿਆ, ਇਹਦੇ ਬਾਅਦ ਖੱਬੇ ਪੱਖੀ ਧਿਰਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਨਾਲ ਗੱਠਜੋੜ ਜਿਹੜਾ ਉਹ ਕੀਤਾ ਜਾਵੇ। ਪਰ ਜੇ ਆਪਾਂ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਤਾਂ ਗਰਾਊਂਡ ਰਿਐਲਿਟੀ ਦੇ ਉੱਪਰ ਜਿਹੜੇ ਹਾਲਾਤ ਨੇ ਇਸ ਸਮੇਂ ਉਹ ਖਿਚੜੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਕੋਈ ਵੀ ਧਿਰ ਦਾਅਵੇ ਨਾਲ ਨਹੀਂ ਕਹਿ ਸਕਦੀ ਕਿ ਅਸੀਂ ਸਰਕਾਰ ਬਣਾ ਲਾਂਗੇ, ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਲੋਕਾਂ ਦਾ ਮੋਹ ਭੰਗ ਹੋਇਆਗਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਉਹਨਾਂ ਪਾਰਟੀਆਂ ਤੋਂ ਜਿਹੜੇ ਲੋਕ ਨੇ ਪੰਜਾਬ ਦੇ ਉਹ ਨਿਰਾਸ਼ ਨੇ ਤੇ ਉਹ ਬਦਲ ਦੀ ਤਲਾਸ਼ ਕਰ ਰਹੇ ਨੇ, ਪਰ ਬਦਲ ਉਹਨਾਂ ਨੂੰ ਨਹੀਂ ਮਿਲ ਰਿਹਾ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਲੋਕ ਨਿਰਾਸ਼ ਨੇ ਤਾਂ ਕੋਈ ਵੀ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਸਾਨੂੰ ਜਿਹੜਾ ਹੈ ਫਾਇਦਾ ਮਿਲੂਗਾ। ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਖੱਬੇ ਪੱਖੀ ਧਿਰਾਂ ਵੱਲ ਜਾਣ ਦਾ ਕਾਰਨ ਇਹ ਹੈ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਐਸੀਆਂ ਹੈਗੀਆਂ ਨੇ ਜਿਹੜੀਆਂ ਸਿੱਧੇ ਰੂਪ 'ਚ ਇਹਨਾਂ ਧਿਰਾਂ ਦੇ ਨਾਲ ਜੁੜੀਆਂ ਹੋਈਆਂ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਕੋਸ਼ਿਸ਼ ਕਰੂਗਾ ਕਿ ਜੇ CPI CPI ML ਦੇ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਕਿਸਾਨੀ ਅੰਦੋਲਨ ਦੇ ਵਿੱਚੋਂ ਸ਼ਾਇਦ ਉਹਨਾਂ ਦੇ ਵਿਰੁੱਧ ਜਿਹੜੀ ਆਵਾਜ਼ ਉੱਠ ਰਹੀ ਹੈ ਉਹ ਥੋੜ੍ਹੀ ਬਹੁਤੀ ਢਿੱਲੀ ਹੋ ਜਾਏ ਤੇ ਉਹ ਸ਼ਬਦੀ ਹਮਲੇ ਜਿਹੜੇ ਉਹ ਕਿਸੇ ਪਾਸੇ ਹੋਰ ਡਿਵਰਟ ਹੋ ਜਾਣ। ਇਸ ਕਰਕੇ 86-65 ਬਣਾਉਣ ਦੇ ਲਈ 2022 ਦੇ ਲਈ ਇਹ ਚਾਲਾਂ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ ਨੇ, ਜਿਹਦੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਗਈ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਸਮਝੌਤਾ ਹੋ ਗਿਆ, ਪਰ ਇਹ ਚੋਣਾਂ ਤੱਕ ਰਹਿੰਦਾ ਕਿ ਨਹੀਂ ਰਹਿੰਦਾ ਇਹ ਭਾਜਪਾ ਦੀ ਹਾਈਕਮਾਂਡ ਤੇ ਕਾਫੀ ਕੁਝ ਡਿਪੈਂਡ ਕਰੂਗਾ, ਕੇਂਦਰ ਸਰਕਾਰ ਤੇ, ਕਿਉਂਕਿ ਜੇ ਤਾਂ ਉਹਨਾਂ ਨੇ ਉੱਪਰਲਿਆਂ ਦੀ ਬਾਂਹ ਮਰੋੜ ਲਈ ਤਾਂ ਇਹ ਗੱਠਜੋੜ ਟੁੱਟ ਫੁੱਟ ਵੀ ਸਕਦਾ, ਜਿਹਦੀ ਸੰਭਾਵਨਾ ਘੱਟ ਹੈ। ਤੇ ਇਸ ਕਰਕੇ ਚਾਲ ਚੱਲੀ ਗਈ ਹੈ, 86 ਸਮੀਕਰਨ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਕਿੰਨਾ ਕੁ ਕਾਰਗਰ ਸਿੱਧ ਹੁੰਦਾ ਉਹ ਵੱਖਰੀ ਗੱਲ ਹੈ। ਪਰ ਇੱਕ ਵਾਰੀ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸਮਾਜ ਦੇ ਵਿੱਚ ਕਿ ਗੱਠਜੋੜ ਹੋਣ ਤੋਂ ਬਾਅਦ ਜਿਸ ਹਿਸਾਬ ਦੇ ਨਾਲ ਢੋਲ ਤੇ ਭੰਗੜੇ ਪਾਏ ਗਏ, ਜਿਸ ਹਿਸਾਬ ਦੇ ਨਾਲ ਲੱਡੂ ਵੰਡੇ ਗਏ, ਤਾਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਗੱਠਜੋੜ ਹੋਣ ਦੇ ਨਾਲ ਸੱਤਾ ਜਿਹੜੀ ਉਹ ਪੱਕੀ ਹੈ 2022 ਦੇ ਵਿੱਚ। ਇਸ ਤਰ੍ਹਾਂ ਦਾ ਮੈਸੇਜ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਕਿ ਇਹ ਗੱਠਜੋੜ ਬਹੁਤ ਅਹਿਮ ਸੀ, ਇਹਦੇ ਨਾਲ ਸੱਤਾ ਦੀ ਕੁਰਸੀ ਮਿਲਣੀ ਜਿਹੜੀ ਇਸ ਗੱਠਜੋੜ ਨੂੰ ਲਾਜ਼ਮੀ ਹੈ ਤਾਂ ਜਿੱਤਣਾ ਲਾਜ਼ਮੀ ਹੈ, ਤਾਂ ਉਹ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਰ ਲੋਕਾਂ ਦੇ ਮਸਲੇ ਜਿਹੜੇ ਨੇ ਜਾਂ ਪੰਥਕ ਮਸਲੇ ਜਿਹੜੇ ਨੇ ਜਦੋਂ ਉਹ ਉਜਾਗਰ ਹੋਣਗੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ, ਤਾਂ ਸਮੀਕਰਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਬਦਲਣੇ ਨੇ ਤੇ ਰਾਹ ਹਾਲੇ ਵੀ ਜਿਹੜਾ ਹੈ ਸੁਖਾਲਾ ਨਹੀਂ ਹੈਗਾ। ਪੰਜਾਬ ਦੇ ਲੋਕ ਜਿਹੜੇ ਨੇ ਉਹ ਨਿਰਾਸ਼ ਨੇ ਸਾਰੀਆਂ ਹੀ ਪਾਰਟੀਆਂ ਤੋਂ, ਇਸ ਕਰਕੇ ਉਹ ਬਦਲ ਦੀ ਤਲਾਸ਼ ਕਰ ਰਹੇ ਨੇ ਤੇ ਉਹ ਬਦਲ ਬਣਦਾ ਕਿ ਨਹੀਂ ਬਣਦਾ ਇਹ ਵੀ ਦੇਖਣਾ ਹੋਊਗਾ, ਕਿਉਂਕਿ ਭਾਜਪਾ ਵੱਲੋਂ ਵੀ ਦਲਿਤ ਰਾਜਨੀਤੀ ਕੀਤੀ ਜਾਣੀ ਹੈਗੀ ਜਿਹਦੀ ਸ਼ੁਰੂਆਤ ਉਹਨਾਂ ਨੇ ਕਰਨੀ ਆਉਣ ਵਾਲੇ ਸਮੇਂ 'ਚ। ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਜੇ ਉਹ ਚੀਫ ਮਿਨਿਸਟਰ ਬਣਾਉਣ ਦੀ ਗੱਲ ਕਰ ਰਹੇ ਆ ਤਾਂ ਲਾਜ਼ਮੀ ਤੌਰ ਤੇ ਉਹ ਇਸ ਮਾਮਲੇ ਦੇ ਵਿੱਚ ਪੱਤਾ ਖੇਡਣ ਦੀ ਕੋਸ਼ਿਸ਼ ਕਰਨਗੇ। ਤੇ ਇਸ ਕਰਕੇ ਪੰਜਾਬ ਦੇ ਵਿੱਚ ਇਸ ਵਾਰ ਪੰਜਾਬ ਦੇ ਮੁੱਦੇ ਰੋਲਣ ਦੀ ਸੰਭਾਵਨਾ ਗੀ ਕਿ ਜਾਤੀ ਪ੍ਰਤੀ ਜਿਹੜੀ ਰਾਜਨੀਤੀ ਹੈ ਉਹਦੀ ਤਸਵੀਰ ਪੰਜਾਬ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਕੰਸੈਪਟ ਪਹਿਲਾਂ ਹਮੇਸ਼ਾ ਫੇਲ ਹੁੰਦਾ ਰਿਹਾ ਹੈਗਾ। ਪਰ ਇਸ ਵਾਰ ਦੁਬਾਰਾ ਤੋਂ ਇਹ ਕੋਸ਼ਿਸ਼ ਜਿਹੜੀ ਉਹ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਮੁੱਦੇ ਦਬਾ ਕੇ ਪੰਜਾਬ ਦੇ ਮਸਲੇ ਦਬਾ ਕੇ, ਬੇਸ਼ੱਕ ਉਹ ਨੌਜਵਾਨੀ ਦੇ ਨਾਲ ਜੁੜੇ ਹੋਏ ਮਸਲੇ ਨੇ ਜਿਹਦੇ 'ਚ ਬੇਰੁਜ਼ਗਾਰੀ ਤੇ ਨਸ਼ਿਆਂ ਦਾ ਮੁੱਦਾ ਗਾ, ਬੇਸ਼ੱਕ ਉਹ ਪੰਜਾਬ ਦੇ ਅਰਥਚਾਰੇ ਨਾਲ ਜੁੜੇ ਹੋਏ ਮਸਲੇ ਨੇ ਜਿਹੜੇ ਕਿ ਹਰ ਵਰਗ ਦੇ ਨਾਲ ਜੁੜੇ ਨੇ। ਤੇ ਇਸ ਕਰਕੇ ਉਹਨਾਂ ਹਾਲਾਤਾਂ 'ਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਿਵਰਟ ਕਰਕੇ ਜਾਤੀ ਦੇ ਆਧਾਰ ਤੇ ਚੋਣ ਕੀਤੀ ਜਾਵੇ ਪੰਜਾਬ ਦੇ ਵਿੱਚ, ਉਹ ਮੁੱਦੇ ਸਰਗਰਮ ਕੀਤੇ ਜਾ ਰਹੇ ਨੇ ਪਰ ਸੰਭਾਵਨਾ ਘੱਟ ਹੈ, ਕਿਉਂਕਿ ਕਿਸਾਨੀ ਅੰਦੋਲਨ ਦੇ ਚੱਲਦਿਆਂ ਵੀ ਨੌਜਵਾਨ ਜਾਗਰੂਕ ਨੇ, ਨੰਬਰ 2 ਤੇ ਬੇਰੁਜ਼ਗਾਰੀ ਦਾ ਆਲਮ ਜਦੋਂ ਹੈਗਾ ਤਾਂ ਨੌਜਵਾਨ ਪੋਲੀਟੀਕਲ ਤੌਰ ਤੇ ਅਵੇਅਰ ਨੇ। ਇਸ ਕਰਕੇ ਲੋਕ ਲੱਗਦਾ ਕਿ ਇਸ ਵਾਰ ਪਾਰਟੀਆਂ ਨੂੰ ਮੁੱਦਿਆਂ ਤੇ ਲੈ ਕੇ ਆਉਣਗੇ, ਸਿੱਧੇ ਸਵਾਲ ਜਿਹੜੇ ਆ ਉਮੀਦਵਾਰਾਂ ਨੂੰ ਲਾਜ਼ਮੀ ਤੌਰ ਤੇ ਕਰਨਗੇ। ਅਰਸ਼ਦੀਪ, ਜਦੋਂ ਪਹਿਲਾਂ ਇਹਨਾਂ ਨੇ ਭਾਜਪਾ ਦੀ ਮਦਦ ਕੀਤੀ ਸੀ ਬਿਨਾਂ ਸ਼ਰਤ, ਉਦੋਂ ਇਹਨਾਂ ਕੋਲ ਮੌਕਾ ਸੀਗਾ ਪੰਜਾਬ ਦੀਆਂ ਕੁਛ ਮੰਗਾਂ ਮਨਵਾ ਸਕਦੇ ਸੀ, ਸ਼ਰਤਾਂ ਦੇ ਤਹਿਤ ਜਿਹੜੀ ਹਮਾਇਤ ਕਰਨੀ ਚਾਹੀਦੀ ਸੀ ਬਾਦਲ ਨੂੰ, ਚਾਹੇ ਇਹਨਾਂ ਦੇ MP ਜਿੱਤ ਕੇ ਜਾਂਦੇ ਰਹੇ ਆ ਅਕਾਲੀ ਦਲ ਦੇ, ਚਾਹੇ ਕਾਂਗਰਸ ਦੇ ਕਿਸੇ ਵੀ ਪਾਰਟੀ ਦੇ, ਕਦੇ ਵੀ ਪਾਰਲੀਮੈਂਟ ਦੇ ਜਾ ਕੇ ਰਾਜ ਸਭਾ ਵਿੱਚ ਜਾ ਕੇ ਕਦੇ ਵੀ ਪੰਜਾਬ ਦੇ ਮੁੱਦਿਆਂ 'ਤੇ ਸਿਰਤਾ ਨਾਲ ਕਿਸੇ ਨੇ ਵੀ ਆਵਾਜ਼ ਨਹੀਂ ਉਠਾਈ, ਪੰਜਾਬੀਆਂ ਦੀ ਬਾਂਹ ਨਹੀਂ ਫੜੀ। ਸੋ ਇਸੇ ਤਰ੍ਹਾਂ ਹੀ ਅੱਖਾਂ ਮੀਟ ਕੇ ਬਿਨਾਂ ਸ਼ਰਤਾਂ ਤੋਂ ਭਾਜਪਾ ਦੀ ਹਮਾਇਤ ਕਰਦੇ ਰਹੇ ਤਾਂ ਅੱਜ ਤੁਹਾਨੂੰ ਪਤਾ ਇਹਨਾਂ ਦੇ ਹਾਲਾਤ ਕੀ ਬਣੇ ਆ। ਸੋ ਇਸ ਕਰਕੇ ਪੰਜਾਬ ਨੇ ਚਾਹੇ ਇਕੱਠ ਹੋਏ ਹਮੇਸ਼ਾ ਕੁਛ ਪ੍ਰਾਪਤ ਨਹੀਂ ਕੀਤਾ, ਗਵਾਇਆ ਹੀ ਗਵਾਇਆ, ਲੋਕਾਂ ਨੂੰ ਪਾੜੋ ਅਤੇ ਰਾਜ ਕਰੋ ਦੀ ਨੀਤੀ ਹਮੇਸ਼ਾ ਰਹੀ ਹੈ। ਜਿੰਨਾ ਸੁਖਬੀਰ ਬਾਦਲ ਨੇ ਜਦੋਂ ਦਾ ਮੂਹਰੇ ਕਮਾਂਡ ਸੰਭਾਲੀ ਆ ਨੁਕਸਾਨ ਕੀਤਾ ਪੰਜਾਬੀਆਂ ਦਾ ਅਤੇ ਖਾਸ ਕਰਕੇ ਪੰਥਕ ਧਿਰਾਂ ਦਾ, ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿੰਨੀਆਂ ਹੋਈਆਂ ਇਹਦੇ ਰਾਜ ਦੇ ਵਿੱਚ, ਕਿਸੇ ਇੱਕ ਬੰਦੇ ਨੂੰ ਫੜ ਕੇ ਸਜ਼ਾ ਨਹੀਂ ਦਿੱਤੀ ਗਈ, ਉਲਟਾ ਜਿਹੜੇ ਸ਼ਾਂਤੀਪੂਰਵਕ ਸੰਗਤ ਬੈਠੀ ਸੀ ਉਹਨਾਂ 'ਤੇ ਗੋਲੀ ਚਲਾ ਕੇ 2 ਨੌਜਵਾਨਾਂ ਨੂੰ, 2 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਸੋ ਜਿਹੜਾ ਤੁਸੀਂ ਕਹਿੰਦੇ ਹੋ, ਮੈਨੂੰ ਤਾਂ ਇਵੇਂ ਲੱਗਦਾ ਜਿਵੇਂ ਤੁਸੀਂ ਕਿਹਾ ਖਿਚੜੀ ਬਣਦੀ ਲੱਗਦੀ ਆ,
ਮੈਨੂੰ ਲੱਗਦਾ ਇਹਦੇ ਵਿੱਚ ਕਿਤੇ ਖਿਚੜੀ ਦੇ ਵਿੱਚ ਭਾਜਪਾ ਫੇਰ ਦੁਬਾਰੇ ਫਾਇਦਾ ਨਾ ਲੈ ਜਾਵੇ ਜਦੋਂ ਉਹਨਾਂ ਨੇ ਵੀ ਜਦੋਂ ਦਲਿਤ ਪੱਤਾ ਖੇਡਣਾ ਆ। ਤੁਸੀਂ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ ਜੀ, ਬੇਸ਼ੱਕ ਭਾਜਪਾ ਕੋਸ਼ਿਸ਼ ਕਰੇਗੀ ਕਿ ਦਲਿਤ ਵੋਟ ਬੈਂਕ ਤੇ ਸ਼ਹਿਰੀ ਵੋਟ ਬੈਂਕ ਜੇ ਥੋੜਾ ਬਹੁਤਾ ਆ ਜਾਏ ਤਾਂ ਉਹ ਜਿਉਂਦਿਆਂ 'ਚ ਰਹਿ ਜਾਣਗੇ ਪੰਜਾਬ ਦੇ ਵਿੱਚ ਜੀ। ਪਰ ਇਹ ਉਹਨਾਂ ਭਾਈਚਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ, ਕਿ ਸੈਂਟਰ ਗੌਰਮੈਂਟ ਦੇ ਵਿੱਚ ਵੀ ਉਸ ਭਾਈਚਾਰੇ ਦੇ ਮਿਨਿਸਟਰ ਹੈਗੇ ਨੇ, ਸਟੇਟ ਗੌਰਮੈਂਟ ਦੇ ਵਿੱਚ ਵੀ ਹੈਗੇ ਨੇ, ਉਹਨਾਂ ਨੇ ਕੀ ਕੀਤਾ ਉਹਨਾਂ ਦੇ ਲਈ? ਕਿਉਂਕਿ ਜਦੋਂ ਨੀਤੀ ਪਾਲਿਸੀ ਤੇ ਸਰਕਾਰ ਚੱਲਣੀ ਹੈ ਤੇ ਨੀਤੀ ਪਾਲਿਸੀ ਜਿਹੜੀ ਉਹ ਲੋਕ ਪੱਖੀ ਘੱਟ ਦਿਖਾਈ ਦਿੰਦੀ ਹੈ, ਇਸ ਕਰਕੇ ਮੁੱਖ ਮੰਤਰੀ ਜਿਹੜੇ ਮਰਜ਼ੀ ਭਾਈਚਾਰੇ ਦਾ ਬਣੇ ਪਰ ਉਹ ਚੱਲੂਗਾ ਉਸੇ ਅਫਸਰਸ਼ਾਹੀ ਦੇ ਇਸ਼ਾਰੇ ਤੇ, ਚੱਲੂਗਾ ਉਸੇ ਨੀਤੀ ਪਾਲਿਸੀ ਤੇ ਜਿਹਦੇ ਨਾਲ ਕਿ ਲੋਕਾਂ ਦਾ ਭਲਾ ਨਹੀਂ ਹੋਣਾ। ਤਾਂ ਇਸ ਕਰਕੇ ਪੰਜਾਬ ਦੇ ਵਿੱਚ ਜਦੋਂ ਤੀਜੇ ਬਦਲ ਦੀ ਗੱਲ ਵੀ ਆਪਾਂ ਕਰਦੇ ਹਾਂ ਕਿ ਇਹ ਲੋਕਾਂ ਨੇ ਜਾਗਰੂਕ ਹੋ ਕੇ ਫੈਸਲਾ ਕਰਨਾ ਕਿ ਉਹਨਾਂ ਨੇ ਮੁੱਦਿਆਂ ਤੇ ਵਿਸ਼ੇਸ਼ ਸਿਆਸਤ ਨੂੰ ਤਰਜੀਹ ਦੇਣੀ ਹੈ ਜਾਂ ਜਾਤੀ ਤੇ ਵਿਸ਼ੇਸ਼, ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਜਾਤੀ ਵਿਸ਼ੇਸ਼ ਸਿਆਸਤ ਨੂੰ ਘੱਟ ਤਰਜੀਹ ਦਿੰਦੇ ਨੇ। ਇਸ ਕਰਕੇ ਸੰਭਾਵਨਾ ਇਹੀ ਹੈ ਕਿ ਲੋਕ ਮੁੱਦਿਆਂ ਤੇ ਲੈ ਕੇ ਆਉਣਗੇ ਚੋਣਾਂ ਨੂੰ ਇਸ ਵਾਰ। ਪਰ ਜਦੋਂ ਤੀਜੇ ਬਦਲ ਦੀ ਗੱਲ ਕਰਦੇ ਹਾਂ ਤਾਂ ਤੀਜੇ ਬਦਲ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਇਮਾਨਦਾਰ ਲੀਡਰਾਂ ਦੀ ਜ਼ਰੂਰਤ ਹੈ, ਇਮਾਨਦਾਰ ਲੀਡਰਸ਼ਿਪ ਹੋਵੇ, ਪਰ ਇਕੱਲੀ ਇਮਾਨਦਾਰ ਲੀਡਰਸ਼ਿਪ ਨਹੀਂ, ਨਾਲੋਂ ਨਾਲ ਜ਼ਰੂਰਤ ਵਾਲੀ ਲੀਡਰਸ਼ਿਪ ਦੀ ਵੀ ਜ਼ਰੂਰਤ ਹੈ ਜਿਹੜੀ ਕਿ ਪੰਜਾਬ ਦੇ ਮੁੱਦੇ ਚੁੱਕ ਸਕੇ, ਪੰਜਾਬ ਦੇ ਮਸਲੇ ਜਿਹੜੇ ਉਹ ਰੱਖ ਸਕੇ। ਤੇ ਇਸ ਕਰਕੇ ਉਸੇ ਬਦਲ ਦੀ ਆਸ ਜਿਹੜੇ ਉਹ ਪੰਜਾਬੀ ਰੱਖਦੇ ਨੇ, ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜ਼ਰੀਏ ਵੀ ਉਹ ਆਸ ਰੱਖੀ, ਪਰ ਉਹ ਆਸ ਜਿਹੜੀ ਹੈ ਖੇਰੂ ਖੇਰੂ ਹੋਈ ਬਾਅਦ ਦੇ ਵਿੱਚ। ਆਮ ਆਦਮੀ ਪਾਰਟੀ ਦਾ ਜੋ ਰਵੱਈਆ ਰਿਹਾ ਵਿਦ ਇਨ ਪਾਰਟੀ ਵੀ ਤੇ ਪਾਰਟੀ ਤੋਂ ਬਾਹਰ ਵੀ ਸਰਕਾਰ ਨੂੰ ਘੇਰਨ ਦੇ ਮਸਲੇ ਤੇ ਵੀ ਪਾਰਟੀ ਜਿਹੜੀ ਉਹ ਫੇਲ ਸਾਬਤ ਹੋਈ, ਡਬਲ ਸਟੈਂਡਰਡ ਉਸੇ ਤਰ੍ਹਾਂ, ਬਾਕੀ ਰਵਾਇਤੀ ਪਾਰਟੀਆਂ ਵਾਂਗੂ ਹਾਈਕਮਾਂਡ ਦੀ ਬਿਆਨਬਾਜ਼ੀ ਜਿਹੜੀ ਉਹ ਦਿੱਲੀ ਦੀ ਸਰਹੱਦ ਤੇ ਜਾ ਕੇ ਹੋਰ ਸੀ, ਪੰਜਾਬ ਦੇ ਬਾਰਡਰ ਤੇ ਆ ਕੇ ਹੋਰ ਸੀ। ਤਾਂ ਇਸ ਕਰਕੇ ਉਹ ਤਮਾਮ ਚੀਜ਼ਾਂ ਦੇ ਵਿੱਚ ਲੋਕ ਨਿਰਾਸ਼ ਨੇ, ਲੋਕ ਮੁੱਦਿਆਂ ਦੀ ਸਿਆਸਤ ਚਾਹੁੰਦੇ ਨੇ, ਪਰ ਭਾਜਪਾ ਦਾ ਜਿੱਥੋਂ ਤੱਕ ਕੋਸ਼ਿਸ਼ ਹੈ ਕਿ ਭਾਜਪਾ ਜ਼ੋਰ ਅਜਮਾਇਸ਼ ਕਰੂਗੀ ਕਿਉਂਕਿ ਕੇਂਦਰ ਦੇ ਵਿੱਚ ਵੀ ਸੱਤਾ ਦੇ ਵਿੱਚ ਹੈ ਤੇ ਪੰਜਾਬ ਦੇ ਵਿੱਚ ਵੀ ਉਸੇ ਫਲਸਫੇ ਤੇ ਚੋਣ ਲੜਨ ਦੀ ਕੋਸ਼ਿਸ਼ ਕਰੂਗੀ ਜਿਹੜੀ ਕਿ ਉਹ ਬਾਕੀ ਸਟੇਟਾਂ ਦੇ ਵਿੱਚ ਕਰਦੀ ਹੈ। ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਭਾਜਪਾ ਵਿਕਾਸ ਕੇਂਦਰਿਤ ਚੋਣ ਨਹੀਂ ਲੜਦੀ, ਉਹ ਜਾਤੀ ਤੇ ਧਰਮ ਵਿਸ਼ੇਸ਼ ਚੋਣ ਰੱਖ ਕੇ ਇਮੋਸ਼ਨਲ ਫੀਲਿੰਗਸ ਦੇ ਨਾਲ ਖੇਡ ਕੇ ਲੋਕਾਂ ਨੂੰ ਉਸ ਹਿਸਾਬ ਦਾ ਚੋਣ ਪ੍ਰਚਾਰ ਉਹਨਾਂ ਦਾ ਰਹਿੰਦਾ ਗਾ, ਤੇ ਉਹ ਕੋਸ਼ਿਸ਼ ਪੰਜਾਬ ਦੇ ਵਿੱਚ ਵੀ ਇਸ ਵਾਰ ਕੀਤੀ ਜਾਣੀ ਹੈ। ਪਰ ਪੰਜਾਬ ਦੇ ਹਾਲਾਤ ਜਿਹੜੇ ਉਹ ਵੱਖਰੇ ਨੇ, ਪੰਜਾਬ ਦੀ ਸਾਈਕੀ ਜਿਹੜੀ ਉਹ ਵੱਖਰੀ ਹੈਗੀ ਬਾਕੀ ਮੁਲਕ ਦੇ ਨਾਲੋਂ। ਇਸ ਕਰਕੇ ਸੰਭਾਵਨਾ ਇਹੀ ਹੈ ਕਿ ਮੁੱਦਿਆਂ ਤੇ ਵਿਸ਼ੇਸ਼ ਸਿਆਸਤ ਪੰਜਾਬ ਦੇ ਲੋਕ ਲੈ ਕੇ ਆਉਣਗੇ ਤੇ ਖਿਚੜੀ ਵੀ ਬਣੂਗੀ ਤੇ ਸੰਭਾਵਨਾ ਘੱਟ ਹੈ ਕਿਸੇ ਪਾਰਟੀ ਨੂੰ ਮੈਜੋਰਟੀ ਆਊਗੀ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਨਿਰਾਸ਼ ਨੇ ਤੇ ਉਹ ਬਦਲ ਦੀ ਆਸ ਰੱਖਦੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਮਸਲੇ ਮਸਾਇਲ ਨੇ ਉਹ ਉਸੇ ਤਰ੍ਹਾਂ ਨੇ। ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਨੇ ਉਹ ਹੋਰ ਆਰਥਿਕ ਤੌਰ ਤੇ ਕਮਜ਼ੋਰ ਹੋ ਰਹੇ ਨੇ, ਉਹਨਾਂ ਦੇ ਲਈ ਉਸ ਹਿਸਾਬ ਦੇ ਨਾਲ ਕਦਮ ਜਿਹੜੇ ਉਹ ਨਹੀਂ ਚੁੱਕੇ ਜਾ ਰਹੇ। ਤੇ ਇਸ ਕਰਕੇ ਸੰਭਾਵਨਾ ਇਹੀ ਹੈ ਕਿ ਮੁੱਦਿਆਂ ਤੇ ਵਿਸ਼ੇਸ਼ ਸਿਆਸਤ ਰਹੂਗੀ ਤੇ ਪੰਜਾਬ ਦੇ ਵਿੱਚ ਲੜਾਈ ਬੇਸ਼ੱਕ ਕਈ ਤਰ੍ਹਾਂ ਦੇ ਦਰਮਿਆਨ ਹੈ, ਪਰ ਜੇ ਕੋਈ ਖੇਤਰੀ ਧਿਰ ਜ਼ਰੂਰਤ ਵਾਲੇ ਚਿਹਰੇ, ਨੌਜਵਾਨ ਚਿਹਰੇ ਲੈ ਕੇ ਆਉਂਦੀ ਹੈ ਤਾਂ ਉਹਦੀ ਵੇਵ ਵੀ ਜਿਹੜੀ ਉਹ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਤੇ ਬਣ ਸਕਦੀ ਹੈ। ਪਰ ਭਾਜਪਾ ਬੇਸ਼ੱਕ ਕੋਸ਼ਿਸ਼ ਕਰੂਗੀ, ਪਰ ਭਾਜਪਾ ਦੀ ਸੰਭਾਵਨਾ ਜਿਹੜੀ ਹੈ ਉਹ ਬਹੁਤ ਮਨਫੀ ਹੈਗੀ, ਬਹੁਤ ਘੱਟ ਹੈਗੀ। ਕਿਉਂਕਿ ਜਦੋਂ ਆਪਾਂ ਸ਼ਹਿਰੀ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਛੋਟਾ ਦੁਕਾਨਦਾਰ ਹੈ ਜਿਹੜਾ ਉਹ ਵੀ ਦੁਖੀ ਹੈ, ਆਰਪੀਆ ਵਰਗ ਹੈ, ਸ਼ੈਲਰ ਮਾਲਕ, ਉਹ ਸ਼ਹਿਰੀ ਭਾਈਚਾਰੇ ਦੇ ਨਾਲ ਸੰਬੰਧਿਤ ਨੇ ਸਾਰੇ, ਪਰ ਉਹ ਨੀਤੀਆਂ ਪਾਲਿਸੀਆਂ ਤੋਂ, ਤਿੰਨ ਖੇਤੀ ਕਾਨੂੰਨਾਂ ਤੋਂ, ਸਿੱਧੀ ਅਦਾਇਗੀ ਤੋਂ, ਤਮਾਮ ਚੀਜ਼ਾਂ ਨੂੰ ਲੈ ਕੇ ਉਹ ਨਿਰਾਸ਼ ਨੇ। ਇਸ ਕਰਕੇ ਉਹ ਭਾਜਪਾ ਵਾਲੇ ਪੱਲੜੇ 'ਚ ਨਹੀਂ ਜਾਣਗੇ। ਇਸ ਤੋਂ ਇਲਾਵਾ ਬਾਕੀ ਭਾਈਚਾਰਾ ਵੀ ਜਿਹੜਾ ਹੈ ਉਹ ਮੁੱਦਿਆਂ ਵਿਸ਼ੇਸ਼ ਸਿਆਸਤ ਤੇ ਕੇਂਦਰਿਤ ਰਹੂਗਾ ਤੇ ਭਾਜਪਾ ਦਾ ਸਕੋਪ ਜਿਹੜਾ ਉਹ ਬਹੁਤ ਹੀ ਜ਼ਿਆਦਾ ਘੱਟ ਹੈ ਜੀ। ਅਰਸ਼ਦੀਪ, ਪਰ ਇਹਦੇ ਵਿੱਚ ਇੱਕ ਤਬਕਾ ਉਹ ਵੀ ਹੈਗਾ ਆ, ਤੁਸੀਂ ਕਹਿੰਦੇ ਵੀ ਸ਼ਾਇਦ ਹੈ ਕਿ ਮੁੱਦਿਆਂ 'ਤੇ ਜਿਹੜੀ ਸਿਆਸਤ ਹੋਊਗੀ ਮੁੱਦਿਆਂ 'ਤੇ ਚੋਣਾਂ ਲੜੀਆਂ ਜਾਣਗੀਆਂ, ਪਰ ਇੱਕ ਤਬਕਾ ਸਾਡਾ ਉਹ ਵੀ ਹੈਗਾ ਇਹ ਸਾਡੀ ਤਰਾਸਦੀ ਆ ਪੰਜਾਬ ਦੀ, ਜਿਹੜੇ ਸਰਪੰਚਾਂ ਦੇ ਕਹਿਣ 'ਤੇ, ਪ੍ਰਧਾਨਾਂ ਦੇ ਕਹਿਣ 'ਤੇ, ਜਥੇਦਾਰਾਂ ਦੇ ਕਹਿਣ 'ਤੇ ਵੋਟ ਪਾਉਂਦੇ ਆ, ਜਾਂ ਜਿਹੜੇ ਕੁਛ ਛਿੱਲਣਾਂ ਦੀ ਖਾਤਰ ਅਤੇ ਜਾਂ ਨਸ਼ਿਆਂ ਦੀ ਖਾਤਰ ਆਪਣੀ ਜ਼ਮੀਰ ਵੇਚ ਆਉਂਦੇ ਆ, ਇੱਕ ਉਹ ਵੀ ਤਬਕਾ ਹੈਗਾ, ਉਹ ਦੇਖੋ ਕਿੱਧਰ ਨੂੰ ਜਾਂਦਾ ਫਿਰ। ਦੇਖੋ ਜੀ, ਲਾਜ਼ਮੀ ਤੌਰ ਤੇ ਸਾਰੇ ਪ੍ਰਕਾਰ ਦੇ ਤਬਕੇ ਹੈਗੇ ਨੇ, ਕਿਉਂਕਿ ਕੁਝ ਜਾਗਦੀਆਂ ਜ਼ਮੀਰ ਵਾਲੇ ਲੋਕ ਨੇ ਜਿਹੜੇ ਮੁੱਦਿਆਂ ਵਿਸ਼ੇਸ਼ ਪੰਜਾਬ ਦੀ ਭਲਾਈ ਵਾਲੀ ਸਿਆਸਤ ਚਾਹੁੰਦੇ ਨੇ, ਤੇ ਉਹਨਾਂ ਚੋਂ ਬਹੁਤੇ ਐਸੇ ਨੇ ਜਿਹੜੇ ਵੋਟ ਪਾਉਣ ਹੀ ਨਹੀਂ ਜਾਂਦੇ, ਕਿਉਂਕਿ ਉਹਨਾਂ ਨੂੰ ਸਾਰਿਆਂ ਤੋਂ ਹੀ ਆਸ ਨਹੀਂ ਹੈਗੀ। ਤਾਂ ਕੁਝ ਤਬਕਾ ਐਸਾ ਵੀ ਹੈ ਜਿਹਦੀਆਂ ਗਰਜਾਂ ਨੇ, ਉਹ ਲੋਕ ਕਮਜ਼ੋਰ ਨੇ ਹਰ ਪਰਖ ਤੋਂ, ਤਾਂ ਇਸ ਕਰਕੇ ਲੋਕਲ ਲੀਡਰਸ਼ਿਪ ਦੀ ਝੇਪ ਵੀ ਉਹਨਾਂ ਨੂੰ ਹੈਗੀ ਹੈ। ਪਰ ਜਿਹੜੀ ਆਮ ਆਦਮੀ ਪਾਰਟੀ ਦੀ ਵੇਵ ਆਪਾਂ ਦੇਖੀ, ਆਮ ਆਦਮੀ ਪਾਰਟੀ ਜੇ ਅੰਦਰੂਨੀ ਗਲਤੀਆਂ ਨਾ ਕਰਦੀ 2017 ਦੇ ਵਿੱਚ, ਮੁੱਖ ਮੰਤਰੀ ਦਾ ਚਿਹਰਾ ਦਿੰਦੀ, ਪੰਜਾਬੀਆਂ ਨੂੰ ਭਰੋਸਾ ਦਿੰਦੀ ਕਿ ਪੰਜਾਬੀ ਮੁੱਖ ਮੰਤਰੀ ਹੋਊਗਾ, ਇਹ ਵਿਅਕਤੀ ਜਿਹੜਾ ਮੁੱਖ ਮੰਤਰੀ ਹੋਊਗਾ, ਤਾਂ ਆਮ ਆਦਮੀ ਪਾਰਟੀ ਦੇ ਰੁਝਾਨ ਉਸ ਸਮੇਂ ਹੋਰ ਚੰਗੇ ਹੋ ਸਕਦੇ ਸੀਗੇ, ਨਤੀਜੇ ਹੋਰ ਬੈਟਰ ਜਿਹੜੇ ਉਹ ਹੋ ਸਕਦੇ ਸੀ, ਪਰ ਇਹਦੇ ਬਾਵਜੂਦ ਵੀ ਜੇ 20 MLA ਉਹਨਾਂ ਨੂੰ ਦਿੱਤੇ
ਜਿਸ ਕਰਕੇ ਕਿ ਬਦਲਾਅ ਦੀ ਆਸ ਪੰਜਾਬੀਆਂ 'ਚ ਸੀਗੀ ਕਿ ਤਮਾਮ ਚੀਜ਼ਾਂ ਨਾ ਹੋਣ ਦੇ ਬਾਵਜੂਦ BMLA ਦਿੱਤੇ ਤੇ ਬਾਕੀ ਜਗ੍ਹਾ ਤੇ ਟਫ ਫਾਈਟ ਜਿਹੜੀ ਉਹ ਦੇਖਣ ਨੂੰ ਮਿਲੀ ਕਿ ਥੋੜੇ ਮਾਰਜਨ ਦੇ ਉੱਪਰ ਵੀ ਕਾਂਗਰਸੀ ਜਾਂ ਅਕਾਲੀ ਦਲ ਦੇ ਲੀਡਰ ਜਿਹੜੇ ਉਹ ਜਿੱਤੇ। ਇਸ ਕਰਕੇ ਉਹ ਬਦਲਾਅ ਜਿਹੜਾ ਹੈਗਾ ਗਾ, ਜਿਹੜੀ ਗੱਲ ਵੋਟਾਂ ਖਰੀਦਣ ਦੀ ਆ, ਉਹ ਲੋਕਾਂ ਦੀ ਗਿਣਤੀ ਬਹੁਤ ਥੋੜੀ ਹੈਗੀ, ਉਹਨਾਂ ਦੀ ਲੋਕ ਬਹੁਤ ਥੋੜੀ ਹੈਗੀ। ਵੋਟਰ ਜਿਹੜਾ ਉਹ ਚੁੱਪ ਕਰਨ ਲੱਗਿਆ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਖੁੱਲ੍ਹੇਆਮ ਬੋਲਦਾ ਸੀ ਪਰ ਹੁਣ ਖੁੱਲ੍ਹੇਆਮ ਜਿਹੜਾ ਉਹ ਨਹੀਂ ਬੋਲਦਾ, ਉਹ ਮੁੱਠੀ ਜਿਹੜੀ ਉਹ ਬੰਦ ਰੱਖਣ ਲੱਗਿਆ ਗਾ, ਚੁੱਪ ਰੱਖਣ ਲੱਗਿਆ ਗਾ, ਤੇ ਸਾਰਿਆਂ ਬਾਰੇ ਇਹ ਬੋਲਦਾ ਕਿ ਸਾਰੇ ਇੱਕੋ ਜਿਹੇ। ਇਸ ਕਰਕੇ ਹਵਾ ਜਿਹੜੀ ਉਹ ਸਿਆਸੀ ਤੌਰ ਤੇ ਲਾਜ਼ਮੀ ਤੌਰ 'ਚ ਪੰਜਾਬ 'ਚ ਬਦਲ ਰਹੀ ਹੈ। ਇਸ ਕਰਕੇ ਜਿਹੜੀਆਂ 2022 ਦੀਆਂ ਚੋਣਾਂ ਉਹ ਵੱਖਰੀਆਂ ਹੋਣਗੀਆਂ। ਬਿਲਕੁਲ ਜੀ, ਦੇਖਦੇ ਹਾਂ ਜੀ, ਅਰਦਾਸ ਕਰਦੇ ਹਾਂ ਕੋਈ ਨਵੀਂ ਧਿਰ ਉੱਠ ਕੇ ਆਵੇ ਜਿਹੜੀ ਪੰਜਾਬ ਅਤੇ ਪੰਜਾਬੀਆਂ ਅਤੇ ਸਿੱਖਾਂ ਦੀ ਅਤੇ ਪੰਥਕ ਦੇ ਜਿਹੜੀਆਂ ਸਾਡੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਸਾਨੂੰ ਸਾਫ ਮਿਲ ਸਕੇ। ਆਸ ਕਰਦੇ ਹਾਂ ਜੀ ਕੋਈ ਵਧੀਆ ਯੰਗ ਜਨਰੇਸ਼ਨ ਦੇ ਵਿੱਚੋਂ ਕੋਈ ਨਵੀਂ ਪਾਰਟੀ ਖੇਤਰੀ ਉੱਠ ਕੇ ਆਵੇ ਕਿਸਾਨ ਸੰਘਰਸ਼ ਦੇ ਵਿੱਚੋਂ, ਤਾਂ ਕਿ ਜਿਹੜਾ ਸਾਨੂੰ ਮੁੜ ਕੇ ਵੀ ਰੋਡਾਂ ਦੇ ਜਾਂ ਇਹਨਾਂ ਦੇ ਘਰਾਓ ਨਾ ਕਰਨੇ ਪੈਣ। ਅਸੀਂ ਆਪਾਂ ਚਲੀ ਅਗਲੀ ਖਬਰ 'ਤੇ। ਬੇਅਦਬੀ ਮਾਮਲੇ 'ਚ ਸੈੱਟ ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਬਾਦਲ। ਦੇਖੋ ਜੀ, LK ਯਾਦਵ ਦੀ ਅਗਵਾਈ ਦੇ ਵਿੱਚ ਨਵੀਂ ਸਿੱਟ ਜਿਹੜੀ ਉਹ ਬਣਾਈ ਗਈ ਹੈ, ਜਿਹੜੀ ਕਿ ਤਮਾਮ ਮਸਲਿਆਂ ਦੀ ਜਾਂਚ ਕਰ ਰਹੀ ਹੈ ਜੀ। ਤਾਂ ਉਸ ਸਿੱਟ ਵੱਲੋਂ ਸਾਬਕਾ DGP ਸਮੀਤ ਸੈਣੀ ਤੋਂ ਵੀ 4-5 ਘੰਟੇ ਪੁੱਛ ਪੜਤਾਲ ਕੀਤੀ ਗਈ ਹੈ। ਬਾਕੀ ਜਿਹੜੇ ਅਧਿਕਾਰੀ ਨੇ ਉਸ ਸਮੇਂ ਦੇ, ਉਹ ਤਮਾਮ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਤਾਂ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਿਹੜਾ ਤਲਬ ਕੀਤਾ ਗਿਆ ਸੀ ਸਿੱਟ ਵੱਲੋਂ ਕਿ ਤੁਸੀਂ ਆਓ ਮੋਹਾਲੀ, ਸਾਡੇ ਸਵਾਲਾਂ ਦੇ ਜਿਹੜੇ ਉਹ ਜਵਾਬ ਦਿਓ, ਜਿਹਦੇ ਵਿੱਚ ਸਿੱਟ ਨੇ ਇਹੀ ਸਵਾਲਾਂ ਦਾ ਜਵਾਬ ਲੈਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਜਿਹੜੀ ਹੈ ਲਗਾਤਾਰ ਗੱਲਬਾਤ ਫਰੀਦਕੋਟ ਦੇ ਪ੍ਰਸ਼ਾਸਨ ਦੇ ਨਾਲ ਕੀਤੀ ਗਈ। ਉਸ ਗੱਲਬਾਤ ਦੇ 1 ਘੰਟੇ ਬਾਅਦ ਫਾਇਰਿੰਗ ਜਿਹੜੀ ਉਹ ਹੋ ਜਾਂਦੀ ਹੈ। ਇਸ ਕਰਕੇ ਸਿੱਟ ਨੇ ਇਹ ਕਹਿਣਾ ਕਿ ਕਿਹਨੇ ਆਰਡਰ ਦਿੱਤੇ ਫਾਇਰਿੰਗ ਦੇ, ਤੁਸੀਂ ਸ਼ਾਂਤੀ ਦੀ ਅਪੀਲ ਕੀਤੀ ਸੀ ਜਾਂ ਨਹੀਂ ਕੀਤੀ ਸੀ, ਕਿਉਂਕਿ IG ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਜਿਹੜੀ ਪੁੱਛ ਪੜਤਾਲ ਸੀ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਕੀਤੀ ਗਈ ਸੀ, ਸੱਦਿਆ ਗਿਆ ਸੀ। ਤਾਂ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਪ੍ਰਬੋਧ ਕੁਮਾਰ ਜਿਹੜੇ ਸਿੱਟ ਦੇ ਮੁਖੀ ਨੇ ਉਹਨਾਂ ਨੂੰ ਸੱਦੋ। ਉਹਨਾਂ ਨੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇਣੇ, ਤੁਸੀਂ ਸਿੱਟ ਦੇ ਮੁਖੀ ਨੂੰ ਸੱਦੋ। ਇਸ ਕਰਕੇ ਉਹਦੇ ਬਾਅਦ ਪੁੱਛ ਪੜਤਾਲ ਜਿਹੜੀ ਉਹ ਕੀਤੀ ਗਈ ਸੀ। ਤਾਂ ਹੁਣ ਦੁਬਾਰਾ ਤੋਂ ਜਿਹੜੀ ਨਵੀਂ ਸਿੱਟ ਆ ਗਈ LK ਯਾਦਵ ਦੀ ਅਗਵਾਈ 'ਚ, ਉਸ ਵੱਲੋਂ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ। ਤਾਂ ਉਹਨਾਂ ਨੇ ਸਿਹਤ ਦਾ ਹਵਾਲਾ ਦਿੱਤਾ ਕਿ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਹੈਗੀ, ਇਸ ਕਰਕੇ ਮੈਂ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦਾ, ਕਿਉਂਕਿ ਇਹ ਕਾਨੂੰਨ ਹੈ ਕਿ ਕੋਈ ਵੀ SIT ਜਿਹੜੀ ਹੈ ਉਹ 65 ਸਾਲ ਤੋਂ ਉੱਪਰ ਵਾਲੇ ਵਿਅਕਤੀ ਨੂੰ ਪ੍ਰੈਸ਼ਰਾਈਜ਼ ਨਹੀਂ ਕਰ ਸਕਦੀ ਕਿ ਸਾਡੇ ਕੋਲੇ ਆ ਕੇ ਤੁਸੀਂ ਬਿਆਨ ਦਰਜ ਕਰਾਓ। ਜੇਕਰ ਉਹ ਵਿਅਕਤੀ ਕਹਿੰਦਾ ਤਾਂ ਉਸ ਵਿਅਕਤੀ ਕੋਲੇ ਜਾ ਕੇ ਜਿਹੜੀ ਪੁੱਛ ਪੜਤਾਲ ਆ ਉਹ SIT ਨੂੰ ਕਰਨੀ ਪੈਂਦੀ ਹੈ ਜੀ। ਇਸ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਕਿ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਹੈਗੀ, ਇਸ ਕਰਕੇ ਮੈਂ ਸਿੱਟ ਸਾਹਮਣੇ ਪੇਸ਼ ਨਹੀਂ ਹੋ ਸਕਦਾ, ਤੇ ਸਿੱਟ ਕੋਈ ਅਗਲੀ ਡੇਟ ਦੇਵੇ ਤੇ ਮੇਰੇ ਤੋਂ ਘਰੇ ਆ ਕੇ ਪੁੱਛ ਪੜਤਾਲ ਕਰੇ। ਇਸ ਕਰਕੇ ਹੁਣ SIT ਵੱਲੋਂ ਜਿਹੜੀ ਇਹ ਨਵੀਂ ਡੇਟ ਦਿੱਤੀ ਜਾਊਗੀ ਜਿਹਦੇ 'ਚ ਉਹਨਾਂ ਵੱਲੋਂ ਘਰੇ ਜਾ ਕੇ ਪੁੱਛ ਪੜਤਾਲ ਜਿਹੜੀ ਉਹ ਕੀਤੀ ਜਾਣੀ ਹੈ। ਤਾਂ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਤਾਂ ਉਹਦੇ ਬਾਅਦ ਬਿਆਨਬਾਜ਼ੀ ਸੁਭਾਵਿਕ ਤੌਰ ਤੇ ਪੰਜਾਬ ਦੇ ਵਿੱਚ ਜਿਹੜੀ ਉਹ ਸਾਹਮਣੇ ਆਉਣੀ ਸੀਗੀ ਕਿ ਕਾਂਗਰਸ ਦੇ ਵਿੱਚ ਜਿਹੜੇ ਬਾਗੀ ਸੁਰਾਂ ਪਣਾਉਣ ਵਾਲੇ ਲੀਡਰ ਸੀ ਉਹਨਾਂ ਲੀਡਰਾਂ ਦੇ ਬਿਆਨ ਵੀ ਥੋੜੇ ਥੋੜੇ ਨਰਮ ਪਏ ਨੇ ਪ੍ਰਤਾਪ ਸਿੰਘ ਬਾਜਵਾ ਤੇ ਬਾਕੀ ਦੇ। ਉਹਨਾਂ ਨੇ ਇਹੀ ਕਿਹਾ ਕਿ ਸਿੱਟ ਜਿਹੜੀ ਉਹ ਸਹੀ ਪਾਸੇ ਵੱਲ ਕਦਮ ਵਧਾ ਰਹੀ ਹੈ, ਜੇ ਸਾਬਕਾ ਮੁੱਖ ਮੰਤਰੀ ਤੋਂ ਪੁੱਛ ਪੜਤਾਲ ਕਰਨ ਦੀ ਤਿਆਰੀ ਕਰ ਰਹੀ ਹੈ ਸਿੱਟ, ਤਾਂ ਉਮੀਦ ਹੈ ਕਿ 2-3 ਮਹੀਨਿਆਂ ਦੇ ਵਿੱਚ ਚਲਾਨ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਜਿਹੜਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਦਾਅਵਾ ਕਿ 2-3 ਮਹੀਨਿਆਂ ਦੇ ਵਿੱਚ ਜਿਹੜੀ SIT ਬਣਾਈ ਗਈ ਹੈ ਇਹਦੇ ਵੱਲੋਂ ਜਾਂਚ ਮੁਕੰਮਲ ਕਰਕੇ ਜਿਹੜਾ ਚਲਾਨ ਨੇ ਉਹ ਫਰੀਦਕੋਟ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣਗੇ, ਕਿਉਂਕਿ ਲਗਭਗ ਜਾਂਚ ਪਹਿਲਾਂ ਹੋ ਹੀ ਚੁੱਕੀ ਹੈ ਤੇ ਜਿਹੜੀਆਂ ਤਰੁੱਟੀਆਂ ਨੇ ਉਹਨਾਂ ਤਰੁੱਟੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਜਿਹੜੇ ਪੁਲਿਸ ਮੁਲਾਜ਼ਮਾਂ ਦਾ ਪੱਖ ਨਹੀਂ ਲਿਆ ਗਿਆ ਸੀ ਉਹਨਾਂ ਦਾ ਪੱਖ ਜਿਹੜਾ ਉਹ ਲਿਆ ਜਾ ਰਿਹਾ ਹੈ। ਇਸ ਕਰਕੇ ਸਰਕਾਰ ਦਾ ਦਾਅਵਾ ਕਿ 2-3 ਮਹੀਨੇ ਦੇ ਵਿੱਚ ਜਿਹੜਾ ਹੈ ਚਲਾਨ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸਿੱਟ ਸਾਹਮਣੇ ਨਹੀਂ ਪੇਸ਼ ਹੋ ਰਹੇ, ਬੇਸ਼ੱਕ ਕਾਨੂੰਨੀ ਤੌਰ ਤੇ ਸਿੱਟ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੀ, ਉਹਨਾਂ ਦੇ ਘਰੇ ਜਾ ਕੇ ਪੁੱਛ ਪੜਤਾਲ ਕਰ ਸਕਦੀ ਅਗਲੀ ਡੇਟ ਤੇ, ਤਾਂ ਆਮ ਆਦਮੀ ਪਾਰਟੀ ਦਾ ਇਹੀ ਕਹਿਣਾ ਕਿ ਉਹ ਜਾਣ ਬੁੱਝ ਕੇ ਸਿੱਟ ਅੱਗੇ ਜਿਹੜਾ ਪੇਸ਼ ਨਹੀਂ ਹੋ ਰਹੇ, ਕਿਉਂਕਿ ਜੇ ਮਾਇਆਵਤੀ ਦੇ ਨਾਲ ਸੁਪਰੀਮੋ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਗੱਠਜੋੜ ਹੋਣ ਤੋਂ ਬਾਅਦ, ਜਿਹਦੇ 'ਚ ਉਹ ਇਹੀ ਹਵਾਲਾ ਦੇ ਰਹੇ ਕਿ ਮੇਰੀ ਸਿਹਤ ਬਿਲਕੁਲ ਠੀਕ ਠਾਕ ਹੈ, ਇਸ ਕਰਕੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਜਾਣ ਬੁੱਝ ਕੇ ਪੇਸ਼ ਨਹੀਂ ਹੋ ਰਹੇ। ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ ਪਰ ਸਰਕਾਰ ਦਾ ਇਹ ਦਾਅਵਾ ਹੈਗਾ ਕਿ 2-3 ਮਹੀਨਿਆਂ ਦੇ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਸਿੱਟ ਵੱਲੋਂ ਚਲਾਨ ਜਿਹੜੇ ਉਹ ਪੇਸ਼ ਕੀਤੇ ਜਾਣਗੇ, ਦੋਸ਼ੀ ਜਿਹੜੇ ਉਹ ਕਾਨੂੰਨੀ ਤੌਰ ਤੇ ਲੋਕਾਂ ਦੇ ਸਾਹਮਣੇ ਜੱਗ ਜ਼ਾਹਰ ਹੋਣਗੇ, ਉਹਦੇ ਬਾਅਦ ਸਜ਼ਾ ਜਿਹੜੀ ਹੈ ਅਦਾਲਤ ਦੇ ਵਿੱਚ ਉਹਨਾਂ ਨੂੰ ਹੋਵੇਗੀ। ਦੇਖਦੇ ਹਾਂ ਜੀ, ਜਿਹੜੀ ਪਹਿਲੀ ਸਿੱਟ ਬਣਾਈ ਸੀ ਇੰਨੀ ਮਿਹਨਤ ਕੀਤੀ ਸੀ, ਬੜਾ ਇਮਾਨਦਾਰ ਅਫਸਰ ਸੀਗਾ, ਜਦੋਂ ਉਹਦੇ ਵੀ ਇੰਨਾ ਪ੍ਰੈਸ਼ਰ ਪਿਆ, ਇੰਨਾ ਬੜੀ ਮੁਸ਼ਕਲ ਉਹਨੇ ਕੰਮ ਕੀਤਾ ਸੀ,
पर अखीर ते अदालत विचों निकलिया कि कुछ भी नहीं। सो इस करके देखते हाँ, असी आस ही करते हैं जिमें कैप्टन कहिंदे आ, पर बहुते लोग कहिंदे आ भी ये फ्रेंडली मैच खेडते जदों कांग्रेस जाण लगती आ तो जिहड़े अकालियां ते केस पाए हुंदे आ उन्हां नूं वापस लै लैंदी आ, ते जदों अकाली हुंदे आ सत्ता दे विच ते इलैक्शनां तों पहलों वो कैबिनेट के जिहड़े केस पाए हुंदे आ चाहे विजिलेंस विभाग के होण चाहे दूसरे होण वो वापस लै लैंदे आ। जिवें सिटी घोटाला सीगा, जिवें बादलों के घोटाले आ, ये इवें ही चली जांदा जी पीढ़ी दर पीढ़ी। साडियां कई बजुर्ग पीढ़ियां चल गईयां देखदा देखदा भी इंसाफ मिलेगा, पर नहीं इंसाफ मिलिया। किसी दिन कैप्टन अमरिंदर सिंह अकाली दल का पार्ट हुंदा सी ते वधिया काम भी किया सी, जदों दरबार साहब ते अटैक होया सी दो वारी इन्हें, चाहे बादल बरनाले ने किया उदों भी इन्हें अस्तीफा दिता सी जी, अपना सन्मान भी मोड़िया सी। ते पर बादल जिहड़ा चुंबड़िया होया सी अपनी कुर्सी दे नाल, ते बादल चाहुंदा नहीं सी मेरे तो बाद दे विच कोई मेरे कदादार लीडर जिहड़ा आ मुकाबले च रहे, क्योंकि उन्हें अपने पुत नूं यह गद्दी सौंपनी सी जिवें कि अज हो रहा आ। चाहे कुलदीप सिंह बडाला सी, चाहे लालपुरा सिगा जी, ते चाहे होर जिहड़े वड्डे लीडर सी इवें दे, कैप्टन अमरिंदर सिंह भी मजबूरी बस कांग्रेस गया और कह के गया सी भी मैं तैनूं पंजाब दा सीएम बन के दिखा लूँगा, वो बन के दिखाता। पर हले ख्वाहिशां ते पूरा नहीं उतरिया पंथक मुद्दिया जां पंजाब दे जिहड़े मुद्दिया ते, जां हुण आपां बेअदबियां ते लै लईए देखदे हां जी। बहुत घट समा रह गया चोणां दे विच, उदों तक की इंसाफ मिलदा सानूं गुरु साहिब दीआं बेअदबियां दा वो आने वाला समा दसेगा। सो आप चलिए जी अगली खबर पर, जिमें जिमें जी इस वेले भाजपा सरकार आ सेंटर दे विच, वो हमेशा ही लोगों दीआं मारू नीतियां दे तुली हुई आ। किसान एडी कठोरता मैं किसी सरकार च नहीं देखी, इन्ने किसान बार्डर ते शहीद हो गए, चाहे झक्खड़ आए कोहरा पिया आज गर्मी पैंदी अत दी, किसान उत्थे बैठे पर उन्हां दा दिल नहीं पसीजिया। तो कोई नवी तो नवी नीति हमेशा ही वो मारू नीति लैके आउंदे आ, कानून जिहड़े बणाउंदे आ। सो अर्शी जी आपां अगली खबर ते चलीए, खेती सबसिडी खत्म करन लई केंद्र सरकार दी नवी योजना। देखो जी, केंद्र सरकार वालों जिहड़े कानून लियांदे जा रहे ने, क्योंकि एग्रीकल्चर नूं जदों कहा जांदा सी कि एग्रीकल्चर स्टेट सब्जेक्ट है जी, कि सूबिआं दे नाल संबंधित मसला गा, पर एग्रीकल्चर नूं ट्रेड दे नाल जोड़ के जिहड़ा है वह केंद्र सरकार का मसला बनाया गया। तीन खेती कानून लियांदे गए जिहड़ा कि फैडरल स्ट्रक्चर के लिए भी घातक हैगा, क्योंकि जदों सूबिआं दे वध अधिकारां दी आपां गल करदे आं तां पंजाब दे विच इक वड्डी मूवमेंट जिहड़ी उह सूबिआं दे वध अधिकारां नूं लैके चली, जिहदे च आनंदपुर साहिब दा मता जिहड़ा उह बेहद अहम हैगा, तां श्रोमणी अकाली दल इहदी पैरवाई जिहड़ी उह करदा रिहागा। इस करके एक बिजली सोध बिल जिहड़ा सी उह केंद्र सरकार लियाउण जा रही सीगी, उस बिजली सोध बिल दे जरिए जिहड़ा सी कि बिजली महकमे दे ਜਿਹੜੇ ਕੰਮਕਾਜ ਨੇ ਜਾਂ ਸਬਸਿਡੀਜ਼ ਨੇ ਉਹਨੂੰ ਕੰਟਰੋਲ ਕਰਨ ਦਾ ਮਸਲਾ ਸੀ, ਪਰ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ, ਤਾਂ ਕੇਂਦਰ ਸਰਕਾਰ ਨੇ ਪੈਰ ਜਿਹੜੇ ਉਹ ਪਿੱਛੇ ਖਿੱਚ ਲਏ, ਬਿਜਲੀ ਸੋਧ ਬਿੱਲ ਜਿਹੜਾ ਉਹ ਕੇਂਦਰ ਸਰਕਾਰ ਨਹੀਂ ਲੈ ਕੇ ਆਈ। ਇਸੇ ਤਰ੍ਹਾਂ ਪਰਾਲੀ ਦੇ ਨਾਲ ਸੰਬੰਧਿਤ ਜਿਹੜਾ ਕਾਨੂੰਨ ਸੀਗਾ ਜੀ, ਉਹ ਕਾਨੂੰਨ ਨੂੰ ਵੀ ਜਿਹੜਾ ਠੰਡੇ ਵਾਸਤੇ ਪਾਇਆ ਗਿਆ। ਇਹ ਕਿਸਾਨੀ ਅੰਦੋਲਨ ਦੀਆਂ ਜਿੱਤਾਂ ਤਾਂ ਹੈਗੀਆਂ ਨੇ, ਪਰ ਕਿਸਾਨਾਂ ਦੀ ਜਿਹੜੀ ਵੱਡੀ ਪ੍ਰਮੁੱਖ ਮੰਗ ਹੈਗੀ, ਜਿਹਦੀ ਉਹ ਲਗਾਤਾਰ ਦੁਹਾਈ ਪਾ ਰਹੇ ਨੇ, ਲਗਾਤਾਰ ਘਰ ਬਾਰ ਛੱਡ ਕੇ ਜਿਹੜਾ ਹੈ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਸੜਕਾਂ ਤੇ ਬੈਠੇ ਨੇ, ਸੂਬਿਆਂ ਦੇ ਵਿੱਚ ਵੀ ਵੱਖ ਵੱਖ ਥਰਮਾਂ ਤੇ ਧਰਨੇ ਜਿਹੜੇ ਉਹ ਚੱਲ ਰਹੇ ਨੇ। ਉਹ ਪ੍ਰਮੁੱਖ ਮੰਗ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਹੈ, MSP ਤੇ ਕਾਨੂੰਨੀ ਗਰੰਟੀ ਦੇਣ ਦੀ ਹੈ। ਤਾਂ ਬਿਜਲੀ ਸੋਧ ਬਿੱਲ ਜਦੋਂ ਕਿਸਾਨਾਂ ਦੇ ਪ੍ਰੈਸ਼ਰ ਦੇ ਚੱਲਦਿਆਂ ਸਰਕਾਰ ਵੱਲੋਂ ਨਹੀਂ ਲਿਆਂਦਾ ਗਿਆ, ਤਾਂ ਹੁਣ ਇੱਕ ਨਵੀਂ ਨੀਤੀ ਪਾਲਿਸੀ ਜਿਹੜੀ ਉਹ ਘੜੀ ਜਾ ਰਹੀ ਹੈ ਕਿ ਇਹਨੂੰ ਇੰਪਲੀਮੈਂਟ ਕਿਸ ਤਰ੍ਹਾਂ ਕੀਤਾ ਜਾਵੇ, ਕਿਉਂਕਿ ਜਦੋਂ ਆਪਾਂ ਸੂਬਿਆਂ ਦੀ ਗੱਲ ਕਰਦੇ ਹਾਂ ਤਾਂ ਸੂਬੇ ਸਾਰੇ ਜਿਹੜੇ ਉਹ ਕਰਜ਼ਈ ਨੇ, ਵੱਡੇ ਪੱਧਰ ਤੇ ਕਰਜ਼ਾ ਜਿਹੜਾ ਉਹ ਚੁੱਕਦੇ ਨੇ। ਹਾਂਜੀ, ਜਿਹੜਾ ਮਰਜ਼ੀ ਸੂਬਾ ਹੋਵੇ ਸਾਰੇ ਦੇ ਸਾਰੇ ਸੂਬੇ ਜਿਹੜੇ ਉਹ ਕਰਜ਼ਈ ਨੇ, ਕਿਉਂਕਿ ਉਹਨਾਂ ਦੇ ਆਮਦਨ ਦੇ ਵਸੀਲੇ ਘੱਟ ਰਹੇ ਨੇ, ਇੱਕ ਤਾਂ ਉਹ ਕਾਰਨ ਹੈ, ਨੰਬਰ 2 ਤੇ ਉਹਨਾਂ ਦੀਆਂ ਆਪਣੀਆਂ ਖਾਮੀਆਂ ਨੇ ਕਿ ਭ੍ਰਿਸ਼ਟਾਚਾਰ ਤਾਂ ਹਰ ਜਗ੍ਹਾ ਹੈ ਹੀ, ਤੇ ਇਸ ਕਰਕੇ ਉਹ ਜਿਹੜੇ ਸੋਮੇ ਬਚੇ ਵੀ ਨੇ ਆਮਦਨ ਦੇ, ਉਹਨਾਂ ਸੋਮਿਆਂ ਨੂੰ ਵੀ ਜਿਹੜਾ ਸੰਗੂੜਿਆ ਜਾ ਰਿਹਾ ਲਗਾਤਾਰ, ਉਹਨਾਂ ਸੋਮਿਆਂ ਨੂੰ ਵੀ ਜਿਹੜਾ ਖਤਮ ਕੀਤਾ ਜਾ ਰਿਹਾ। ਇਸ ਕਰਕੇ ਹੁਣ ਸੂਬਿਆਂ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਜਿਹੜੇ ਹੈ ਪੁਆਇੰਟ ਦਿੱਤੇ ਜਾਣਗੇ, ਕਿ ਜੇ ਸੂਬੇ 80% ਕਰਜ਼ਾ ਜਿਹੜਾ ਇਹ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ 80% ਰੱਖਿਆ ਕਿ ਉਹ ਪੁਆਇੰਟ ਉਹ ਪੂਰੇ ਲੈ ਲੈਣ, ਸੂਬੇ 80% ਕਰਜ਼ਾ ਜਿਹੜਾ ਉਹ ਜ਼ਿਆਦਾ ਲੈ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਘੱਟ ਇੰਪਲੀਮੈਂਟ ਕਰਨਗੇ ਉਹ 25 ਪੈਸੇ ਕਰਜ਼ਾ ਜਿਹੜਾ ਉਹ ਲੈ ਸਕਦੇ ਨੇ। ਤਾਂ ਇਹਦੇ ਨਾਲ ਕਿ ਜੇ ਪੰਜਾਬ ਸਰਕਾਰ ਇੰਪਲੀਮੈਂਟ ਕਰਦੀ ਹੈ ਇਹ ਚੀਜ਼ਾਂ ਨੂੰ ਤਾਂ ਉਹਦੇ ਨਾਲ ਪੰਜਾਬ ਸਰਕਾਰ ਨੂੰ 3200 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਉਹ ਜ਼ਿਆਦਾ ਮਿਲੇਗਾ। ਇਸ ਕਰਕੇ ਜਿਹੜਾ ਇਹ ਮਸਲਾ ਗਾ, ਤੇ ਇਹ ਮੁੱਦੇ ਦੇ ਉੱਪਰ ਹੁਣ ਸੂਬਿਆਂ ਨੂੰ ਜਿਹੜਾ ਹੈ
ਘੁੰਮਣ ਘੇਰੀ ਦੇ ਵਿੱਚ ਪਾਇਆ ਜਾ ਰਿਹਾ, ਚੱਕਰ ਵਿਊ ਦੇ ਵਿੱਚ ਪਾਇਆ ਜਾ ਰਿਹਾ। ਬਿਜਲੀ ਸੋਧ ਬਿੱਲ ਪਾਸ ਨਹੀਂ ਹੋ ਸਕਿਆ ਕਿਸਾਨੀ ਪ੍ਰੈਸ਼ਰ ਦੇ ਚੱਲਦਿਆਂ, ਤਾਂ ਨਵੀਂ ਪਾਲਿਸੀ ਲਿਆਂਦੀ ਗਈ ਹੈ। ਕਿਉਂਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ 14.5 ਲੱਖ ਟਿਊਬਵੈੱਲ ਨੇ ਜਿਨ੍ਹਾਂ ਦੀ ਬਿਜਲੀ ਫ੍ਰੀ ਹੈ, ਜਿਹਦੇ ਤੇ ਸਬਸਿਡੀ ਹੈ ਜਿਹੜੀ ਕਿ 10.5 ਹਜ਼ਾਰ ਕਰੋੜ ਰੁਪਏ ਦੀ ਬਣਦੀ ਹੈ। ਤਾਂ 10.5 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਬਣਦੀ ਹੈ, ਤਾਂ ਹੁਣ ਜੇ ਪੰਜਾਬ ਸਰਕਾਰ ਨੇ 0.5% ਕਰਜ਼ਾ ਜ਼ਿਆਦਾ ਲੈਣਾ ਗਾ, ਤਾਂ ਉਹਨਾਂ ਨੂੰ ਜਿਹੜੇ ਮੀਟਰ ਆ ਗਏ ਉਹ ਤਮਾਮ ਟਿਊਬਵੈੱਲਾਂ ਤੇ ਲਾਉਣੇ ਪੈਣਗੇ। ਤਾਂ ਮੀਟਰ ਲਾਉਣ ਦਾ ਮਤਲਬ ਇਹ ਹੈ ਕਿ ਕਿਸਾਨਾਂ ਨੂੰ ਬਿੱਲ ਵੀ ਆਊਗਾ, ਤੇ ਜਿਹੜਾ ਬਿੱਲ ਆਊਗਾ ਤਾਂ ਉਹਦੇ ਨਾਲ ਜਿਹੜਾ ਹੈ ਕਿ ਹੌਲੀ ਹੌਲੀ ਖੇਤੀ ਸਬਸਿਡੀ ਜਿਹੜੀ ਉਹ ਖਤਮ ਕੀਤੀ ਜਾਊਗੀ। ਕਿਉਂਕਿ ਕੇਂਦਰ ਸਰਕਾਰ ਦੀ ਜਿਹੜੀ ਪਾਲਿਸੀ ਹੈ ਜਾਂ ਜਿਹੜੀ ਸ਼ਰਤ ਹੈ ਉਹਦੇ 'ਚ ਸਾਫ਼ ਤੌਰ 'ਤੇ ਸਾਹਮਣੇ ਆ ਰਿਹਾ ਕਿ ਜਿਹੜੀ ਵੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ, ਖੇਤੀ ਦੇ ਸੈਕਟਰ 'ਚ ਦਿੱਤੀ ਜਾਂਦੀ ਹੈ, ਜੇ ਸੂਬੇ ਉਹਨੂੰ ਖਤਮ ਕਰਨਗੇ ਤਾਂ ਉਹ ਵੱਧ ਕਰਜ਼ਾ ਲੈਣ ਦੇ ਭਾਗੀਦਾਰ ਹੋਣਗੇ। ਤਾਂ ਇਹ ਫਾਈਨੈਂਸ ਮਿਨਿਸਟਰੀ ਵੱਲੋਂ ਕਿਹਾ ਗਿਆ ਕਿ ਪੰਜਾਬ 3200 ਕਰੋੜ ਰੁਪਇਆ ਕਰਜ਼ਾ ਲੈ ਸਕਦਾ ਗਾ ਜੇ ਉਹ ਬਿਜਲੀ ਸਬਸਿਡੀ ਜਾਣੀ ਕਿ ਮੋਟਰਾਂ ਤੇ ਮੀਟਰ ਜਿਹੜੇ ਉਹ ਲਗਾ ਦਿੰਦਾ ਗਾ ਜਾਂ ਬਾਕੀ ਸਬਸਿਡੀ ਜਿਹੜੀਆਂ ਕਿਸਾਨਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਖਤਮ ਕਰ ਦਿੰਦਾ ਗਾ। ਪਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਇਸ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਕੁਝ ਟਿਊਬਵੈੱਲਾਂ ਤੇ ਮੀਟਰ ਲਾਏ ਗਏ, ਜਿਹਦੇ 'ਚ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਸੀਂ ਨਿਰਧਾਰਿਤ ਬਿਜਲੀ ਤੋਂ ਘੱਟ ਬਿਜਲੀ ਯੂਜ਼ ਕਰਦੇ ਹੋ ਤਾਂ ਜਿੰਨੀ ਬਿਜਲੀ ਤੁਸੀਂ ਘੱਟ ਯੂਜ਼ ਕੀਤੀ ਉਨੀ ਦੇ ਪੈਸੇ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣਗੇ। ਜਦਕਿ ਕਿਸਾਨਾਂ ਦਾ ਫਾਇਦਾ ਹੋਊਗਾ ਕਿ ਉਹ ਫ੍ਰੀ ਬਿਜਲੀ ਤਾਂ ਯੂਜ਼ ਕਰ ਹੀ ਰਹੇ ਨੇ, ਪਰ ਜਿੰਨੀ ਨਿਰਧਾਰਿਤ ਦਿੱਤੀ ਜਾਂਦੀ ਹੈ ਇੱਕ ਟਿਊਬਵੈੱਲ ਤੇ ਜੇ ਉਦੋਂ ਘੱਟ ਕੋਈ ਕਿਸਾਨ ਵਰਤਦਾ ਗਾ ਤਾਂ ਉਹਨੂੰ ਪੈਸੇ ਦਿੱਤੇ ਜਾਣਗੇ। ਤਾਂ ਇਹ ਲਾਜ਼ਮੀ ਤੌਰ ਤੇ ਇੱਕ ਤਰੀਕਾ ਸੀਗਾ ਕਿ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਟਿਊਬਵੈੱਲਾਂ ਤੇ ਜਿਹੜੇ ਮੀਟਰ ਨੇ ਉਹ ਲਗਾਏ ਜਾਣ ਤਾਂ ਕਿਸਾਨਾਂ ਦਾ ਰੁਝਾਨ ਜਿਹੜਾ ਵਧੇ। ਉਹ ਪਾਲਿਸੀ ਜਿਹੜੀ ਉਹ ਫੇਲ ਹੋਈ, ਕਿਸਾਨਾਂ ਨੇ ਉਹਨੂੰ ਜਿਹੜੀ ਤਰਜੀਹ ਨਹੀਂ ਦਿੱਤੀ, ਕਿਉਂਕਿ ਕਿਸਾਨਾਂ ਜਥੇਬੰਦੀਆਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਇੱਕ ਲਾਲਚ ਦੇ ਕੇ ਜਿਹੜੇ ਉਹ ਮੀਟਰ ਲਾਏ ਜਾ ਰਹੇ ਨੇ, ਬਾਅਦ 'ਚ ਇਹਨਾਂ ਦੇ ਬਿੱਲ ਜਿਹੜੇ ਉਹ ਲਾਜ਼ਮੀ ਤੌਰ ਤੇ ਆਉਣਗੇ ਆਉਣਗੇ। ਇਸ ਕਰਕੇ ਹੁਣ ਜਿਹੜੀ ਨਵੀਂ ਸ਼ਰਤ ਕੇਂਦਰ ਸਰਕਾਰ ਨੇ ਰੱਖੀ ਹੈ ਉਹ ਸਿੱਧੇ ਰੂਪ ਦੇ ਵਿੱਚ ਇਹੀ ਹੈ ਕਿ ਖੇਤੀ ਸਬਸਿਡੀ ਖਤਮ ਕਰੋ। ਖੇਤੀ ਸਬਸਿਡੀ ਖਤਮ ਕਰਨ ਦਾ ਰੀਜ਼ਨ ਸਭ ਤੋਂ ਵੱਡਾ ਜੇ ਆਪਾਂ ਪੱਖ ਦੇਖੀਏ ਪੰਜਾਬ ਦੇ ਵਿੱਚ ਤਾਂ ਉਹ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਹੈ ਜਿਹੜੀ ਕਿ 10.5 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਣਦੀ ਹੈ। ਜੇ ਤੁਸੀਂ ਮੀਟਰ ਲਾ ਕੇ ਉਹਨੂੰ ਖਤਮ ਕਰੋ ਉਹਦੇ ਬਾਅਦ ਤੁਹਾਡੇ ਪੁਆਇੰਟ ਜਿਹੜੇ ਉਹ ਮੈਚ ਕਰਨਗੇ, ਫਿਰ ਤੁਸੀਂ 0.5% ਕਰਜ਼ਾ ਜਿਹੜਾ ਉਹ ਜ਼ਿਆਦਾ ਚੱਕ ਸਕਦੇ ਹੋ। ਇਸ ਕਰਕੇ ਪੰਜਾਬ ਸਰਕਾਰ ਫਿਲਹਾਲ ਇਹ ਕਦਮ ਜਿਹੜੇ ਉਹ ਨਹੀਂ ਚੱਕੂ, ਕਿਉਂਕਿ ਸੂਬੇ ਜਿਹੜੇ ਨੇ ਉਹ ਇੰਨੇ ਆਰਥਿਕ ਤੌਰ ਤੇ ਕਮਜ਼ੋਰ ਨੇ ਜਿਹਦੇ ਲਈ ਸੂਬੇ ਦੀਆਂ ਸਰਕਾਰਾਂ ਦੀਆਂ ਖਾਮੀਆਂ ਵੀ ਨੇ, ਨੰਬਰ 2 ਤੇ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਵੀ ਨੇ ਕਿ GST ਇੰਪਲੀਮੈਂਟ ਕੀਤੀ ਗਈ। GST ਦੇ ਵਿੱਚ ਕੁਝ ਪ੍ਰੋਡਕਟ ਜਿਹੜੇ ਉਹ ਟੈਕਸ ਦੇ ਘੇਰੇ ਚੋਂ ਬਾਹਰ ਕੱਢੇ ਗਏ ਜਿਹਦਾ ਨੁਕਸਾਨ ਪੰਜਾਬ ਨੂੰ ਬਹੁਤ ਜ਼ਿਆਦਾ ਹੋਇਆ। ਤਾਂ 5 ਸਾਲ ਦੇ ਲਈ ਇਹ ਕਹਿਤਾ ਗਿਆ ਕਿ ਉਹਦੀ ਭਰਪਾਈ ਜਿਹੜੀ ਉਹ ਕੇਂਦਰ ਸਰਕਾਰ ਕਰੂਗੀ। ਤਾਂ ਉਹ ਬਕਾਇਆ ਲੈਣ ਦੇ ਲਈ ਕਿਸ ਤਰ੍ਹਾਂ ਸੂਬਿਆਂ ਨੂੰ ਵਾਰੀ ਵਾਰੀ ਗੁਜ਼ਾਰਿਸ਼ ਕਰਨੀ ਪੈਂਦੀ ਹੈ ਜਾਂ GST ਦਾ ਹਿੱਸਾ ਲੈਣ ਦੇ ਲਈ ਕਿਸ ਤਰ੍ਹਾਂ ਵਾਰ ਵਾਰ ਗੁਜ਼ਾਰਿਸ਼ ਕਰਨੀ ਪੈਂਦੀ ਹੈ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈਗਾ ਕਿ ਸੂਬੇ ਜਿਹੜੇ ਉਹ ਲਗਾਤਾਰ ਮੰਗ ਕਰਦੇ ਕਿ ਸਾਡਾ GST ਦਾ ਬਕਾਇਆ ਦੇ ਦਿਓ ਜਾਂ ਜਿਹੜੀ ਭਰਪਾਈ ਬਣਦੀ ਹੈ ਕੰਪਨਸੇਸ਼ਨ ਬਣਦੀ ਹੈਗੀ ਉਹ ਵੀ ਦੇ ਦਿਓ ਸਾਨੂੰ, ਤਾਂ ਉਹ ਜਿਹੜੀ ਉਹ ਨਹੀਂ ਮਿਲ ਰਹੀ। ਇਸ ਕਰਕੇ ਹੁਣ ਸੂਬਿਆਂ ਨੇ ਕਰਜ਼ਾ ਚੱਕਣਾ ਹੀ ਚੱਕਣਾ ਹੈ, ਕੇਂਦਰ ਸਰਕਾਰ ਨੂੰ ਪਤਾ ਹੈਗਾ, ਤੇ ਜੇ ਜ਼ਰੂਰਤ ਤੋਂ ਵੱਧ ਕਰਜ਼ਾ ਚੱਕਣਾ ਗਾ, ਜੇ ਪੰਜਾਬ ਸਰਕਾਰ ਨੇ 3200 ਕਰੋੜ ਰੁਪਏ ਲੈਣਾ ਤਾਂ ਉਹ ਕਿਸਾਨਾਂ ਦੀ ਬਿਜਲੀ ਸਬਸਿਡੀ ਜਿਹੜੀ ਉਹ ਖਤਮ ਕਰੇ। ਤਾਂ ਪਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਚੋਣਾਂ ਦੇ ਮੱਦੇਨਜ਼ਰ ਇਹ ਨਹੀਂ ਕਰ ਸਕਦੀ, ਕਿਉਂਕਿ ਇਹ ਬਲੰਡਰ ਮਿਸਟੇਕ ਸਾਬਤ ਹੋਊਗੀ, ਸਿਆਸੀ ਤੌਰ ਤੇ ਨੁਕਸਾਨ ਤਾਂ ਹੋਵੇਗਾ ਹੋਵੇਗਾ। ਪਰ ਜਿਸ ਤਰ੍ਹਾਂ ਲੋਕ ਜਾਗਰੂਕ ਹੋਏ ਨੇ ਕਿਸਾਨੀ ਅੰਦੋਲਨ ਦੇ ਚੱਲਦੇ, ਜਿਸ ਤਰ੍ਹਾਂ ਕਿਸਾਨੀ ਘੋਲਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਤਾਂ ਪੰਜਾਬ ਸਰਕਾਰ ਦੇ ਲਈ ਇਹ ਅੰਦੋਲਨ ਬਹੁਤ ਵੱਡਾ ਹੋਊਗਾ ਜੇ ਉਹਨਾਂ ਦੇ ਇਸ ਫੈਸਲੇ ਦੇ ਵਿਰੁੱਧ ਕਿਸਾਨ ਜਿਹੜੇ ਧਰਨੇ ਤੇ ਬੈਠ ਜਾਂਦੇ ਨੇ। ਤੇ ਇਸ ਕਰਕੇ ਪੰਜਾਬ ਸਰਕਾਰ ਤਾਂ ਫਿਲਹਾਲ ਇਹਦੇ ਨਾਲ ਸਹਿਮਤ ਨਹੀਂ ਹੋਊਗੀ, ਇਹਦੇ ਚੋਂ ਬਾਹਰ ਰਹੇਗੀ, ਪਰ ਕੁਝ ਸਟੇਟਾਂ ਜਿਹੜੀਆਂ ਨੇ ਉਹ ਖੇਤੀ ਸਬਸਿਡੀ ਖਤਮ ਕਰਨ ਵੱਲ ਵਧਣਗੀਆਂ, ਜਿਨ੍ਹਾਂ ਦੇ ਪੁਆਇੰਟ ਲਾ ਕੇ ਉਹਨਾਂ ਨੂੰ ਵੱਧ ਕਰਜ਼ਾ ਜਿਹੜਾ ਉਹ ਦਿੱਤਾ ਜਾਊਗਾ। ਬੇਸ਼ੱਕ ਸਟੇਟ ਗੌਰਮੈਂਟਾਂ ਲਾਲਚ ਵਾਸਤੇ ਕਦਮ ਚੁੱਕਣਗੀਆਂ, ਪਰ ਲਾਜ਼ਮੀ ਤੌਰ ਤੇ ਕਿਸਾਨੀ ਦੇ ਲਈ ਇਹ ਘਾਤਕ ਹੋਊਗਾ, ਕਿਉਂਕਿ ਸਬਸਿਡੀਆਂ ਤਾਂ ਪਹਿਲਾਂ ਹੀ ਜਿਹੜੀਆਂ ਇਹ ਕਿਸਾਨੀ ਦੀਆਂ ਖਤਮ ਕੀਤੀਆਂ ਜਾ ਰਹੀਆਂ ਨੇ। ਜੇ ਇੱਕ ਅੱਧਾ ਟਿਊਬਵੈੱਲਾਂ ਦੇ ਬਿੱਲ ਨਹੀਂ ਆਉਂਦੇ ਕਿਸਾਨਾਂ ਨੂੰ ਤਾਂ ਉਹਦੇ ਨਾਲ ਜਿਹੜਾ ਹੈ ਲਾਜ਼ਮੀ ਤੌਰ ਤੇ ਸਿਆਸੀ ਨੁਕਸਾਨ ਹੋਊਗਾ। ਪਰ ਜਿਹੜੀ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਹੈ ਉਹਦੇ 'ਚ ਮੇਰੀ ਇੱਕ ਨਿੱਜੀ ਰਾਏ ਹੈਗੀ ਕਿ ਟਿਊਬਵੈੱਲਾਂ ਨੂੰ ਜਿਹੜੀ ਮੁਫ਼ਤ ਬਿਜਲੀ ਹੈਗੀ ਉਹ ਤਰਕਸੰਗਤ ਕਰਨ ਦੀ ਜ਼ਰੂਰ ਜ਼ਰੂਰਤ ਹੈ ਜੀ, ਕਿ ਉਹਨੂੰ ਥੋੜ੍ਹਾ ਜਿਹਾ ਸੋਧ ਕੀਤੀ ਜਾਵੇ ਕਿ ਜਿਹੜੇ ਬਹੁਤ ਵੱਡੇ ਕਿਸਾਨ ਨੇ, ਕਿਉਂਕਿ ਜਿਹੜੇ ਬਹੁਤ ਵੱਡੇ ਕਿਸਾਨ ਨੇ ਉਹਨਾਂ ਦੇ 25-25, 30-30 ਟਿਊਬਵੈੱਲ ਕਨੈਕਸ਼ਨ ਨੇ, ਤਾਂ ਉਹ ਜਿਹੜੇ ਉਹ ਵੀ ਮੁਫ਼ਤ ਬਿਜਲੀ ਦੇ ਭਾਗੀਦਾਰ ਨੇ, ਪਰ ਉਹ ਇੰਨੇ ਕੁ ਕਾਬਲ ਕਿਸਾਨ ਹੈਗੇ ਨੇ ਕਿ ਉਹ ਬਿਜਲੀ ਦੇ ਬਿੱਲ ਜਿਹੜੇ ਉਹ ਤਾਰ ਸਕਦੇ ਨੇ। ਤਾਂ ਉਹਦੇ ਏਵਜ਼ ਦੇ ਵਿੱਚ ਤਰਕਸੰਗਤ ਕਰਕੇ ਛੋਟੀ ਕਿਸਾਨੀ ਦਾ ਹੱਥ ਜਿਹੜਾ ਹੈ, ਦਰਮਿਆਨੀ ਕਿਸਾਨੀ ਦਾ ਹੱਥ ਜਿਹੜਾ ਹੈ ਉਹ ਫੜਿਆ ਜਾ ਸਕਦਾ ਸਰਕਾਰ ਵੱਲੋਂ, ਕਿ ਬਿਜਲੀ ਸਬਸਿਡੀ ਨੂੰ ਤਰਕਸੰਗਤ ਕਰਨ, ਉਹਨੂੰ ਘਟਾਉਣ, ਕਿਉਂਕਿ ਜਿਹੜੇ ਵੱਡੇ ਕਿਸਾਨ ਨੇ ਜਿਨ੍ਹਾਂ ਦੇ
ਟਿਊਬਲਾਂ ਦੀ ਗਿਣਤੀ 15-15, 20-20 ਦੇ ਵਿੱਚ ਹੈਗੀ, ਤਾਂ ਜਦੋਂ ਉਹਨਾਂ ਤੋਂ ਸਬਸਿਡੀ ਹਟੂਗੀ ਤਾਂ ਸਬਸਿਡੀ ਬਹੁਤ ਜ਼ਿਆਦਾ ਘੱਟ ਰਹਿ ਜਾਊਗੀ, ਕਿਉਂਕਿ ਛੋਟੀ ਤੇ ਦਰਮਿਆਨੀ ਕਿਸਾਨੀ ਜਿਹੜੀ ਹੈ ਉਹਨੂੰ ਸਬਸਿਡੀ ਦੀ ਜ਼ਰੂਰਤ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਉਹ ਕਿਸਾਨ ਕਾਬਲ ਨਹੀਂ ਹੈਗਾ, ਆਰਥਿਕ ਤੌਰ ਤੇ ਸਟਰੋਂਗ ਨਹੀਂ ਹੈਗਾ, ਪਰ ਜਿਹੜਾ ਬਹੁਤ ਵੱਡਾ ਕਿਸਾਨ ਹੈ ਜੋ ਸਬਸਿਡੀ ਦਾ ਲਾਭ ਤਾਂ ਜ਼ਿਆਦਾ ਉਹੀ ਲੈਂਦਾ ਗਾ, ਜ਼ਿਆਦਾ ਮਲਾਈ ਜਿਹੜੀ ਹੈ ਸਬਸਿਡੀ ਦੀ ਉਹਦੇ ਕੋਲ ਹੀ ਜਾਂਦੀ ਹੈ। ਛੋਟੇ ਕਿਸਾਨਾਂ ਦਾ ਤਾਂ ਇੱਕ ਟਿਊਬਵੈੱਲ ਆ, ਕਈਆਂ ਦਾ ਦੋ ਦੋ ਤਿੰਨ ਤਿੰਨ ਘਰਾਂ ਦਾ ਸਾਂਝਾ ਇੱਕ ਟਿਊਬਵੈੱਲ ਹੈ ਖੇਤਾਂ ਦੇ ਵਿੱਚ, ਦੋ ਦੋ ਕਿਸਾਨਾਂ ਦਾ, ਇਸ ਕਰਕੇ ਉਹਨਾਂ ਨੂੰ ਸਬਸਿਡੀ ਜਿਹੜੀ ਉਹ ਮਿਲਣੀ ਚਾਹੀਦੀ ਹੈ, ਪਰ ਜਿਹੜਾ ਬਹੁਤ ਵੱਡਾ ਕਿਸਾਨ ਹੈ ਉਹਦੀ ਸਬਸਿਡੀ ਜਿਹੜੀ ਉਹ ਤਰਕਸੰਗਤ ਲਾਜ਼ਮੀ ਤੌਰ ਤੇ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ, ਕਿ ਦਰਮਿਆਨੇ ਕਿਸਾਨ ਤੱਕ ਜਿਹੜੀ ਹੈ ਸਬਸਿਡੀ ਰੱਖੀ ਜਾਵੇ, ਜਿਹੜਾ ਮਾਰਜਨਲ ਕਿਸਾਨ ਹੈਗਾ, ਵੱਡਾ ਕਿਸਾਨ ਹੈਗਾ, ਉਹ ਤੋਂ ਸਬਸਿਡੀ ਜਿਹੜੀ ਉਹ ਵਾਪਸ ਲਾਜ਼ਮੀ ਤੌਰ ਤੇ ਲੈਣੀ ਚਾਹੀਦੀ ਹੈ, ਤੇ ਉਹ ਪੈਸਾ ਜਿਹੜਾ ਹੈ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਭਲਾਈ ਤੇ ਲਾਉਣਾ ਚਾਹੀਦਾ, ਉਹਨੂੰ ਬਚਾਉਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿਉਂਕਿ ਸੂਬੇ ਦੇ ਵਿੱਚ ਹੁਣ ਇਹ ਤਰਕ ਵੀ ਹੁੰਦਾ, ਵੱਡਾ ਕਿਸਾਨ ਕਹਿੰਦਾ ਕਿ ਜਿਹੜਾ ਫੂਡ ਸਿਕਿਉਰਿਟੀ ਉਹਦੇ ਵਿੱਚ ਯੋਗਦਾਨ ਤਾਂ ਅਸੀਂ ਪਾਉਣੇ ਆਂਗੇ, ਛੋਟਾ ਤੇ ਮਾਰਜਨਲ ਕਿਸਾਨ ਜਿਹੜਾ ਹੈਗਾ ਉਹਦੇ ਕੋਲ ਤਾਂ ਘਰੇ ਖਾਣ ਜੋਗੇ ਦਾਣੇ ਹੁੰਦੇ ਨੇ, ਪਰ ਕਾਰਨ ਇਹ ਹੈ ਕਿ ਜਦੋਂ ਅਸੀਂ ਆਰਥਿਕ ਪਹੀਏ ਨੂੰ ਚੱਲਦਾ ਰੱਖਣਾ ਗਾ, ਇਨਸਾਨੀਅਤ ਦੀ ਗੱਲ ਜਦੋਂ ਹੈ, ਤੇ ਇਸ ਕਰਕੇ ਜਦੋਂ ਬਦਲਾਵ ਵੱਲ ਅਸੀਂ ਲੈ ਕੇ ਜਾਣਾ ਤਾਂ ਉਹਦੇ ਲਈ ਸਰਕਾਰ ਦਾ ਸਹਾਰਾ ਜਿਹੜਾ ਜ਼ਰੂਰੀ ਹੈ, ਤੇ ਇਹ ਕੜਾ ਹੋ ਸਕਦਾ ਲਾਜ਼ਮੀ ਤੌਰ ਤੇ, ਕਿਉਂਕਿ ਜਿਹੜੀ ਬਹੁਤ ਵੱਡੀ ਕਿਸਾਨੀ ਹੈ ਉਹ 1-2% ਹੀ ਹੈਗੀ, ਤੇ ਜਿਹੜੀ ਬਾਕੀ ਕਿਸਾਨੀ ਹੈ ਉਹਦੀ ਗਿਣਤੀ ਜ਼ਿਆਦਾ ਗਈ, ਉਹਨਾਂ ਕੋਲੇ ਟਿਊਬਵੈੱਲ ਕਨੈਕਸ਼ਨ, ਪਰ ਉਹ 2% ਤੋਂ ਬਹੁਤ ਜ਼ਿਆਦਾ ਘੱਟ ਨੇ, ਤੇ ਇਸ ਕਰਕੇ ਤਰਕਸੰਗਤ ਹੋਣੀ ਚਾਹੀਦੀ ਹੈ, ਪਰ ਜਿਹੜੀ ਕੇਂਦਰ ਸਰਕਾਰ ਦੀ ਪਾਲਿਸੀ ਹੈ ਉਹ ਲਾਜ਼ਮੀ ਤੌਰ ਤੇ ਸਬਸਿਡੀ ਖਤਮ ਕਰਕੇ ਸੂਬਿਆਂ ਨੂੰ ਲਾਲਚ ਦੇ ਕੇ ਜਿਹੜਾ ਹੈ ਵੱਧ ਕਰਜ਼ੇ ਦਾ ਉਸ ਪਾਸੇ ਵੱਲ ਹੈ, ਕਿ ਬਿਜਲੀ ਸੋਧ ਬਿੱਲ ਲਿਆਉਣ ਦੀ ਥਾਂ ਤੇ ਚਿੱਟੇ ਢੰਗ ਦੇ ਨਾਲ ਇੰਪਲੀਮੈਂਟ ਜਿਹੜਾ ਉਹ ਕਰ ਦਿੱਤਾ ਜਾਵੇ। ਬਿਲਕੁਲ ਜੀ, ਸਰਕਾਰਾਂ ਹਮੇਸ਼ਾ ਹੀ ਕੋਈ ਨਾ ਕੋਈ ਸਕੀਮ ਕੱਢ ਲੈਂਦੀਆਂ, ਸੋਚ ਲੈਂਦੀਆਂ ਵੀ ਜੇ ਬਿਜਲੀ ਦਾ ਕਾਨੂੰਨ ਪਾਸ ਨਹੀਂ ਹੋਇਆ ਤੇ ਸੂਬਾ ਸਰਕਾਰਾਂ ਤੇ ਪ੍ਰੈਸ਼ਰ ਪਾਇਆ ਜਾਵੇ ਤੇ ਲਾਲਚ ਦਿੱਤਾ ਜਾਵੇ, ਜਿਹਦੇ ਨਾਲ ਜਿਹੜੀ ਆ ਬਿਜਲੀ ਤੇ ਸਬਸਿਡੀ ਖਤਮ ਕੀਤੀ ਜਾਵੇ। ਤੇ ਤੁਸੀਂ ਜਿਵੇਂ ਕਿਹਾ ਸ਼ਰੀਫ, ਬਾਕੀ ਪੰਜਾਬ ਸਰਕਾਰ ਨਹੀਂ ਹਲੇ ਕਰਨ ਜਾ ਰਹੀ, ਕਿਉਂਕਿ ਮੂਹਰੇ ਚੋਣਾਂ ਵੀ ਆਉਣ ਵਾਲੀਆਂ ਆ, ਸੋ ਅੱਗੇ ਕਿਸਾਨ ਅੰਦੋਲਨ ਕਰ ਰਹੇ ਆ, ਬੜੇ ਗੁੱਸੇ ਦੇ ਵਿੱਚ ਹੈ। ਸੋ ਜੇ ਅਗਰ ਇਹ ਪੰਜਾਬ ਸਰਕਾਰ ਨੇ ਇਹਨੂੰ ਲਾਗੂ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੂੰ ਇਹਦਾ ਚੋਣਾਂ ਵਿੱਚ ਵੀ ਖਮਿਆਜ਼ਾ ਭੁਗਤਣਾ ਪਊਗਾ ਤੇ ਅੰਦੋਲਨ ਵੀ ਕਿਸਾਨ ਵਿੱਢਣਗੇ। ਸੋ ਆਪਾਂ ਅਗਲੀ ਖਬਰ 'ਤੇ ਚੱਲੀਏ ਜੀ। ਵਿਧਾਇਕ ਕੰਪੋਜ ਨੂੰ ਪਿੰਡ ਬੁੱਢਣਪੁਰ ਵਿਖੇ ਘੇਰਿਆ। ਦੇਖੋ ਜੀ, ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈਗਾ, ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਦੇ ਬਾਰਡਰਾਂ ਤੇ ਇਕੱਠ ਜਿਹੜਾ ਉਹ ਘਟ ਗਿਆ, ਤਾਂ ਉਹ ਦਿੱਲੀ ਦੇ ਬਾਰਡਰਾਂ ਤੇ ਇਕੱਠ ਘਟਣ ਦਾ ਮਤਲਬ ਇਹ ਨਹੀਂ ਕਿ ਕਿਸਾਨੀ ਅੰਦੋਲਨ ਜਿਹੜਾ ਉਹ ਠੰਡਾ ਪੈ ਗਿਆ ਜਾਂ ਲੋਕ ਕਿਸਾਨੀ ਅੰਦੋਲਨ ਦੇ ਨਾਲ ਨਹੀਂ ਜੁੜੇ ਹੋਏ, ਪਰ ਲੋਕ ਲਾਜ਼ਮੀ ਤੌਰ ਤੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਨੇ, ਤਾਂ ਧਰਾਤਲ ਤੇ ਜਿਹੜਾ ਗੁੱਸਾ ਹੈਗਾ ਉਹ ਲਗਾਤਾਰ ਜਾਰੀ ਹੈ। ਇਸ ਕਰਕੇ ਬਹੁਤ ਸਾਰੇ ਭਾਜਪਾ ਲੀਡਰਾਂ ਦਾ ਵਿਰੋਧ ਵੀ ਜਿਹੜਾ ਹੁੰਦਾ ਗਾ ਪੰਜਾਬ ਦੇ ਵਿੱਚ ਵੀ, ਹਰਿਆਣਾ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਦੇਖਿਆ ਜਾਂਦਾ ਗਾ, ਪਰ ਪੰਜਾਬ 'ਚ ਕੁਝ ਪਿੰਡ ਐਸੇ ਹੈਗੇ ਨੇ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਕੋਈ ਵੀ ਵਿਧਾਇਕ ਜਿਹੜਾ ਹੈ ਉਹ ਸਾਡੇ ਪਿੰਡ ਨਾ ਆਵੇ, ਕਿਸੇ ਵੀ ਪਾਰਟੀ ਦਾ ਸਿਆਸੀ ਲੀਡਰ ਜਿਹੜਾ ਹੈ ਉਹ ਸਾਡੇ ਪਿੰਡ ਨਾ ਆਵੇ, ਉਹਨਾਂ ਵੱਲੋਂ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਗਿਆ। ਇਸ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਵੀ ਸੰਬੰਧਿਤ ਕੁਝ ਪਿੰਡ ਨੇ, ਬਠਿੰਡਾ ਦੇ ਨਾਲ ਸੰਬੰਧਿਤ ਕੁਝ ਪਿੰਡ ਨੇ, ਪਟਿਆਲਾ ਦੇ ਨਾਲ ਸੰਬੰਧਿਤ ਕੁਝ ਪਿੰਡ ਨੇ, ਜਿੱਥੋਂ ਦੇ ਲੋਕਾਂ ਨੇ ਲਿਖ ਕੇ ਬੋਰਡ ਲਾਏ ਹੋਏ ਆ ਵੀ ਇਹਨਾਂ ਪਿੰਡਾਂ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਤੇ ਆਉਣ ਤੇ ਪੂਰਨ ਰੂਪ 'ਚ ਮਨਾਹੀ ਹੈ, ਅਸੀਂ ਜਿਹੜੇ ਉਹ ਸਿਆਸੀ ਪਾਰਟੀਆਂ ਦੇ ਲੀਡਰ ਪਿੰਡਾਂ 'ਚ ਨਹੀਂ ਬਣਨ ਦੇਣੇ। ਤਾਂ ਜਿਹੜੇ ਐਸੇ ਬੋਰਡ ਨੇ ਜਾਂ ਐਸਾ ਵਿਰੋਧ ਆ ਉਹ ਲਾਜ਼ਮੀ ਤੌਰ ਤੇ ਦੱਸਦੇ ਕਿ ਦਿੱਲੀ ਦੇ ਬਾਰਡਰਾਂ ਤੇ ਇਕੱਠ ਘਟੇ ਜਾਂ ਵਧੇ, ਪਰ ਕਿਸਾਨੀ ਅੰਦੋਲਨ ਦਾ ਜਿਹੜਾ ਅਸਰ ਹੈਗਾ ਉਹ ਘਰ ਘਰ ਤੱਕ ਹੈਗਾ। ਕਿਸਾਨ ਜਿਹੜੇ ਉਹ ਇਕਜੁੱਟ ਨੇ, ਉਹ ਆਪਣੇ ਹੱਕਾਂ ਦੇ ਲਈ ਜਿਹੜੇ ਉਹ ਲੜ ਰਹੇ ਨੇ, ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਲੜ ਰਹੇ ਨੇ, ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਾਰੇ ਲੀਡਰ ਜਿਹੜੇ ਉਹ ਸ਼ੱਕ ਦੇ ਘੇਰੇ ਦੇ ਵਿੱਚ, ਇਸ ਕਰਕੇ ਉਹਨਾਂ ਨੇ ਮੁਕੰਮਲ ਰੂਪ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਤੇ ਪਾਬੰਦੀਆਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ। ਤਾਂ ਉਸੇ ਤਰ੍ਹਾਂ ਜਿਹੜੇ ਰਾਜਪੁਰਾ ਤੋਂ ਵਿਧਾਇਕ ਨੇ ਹਰਦਿਆਲ ਸਿੰਘ ਕੰਬੋਜ, ਇਹ ਪਿੰਡ ਬੁੱਢਣਪੁਰ ਜਿਹੜਾ ਰਾਜਪੁਰ ਹਲਕੇ ਦੇ ਵਿੱਚ ਹੀ ਪੈਂਦਾ, ਉੱਥੇ ਗਏ ਸੀਗੇ, ਤਾਂ ਉਸ ਪਿੰਡ ਵਾਲਿਆਂ ਵੱਲੋਂ ਵੀ ਇਹ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਵਿਅਕਤੀ ਜਿਹੜਾ ਉਹ ਸਾਡੇ ਪਿੰਡ ਦੇ ਵਿੱਚ ਨਾ ਆਵੇ, ਕਿਉਂਕਿ ਸਾਰੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਕਿਸਾਨਾਂ ਦੇ ਦੁੱਖ ਦਰਦ ਇੰਨੇ ਲੰਮੇ ਸਮੇਂ ਤੋਂ ਵੀ ਮਹਿਸੂਸ ਜਿਹੜੇ ਉਹ ਨਹੀਂ ਕੀਤੇ ਜਾ ਰਹੇ, ਇਸ ਕਰਕੇ। ਪਰ ਇਹਦੇ ਬਾਵਜੂਦ ਜਿਹੜੇ ਵਿਧਾਇਕ ਕੰਬੋਜ ਸੀ ਉਹ ਬੁੱਢਣਪੁਰ ਪਹੁੰਚੇ, ਜਿੱਥੇ ਲੋਕਾਂ ਨੇ ਉਹਨਾਂ ਦੀ ਗੱਡੀ ਦਾ ਘਿਰਾਓ ਕੀਤਾ, ਚਾਰੇ ਪਾਸੇ ਤੋਂ ਗੱਡੀ ਘੇਰ ਲਈ ਤੇ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ। ਇਹਦੇ ਬਾਅਦ ਪੁਲਿਸ ਫੋਰਸ ਵੱਲੋਂ ਕਾਫੀ ਜੱਦੋ-ਜਹਿਦ ਦੇ ਬਾਅਦ ਵਿਧਾਇਕ ਨੂੰ ਜਿਹੜਾ ਪਿੰਡ ਚੋਂ ਬਾਹਰ ਕੱਢਿਆ ਗਿਆ। ਇਸ ਕਰਕੇ ਸਪਸ਼ਟ ਮੈਸੇਜ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨੀ ਅੰਦੋਲਨ ਦਾ ਅਸਰ ਜਿਹੜਾ ਉਹ ਨਹੀਂ ਘਟਿਆ, ਇਹੀ ਤਸਵੀਰ ਹਰਿਆਣਾ ਦੀ ਹੈ।
ਕਿ ਹਰਿਆਣਾ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਜਦੋਂ ਲੀਡਰਸ਼ਿਪ ਜਾਂਦੀ ਹੈ ਭਾਜਪਾ ਜਾਂ ਜੇਜੇਪੀ ਦੀ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈਗਾ। ਉਹਦੇ ਵਿੱਚ ਜਦੋਂ ਪਰਚੇ ਦਰਜ ਕੀਤੇ ਜਾਂਦੇ ਕਿਸਾਨਾਂ ਦੇ ਤਾਂ ਕਿਸਾਨ ਫਿਰ ਪ੍ਰਦਰਸ਼ਨ ਕਰਦੇ ਨੇ, ਉਹ ਪਰਚੇ ਵੀ ਰੱਦ ਕੀਤੇ ਜਾਂਦੇ ਨੇ ਤੇ ਕਿਸਾਨ ਰਿਹਾ ਵੀ ਕੀਤੇ ਜਾਂਦੇ ਨੇ। ਤਾਂ ਜ਼ਮੀਨੀ ਪੱਧਰ ਤੇ ਜਿਹੜੀ ਹਕੀਕਤ ਹੈਗੀ ਉਹਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਪਹਿਲਾਂ ਵਾਢੀ ਦਾ ਸੀਜ਼ਨ ਸੀਗਾ, ਫਿਰ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ, ਇਹਦੇ ਬਾਅਦ ਕਿਸਾਨ ਕਾਫਲੇ ਬੰਨ ਕੇ ਦਿੱਲੀ ਪਹੁੰਚ ਰਹੇ ਨੇ, ਇਕੱਠ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਵੱਧ ਰਿਹਾ ਹੈਗਾ। ਪਰ ਜਦੋਂ ਧਰਾਤਲ ਦੀ ਗੱਲ ਹੈ ਪੰਜਾਬ ਹਰਿਆਣੇ ਦੀ, ਤਾਂ ਉੱਥੇ ਕਿਸਾਨੀ ਅੰਦੋਲਨ ਦਾ ਸੇਕ ਉਸੇ ਤਰ੍ਹਾਂ ਬਰਕਰਾਰ ਹੈ ਤੇ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਲਾਜ਼ਮੀ ਤੌਰ ਤੇ ਜਿਹੜਾ ਹੈ ਘਰਾਓ ਦਾ ਸਾਹਮਣਾ ਵੀ ਕਰਨਾ ਪੈ ਰਿਹਾ, ਲੋਕਾਂ ਦੇ ਸਵਾਲਾਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈ ਰਿਹਾ। ਪ੍ਰਕਾਸ਼ ਸ਼ਦੀਪ ਜੀ, ਜਿਹੜਾ ਕਿਸਾਨ ਬਹੁਤ ਗੁੱਸੇ 'ਚ ਨੇ ਕਿਉਂਕਿ ਮੰਗਾਂ ਨੇ ਜਿਹੜੀਆਂ ਮੰਨੀਆਂ ਜਾ ਰਹੀਆਂ, ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ ਅਰਸ਼ਰੀ ਮੂਹਰੇ ਇਲੈਕਸ਼ਨ ਆਉਣ ਵਾਲੀ ਪੰਜਾਬ ਦੀ, ਤਾਂ ਫਿਰ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਕੀ ਇਲੈਕਸ਼ਨ ਦੇ ਵਿੱਚ ਇਹ ਲੀਡਰ ਪਿੰਡਾਂ ਵਿੱਚ ਜਾ ਸਕਣਗੇ? ਇਹ ਬੜਾ ਵੱਡਾ ਸਵਾਲ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਤਾਂ ਲਾਜ਼ਮੀ ਤੌਰ ਤੇ ਕਿ ਪਿੰਡਾਂ ਦੇ ਵਿੱਚ ਲੀਡਰਸ਼ਿਪ ਲਈ ਜਾਣਾ ਰਾਹ ਸੁਖਾਲਾ ਨਹੀਂ ਹੋਊਗਾ ਜੀ, ਕਿਉਂਕਿ ਬੇਸ਼ੱਕ ਆਪਾਂ ਕਹਿ ਦਿੰਦੇ ਹਾਂ ਕਿ ਸਿਆਸੀ ਪਾਰਟੀਆਂ ਦੇ ਇਕੱਠ ਹੋ ਰਹੇ ਆ ਜੀ, ਉੱਥੇ ਲੋਕ ਪਹੁੰਚ ਰਹੇ ਨੇ, ਤਾਂ ਆਪਾਂ ਨੂੰ ਵੀ ਪਤਾ ਕਿ ਸਿਆਸੀ ਪਾਰਟੀਆਂ ਇਕੱਠ ਕਿਸ ਤਰ੍ਹਾਂ ਕਰਦੀਆਂ ਨੇ ਕਿ ਜੇ ਰੈਲੀ ਕੀਤੀ ਜਾਂਦੀ ਹੈ ਤਾਂ ਕਈ ਕਈ ਜ਼ਿਲ੍ਹਿਆਂ ਦਾ ਇਕੱਠ ਹੁੰਦਾ ਕਿ ਕਈ ਕਈ ਜ਼ਿਲ੍ਹੇ ਲਾ ਕੇ ਉਹ 10-15 ਬੰਦਾ ਜਿਹੜਾ ਉਹ ਇਕੱਠਾ ਕਰਦੇ ਨੇ, ਜਿਹੜਾ ਕਿ ਉਹਨਾਂ ਦੀ ਪਾਰਟੀ ਦਾ ਵਰਕਰ ਹੁੰਦਾ ਗਾ, ਤੇ ਉਹ ਅੱਧੇ ਪੰਜਾਬ ਚੋਂ ਸੱਦਿਆ ਜਾਂਦਾ, ਮਾਝੇ ਵਾਲੀ ਸਾਈਡ ਪੂਰਾ ਮਾਝਾ ਜਿਹੜਾ ਸੱਦਿਆ ਹੁੰਦਾ ਇੱਕ ਰੈਲੀ ਤੇ, ਇਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਕਰਦੀਆਂ ਨੇ। ਪਰ ਜਦੋਂ ਪਿੰਡ ਪੱਧਰ ਤੇ ਆਪਾਂ ਦੇਖਦੇ ਹਾਂਗੇ ਤਾਂ ਪਿੰਡ ਪੱਧਰ ਤੇ ਰੋਸ ਲੋਕਾਂ ਦੇ ਵਿੱਚ ਤਿੱਖਾ ਗਾ ਜੀ, ਲੋਕਾਂ ਦੇ ਵਿੱਚ ਵਿਰੋਧ ਜਿਹੜਾ ਉਹ ਤਿੱਖਾ ਗਾ, ਇਸ ਕਰਕੇ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸ਼ੱਕੀ ਨਜ਼ਰ ਦੇ ਨਾਲ ਦੇਖ ਰਹੇ ਨੇ। ਕਈ ਸਾਰੇ ਪਿੰਡਾਂ ਦੇ ਵਿੱਚ ਤਾਂ ਬੋਰਡ ਲਾਇਆ ਕਿ ਸਿਆਸੀ ਲੀਡਰ ਆਵੇ ਨਾ, ਪਰ ਬਾਕੀ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਆ ਉਹ ਸਵਾਲ ਲਾਜ਼ਮੀ ਤੌਰ ਤੇ ਇਸ ਵਾਰ ਲੀਡਰਸ਼ਿਪ ਨੂੰ ਕਰਨਗੇ। ਇਸ ਨੂੰ ਲੈ ਕੇ ਪਾਰਟੀਆਂ ਰਣਨੀਤੀ ਵੀ ਬਣਾ ਰਹੀਆਂ ਨੇ, ਪਾਰਟੀਆਂ ਦੇ ਅੰਦਰ ਵੀ ਚਰਚਾ ਹੈਗੀ ਇਹ, ਕਿਉਂਕਿ ਜੇ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਸਾਹਮਣੇ ਦੁੱਖੜੇ ਰੋਏ ਕਿ ਸਾਥੋਂ ਪਿੰਡਾਂ 'ਚ ਨਹੀਂ ਵੜਿਆ ਜਾਣਾ, ਤਾਂ ਉਹਦਾ ਕਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੈ, ਪਰ ਨਾਲੋਂ ਨਾਲ ਦੂਜੇ ਮਸਲੇ ਵੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਵਾਰ ਪੰਜਾਬ ਦੀ ਸਿਆਸੀ ਹਵਾ ਜਿਹੜੀ ਉਹ ਬਦਲੀ ਹੋਈ ਹੈ, ਇਸ ਵਾਰ ਨੌਜਵਾਨ ਪ੍ਰਦਰਸ਼ਨ ਦੇ ਨਾਲ ਜੁੜੇ ਹੋਏ ਨੇ, ਤਾਂ ਲਾਜ਼ਮੀ ਤੌਰ ਤੇ ਸਵਾਲ ਜਿਹੜੇ ਉਹ ਪੁੱਛਣਗੇ। ਇਸ ਕਰਕੇ ਜਿਹੜੀ ਵੀ ਲੀਡਰਸ਼ਿਪ ਆਗੀ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੈ, ਜਦੋਂ ਲੋਕਾਂ ਦੇ ਵਿੱਚ ਜਾਊਗੀ ਤਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਨੂੰ ਦੇਣਾ ਪੈਣਾਗਾ। ਬਹੁਤ ਜਗ੍ਹਾ ਤੇ ਘਰਾਓ ਵੀ ਜਿਹੜਾ ਲੀਡਰਾਂ ਦਾ ਹੋਵੇਗਾ, ਇਹ 'ਚ ਵੀ ਕੋਈ ਦੋ ਰਾਏ ਜਿਹੜੀ ਉਹ ਨਹੀਂ ਹੈਗੀ, ਕਿਉਂਕਿ ਘਰਾਓ ਜੇ ਸੱਤਾ ਧਿਰ ਦੇ ਲੀਡਰਾਂ ਦਾ ਹੁਣੀ ਹੋ ਰਿਹਾ ਗਾ, ਕਿਉਂਕਿ ਵਿਧਾਇਕ ਰਾਜਾ ਵੜਿੰਗ ਦਾ ਵੀ ਹੋਇਆ ਤੇ ਹਰਦਿਆਲ ਸਿੰਘ ਕੰਬੋਜ ਦਾ ਵੀ ਹੋਇਆ, ਭਾਜਪਾ ਦੇ ਲੀਡਰਾਂ ਦਾ ਤਾਂ ਹੋ ਹੀ ਰਿਹਾ ਗਾ, ਤੇ ਇਸ ਕਰਕੇ ਜਿਹੜਾ ਘਰਾਓ ਦੀਆਂ ਘਟਨਾਵਾਂ ਵੀ ਇਸ ਵਾਰੀ ਸਾਹਮਣੇ ਆਉਣਗੀਆਂ, ਨਾਲੋਂ ਨਾਲ ਸਵਾਲਾਂ ਦੇ ਜਵਾਬ ਇਸ ਵਾਰੀ ਲੀਡਰਾਂ ਨੂੰ ਦੇਣੇ ਪੈਣਗੇ, ਇੰਨਾ ਸੌਖਾ ਜਿਹੜਾ ਉਹ ਨਹੀਂ ਹੋਏਗਾ। ਬਿਲਕੁਲ ਜੀ, ਕੋਈ ਸੌਖਾ ਨਹੀਂ ਹੈਗਾ, ਵਾਕਿਆ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ। ਅਗਰ ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੋ ਸਕਦਾ ਪਿੰਡਾਂ ਦੇ ਵਿੱਚੋਂ ਇਹਨਾਂ ਨੂੰ ਵਣ ਤੋਂ ਵੀ ਨਾ ਕਰ ਦਿੱਤੀ ਜਾਵੇ, ਅਤੇ ਮੇਰਾ ਖਿਆਲ ਆ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹ ਕੋਸ਼ਿਸ਼ ਕਰਨਗੀਆਂ ਕਿਸਾਨ ਜਥੇਬੰਦੀ ਦੀਆਂ ਲੀਡਰਾਂ ਦੇ ਨਾਲ ਮੀਟਿੰਗਾਂ ਕਰ ਕਰਕੇ ਇਸ ਪ੍ਰੋਬਲਮ ਨੂੰ ਸੁਲਝਾਉਣ ਦੀ। ਹੁਣ ਉਹਨਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਜੀ ਕਿਸਾਨ ਲੀਡਰਾਂ 'ਤੇ, ਵੀ ਉਹਨਾਂ ਨੇ ਫਿਰ ਇਹਨਾਂ ਦੀਆਂ ਝੋਲੀਆਂ 'ਚ ਡਿੱਗਣਾ ਜਾਂ ਕਿ ਸਟਿਲ ਆਪਣੇ ਸਟੈਂਡ 'ਤੇ ਕਾਇਮ ਰਹਿਣਾ। ਸੋ ਆਪਣੇ ਨਾਲ ਇੱਕ ਸਰੋਤੇ ਜਨ ਜੁੜ ਗਿਆ ਜੀ, ਅਸੀਂ ਵੀਰ ਆਪਾਂ ਦੇ ਕੀ ਕਹਿਣਾ ਚਾਹੁੰਦੇ ਨੇ। ਹੈਲੋ, 3331 ਔਨ ਦੀ ਏਅਰ ਹੋ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਹਾਂਜੀ, ਦੇਖੋ ਬਾਈ ਜੀ, ਆਪਣੇ ਕਿਸਾਨਾਂ ਦੀਆਂ ਮੰਗਾਂ ਜਾਂ ਆਪਣੇ ਨਾ ਉੱਥੋਂ ਜਿਹੜੀ ਰਾਜਨੀਤੀ ਚੱਲਦੀ ਆ ਜੀ, ਇਹ ਆਪਣੇ 1990 ਤੋਂ ਸ਼ੁਰੂ ਕਰ ਲਓ, ਜਦੋਂ ਆਪਣੇ ਵੀਪੀ ਸਿੰਘ ਸੀਗੇ ਤੇ ਆਪਣੇ ਉਹਨਾਂ ਦੇ ਨਾਲ ਦੇਵੀ ਲਾਲ ਸੀਗਾ। ਉਹ ਦੇਵੀ ਲਾਲ ਕਿਸਾਨਾਂ ਦੇ ਵਾਸਤੇ ਕਾਫੀ ਗੰਨੇ ਦੀਆਂ ਹੋਰ ਪ੍ਰੋਬਲਮਾਂ ਸੀ ਤੇ ਉਹ ਪ੍ਰੋਬਲਮ ਹੱਲ ਕਰਨਾ ਚਾਹੁੰਦਾ ਸੀ, ਤੇ ਉਹਨਾਂ ਨੂੰ ਦੇਵੀ ਲਾਲ ਨੂੰ ਆਪਣੇ ਰਿਜ਼ਾਇਨ ਦੇਣੇ ਪਏ ਅਗਸਤ 90 ਚ ਜੀ, ਮੇਰਾ ਖਿਆਲ 9 ਅਗਸਤ ਸੀਗੇ ਜੀ। ਤੇ ਆਪਣੇ ਉਹਦੇ ਦੇਖੋ ਉਹ ਦੂਸਰਾ ਆਪਣੇ ਨਾ ਵੀਪੀ ਸਿੰਘ ਨੇ ਸਟੈਂਡ ਲਿਆ ਤੇ ਆਪਣੇ ਉਹ ਮੰਡਲ ਕਮਿਸ਼ਨ ਦੀਆਂ ਆਪਣੇ ਸਿਫਾਰਸ਼ਾਂ ਜਿਹੜੀਆਂ ਸੀ ਉਹ ਲਾਗੂ ਕਰ ਦਿੱਤੀਆਂ, ਲੋਕਾਂ ਨੂੰ ਵੰਡ ਦਿੱਤਾ ਜੀ। ਹੈਂ, ਉਦੋਂ ਬਾਅਦ ਸਾਡੇ ਆਪਣੇ ਬੀਜੇਪੀ ਵਾਲਿਆਂ ਨੇ ਵੀ ਚਲੋ ਮੰਦਿਰ ਦਾ ਆਪਣਾ ਅਯੁੱਧਿਆ ਦਾ ਆਪਣਾ ਨਾ ਗੇਮ ਖੇਡੀ ਜੀ, ਪੋਲੀਟਿਕਸ ਦੇ ਵਿੱਚ ਸਾਡੀ ਉਹ ਆਪਣੇ ਆ ਗਏ ਜੀ, ਆਪਣੇ ਧਰਮ ਵੀ ਆ ਗਿਆ ਉਦੋਂ। ਉਦੋਂ ਬਾਅਦ ਵੀ ਆਪਣੇ ਉਹ 90 ਤੋਂ ਆਪਣੇ ਜਿਹੜਾ ਹੈਗਾ ਰੇਟ ਆਫ ਇੰਟਰਸਟ ਇਹਨਾਂ ਨੇ ਅਮਰੀਕਾ ਜਿਹੜਾ ਆਪਣੇ ਵਰਲਡ ਹੈਗਾ ਆਪਣੇ ਵਰਲਡ ਬੈਂਕ ਹੋਇਆ ਤੇ ਵਰਲਡ ਮੋਨਟਰੀ ਫੰਡ, ਜਾਣੀ ਕਿ ਜਿਹੜੀਆਂ ਬਾਹਰੀਆਂ ਤਾਕਤਾਂ ਵਾ ਫਾਈਨਾਂਸ ਨੂੰ ਕੰਟਰੋਲ ਕਰਨਾ ਚਾਹੁੰਦੇ, ਇਹਨਾਂ ਰੇਟ ਆਫ ਇੰਟਰਸਟ ਘਟਾ ਤੇ
ਆਪਣੇ ਜਿੰਨੇ ਲੋਕ ਸੀਗੇ ਉੱਥੇ ਜਮ੍ਹਾਂ ਕਰਾਉਂਦੇ ਸੀ, ਐਫ ਡੀ ਆਈ ਬਣਾਉਂਦੇ ਸੀ, ਇੰਡੀਆ ਵਿੱਚ ਵਿੱਚ 5 ਸਾਲ 'ਚ ਰਕਮ ਦੁੱਗਣੀ ਹੋਈ, ਉਹ ਸਾਰਿਆਂ ਲੋਕਾਂ ਨੇ ਪੈਸਾ ਕਢਾ ਲਿਆ ਜੀ। ਉਦੋਂ 90 'ਚ ਆਪਣਾ ਇਕਨੋਮੀ ਆਪਣੇ ਖਰਾਬ ਹੋਈ, ਸਾਨੂੰ ਪਾਲਿਸੀਆਂ ਵਰਲਡ ਦੀਆਂ ਲੈਣੀਆਂ ਪਈਆਂ। ਇਹ 90 ਤੋਂ ਕੰਮ ਸ਼ੁਰੂ ਹੁੰਦਾ, ਆਪਣੇ ਮੰਡਲ ਕਮਿਸ਼ਨ ਵਿੱਚ ਦੀਆਂ ਸਿਫਾਰਸ਼ਾਂ ਵੀ ਉਦੋਂ ਹੀ ਗੜਬੜ ਹੋਈ ਤੇ ਉਦੋਂ ਇਹ ਪੱਤੇ ਖੇਡੇ ਗਏ ਸਾਰੇ ਆਪਣੇ ਆਪਣੇ ਰਾਜਨੀਤੀ ਦੇ ਵਿੱਚ ਨਾ। ਇਕੋਨੋਮਿਕਲੀ ਵੀ ਸਾਨੂੰ ਪਾਲਿਸੀਆਂ ਬਦਲਣੀਆਂ ਪਈਆਂ ਕੰਟਰੀਆਂ ਦੀਆਂ ਜੀ। ਉਸ ਤੋਂ ਬਾਅਦ ਵੀਰੇ ਜੀ ਦੇਖੋ ਆਪਣੇ ਉਹੀ ਹੁਣ ਕਿਸਾਨਾਂ ਦੇ ਮਸਲੇ ਚੱਲਦੇ ਆ ਜੀ। ਮਨਮੋਹਨ ਸਿੰਘ ਆਇਆ, ਮਨਮੋਹਨ ਸਾਨੂੰ ਉਹ ਪਾਲਿਸੀਆਂ ਲੈਣੀਆਂ ਪਈਆਂ, ਬਾਅਦ 2014 ਚ ਆਪਣੇ ਆ ਗਏ ਆਪਣੇ ਮੋਦੀ ਸਾਹਿਬ, ਇਹਨਾਂ ਨੂੰ ਵੀ ਉਹਨਾਂ ਪਾਲਿਸੀਆਂ ਤੇ ਵਰਲਡ ਦੀਆਂ ਪਾਲਿਸੀਆਂ ਤੇ ਚੱਲਣਾ ਪਿਆ ਹੈ। ਇਹਨਾਂ ਨੂੰ ਖੇਤੀਬਾੜੀ ਦੇ ਵੀ ਉਹੀ ਆਪਣੇ ਨਾ ਲਾਗੂ ਬਾਹਰਲਾ ਦਬਾਅ ਦੇ ਕਰਕੇ ਹਨਾ ਸਾਰੇ ਬਿੱਲ ਉਹ ਲਿਆਉਣੇ ਪਏ। ਇਹਨਾਂ ਦੀ ਮਜਬੂਰੀ ਆ, ਇਹ ਫਸੇ ਹੋਏ ਆ ਇਕੋਨੋਮੀ ਤੌਰ ਤੇ ਵੀ, ਕਿਉਂਕਿ ਇਹਨਾਂ ਨੇ 90 ਤੋਂ ਬਾਅਦ ਕੰਟਰੀ ਦੀ ਇਕੋਨੋਮੀ ਵੀ ਤਬਾਹ ਹੋ ਗਈ ਸੀ ਜਿਹੜੀ ਇਹਨਾਂ ਨੂੰ ਆਪਣੇ ਨਾ ਸਾਰੀਆਂ ਪਾਲਿਸੀਆਂ ਬਦਲਣੀਆਂ ਪਈਆਂ ਤੇ ਧਰਮ ਦੀ। ਤੇ ਮੇਰਾ ਵੀਰੇ ਕੁਐਸਚਨ ਇਹ ਆ ਕਿ ਉਦੋਂ ਦੀਆਂ ਆਪਣੇ 30 ਸਾਲ ਤੋਂ ਚੱਲ ਰਹੀਆਂ ਇਹੋ ਜਿਹੇ ਕੰਮ ਆਪਣੇ ਇੰਡੀਆ ਦੇ ਵਿੱਚ ਹੈ ਤੇ ਪੋਲੀਟੀਕਲ ਪਾਰਟੀਆਂ ਵੀ ਉਹੀ ਗੇਮਾਂ ਖੇਡ ਰਹੀਆਂ ਕਿ ਹੁਣ ਸਾਡਾ ਸਵਾਲ ਇਹ ਆ ਵੀ ਜਿੱਦਾਂ ਮਮਤਾ ਬੈਨਰਜੀ ਆ ਕਿ ਉਹਦੇ ਥੱਲੇ ਓਪੋਜੀਸ਼ਨ ਸਾਰੀਆਂ ਇਕੱਠੀਆਂ ਹੋ ਕੇ ਕੋਈ ਆਪਣੇ ਸੈਂਟਰ ਚ ਗੌਰਮੈਂਟ ਵਾਸਤੇ ਚੌਂਦੀਆਂ ਇਲੈਕਸ਼ਨਾਂ ਦੇ ਵਿੱਚ ਕੋਈ ਸਟੈਂਡ ਚੰਗਾ ਲੈ ਸਕਦੀਆਂ ਜਾਂ ਆਪੋ ਧਾਪੋ ਵਿੱਚ ਇਹਨਾਂ ਦਾ ਇਹੀ ਹਾਲ ਰਹੂਗਾ ਜੀ। ਤੇ ਇਹਦੇ ਬਾਰੇ ਮਾੜਾ ਦੱਸਾਂ ਕਿਉਂਕਿ ਦੂਸਰੇ ਆਪਣੇ ਓਪੋਜੀਸ਼ਨ ਦੇ ਦੇਖੋ ਯੂਪੀ ਵਾਲੇ ਵੀ ਆ ਆਪਣੇ ਨਾ ਜਿਹੜੀ ਸੁਪਰੀਮੋ ਵੀ ਆ ਉਦੋਂ ਵੀ ਉਹਦੇ ਵੀ ਜਦੋਂ ਮਰਜ਼ੀ ਬਾਂਹ ਮਰੋੜ ਕੇ ਬੀਜੇਪੀ ਵਾਲੇ ਉਹਨੂੰ ਅਕਾਲੀਆਂ ਨਾਲ ਜਿਹੜਾ ਸਮਝੌਤਾ ਵੀ ਹੋਇਆ ਉਹ ਤੁੜਵਾ ਸਕਦੇ ਆ, ਉਹ ਫਾਈਨਲ ਨਹੀਂ ਗਾ ਵੀਰ ਜੀ। ਇਹ 20 ਸੀਟਾਂ ਲਈਆਂ ਵੀ ਆ, ਅਖੀਰ ਹਰਿਆਣੇ ਚ ਵੀ ਉਹਨਾਂ ਦਾ ਕੀਤਾ ਸੀ ਐਨਐਲਓ ਵਾਲਿਆਂ ਨਾਲ ਆਪਣੇ ਬੀਐਸਪੀ ਨੇ, ਔਰ ਬਾਅਦ ਚ ਉਹਨਾਂ ਨੇ ਦਬਕਾ ਮਾਰ ਕੇ ਤੜਵਾ ਦਿੱਤਾ ਸੀ ਖੀਰ ਚ ਆ ਕੇ। ਇਹ ਸਮਝੌਤੇ ਨੂੰ ਵੀ ਬੀਐਸਪੀ ਦੇ ਨੂੰ ਅਕਾਲੀਆਂ ਦੇ ਨੂੰ ਆਪਾਂ ਖੀਰਲਾ ਸਮਝੌਤਾ ਨਹੀਂ ਮੰਨ ਸਕਦੇ ਜਿੰਨਾ ਚਿਰ ਇਲੈਕਸ਼ਨਾਂ ਚ ਔਰ ਅਸੈਂਬਲੀ ਚ ਜੇ ਹਨਾ ਆਪੇ ਹੋ ਵੀ ਗਈਆਂ ਤੇ ਜ਼ਰੂਰੀ ਨੀ ਗਾ ਜੇ ਅਸੈਂਬਲੀ ਚੋਂ ਹਾਰ ਗਿਆ ਨਾ ਐਮਐਲਏ ਇਹਨਾਂ ਦੇ ਇਹਨਾਂ ਨੇ ਐਮਪੀ ਦਾ ਆਪਣੇ ਇਹ ਕਹਿੰਦੇ ਆਪਣੇ ਸੁਖਬੀਰ ਜੀ ਵੀ ਉਹੀ ਦੁਆਰਾ ਐਮਪੀ ਦੇ ਮੇਰੇ ਖਿਆਲ ਜੇ ਅਸੈਂਬਲੀ ਚੋਂ ਹਾਰ ਗਿਆ ਤੇ ਐਮਪੀ ਦਾ ਇਲੈਕਸ਼ਨ ਤੇ ਨਹੀਂ ਇਹਨਾਂ ਦਾ ਸਮਝੌਤਾ ਰਹੂਗਾ, ਮੇਰੇ ਖਿਆਲ ਪਹਿਲਾਂ ਵੀ ਟੁੱਟ ਸਕਦਾ ਇਲੈਕਸ਼ਨ ਤੋਂ ਪਹਿਲਾਂ ਵੀ। ਤੇ ਬਾਕੀ ਵੀਰ ਮੈਂ ਦੱਸਣਾ ਵੀ ਉਹ ਢੀਂਸਾ ਬਾਰੇ ਵੀ ਥੋੜਾ ਜਿਹਾ ਚੁੱਪ ਆ, ਸੁਖਬੀਰ ਵੀ ਕੱਲ ਚੁੱਪ ਹੀ ਰਹੇ ਤੇ ਕੀ ਦੁਆਰਾ ਤੇ ਆਪਣੇ ਮੈਦ ਵੀ ਉਹਨਾਂ ਨੂੰ ਵੀ ਨਾਲੇ ਅਸੀਂ ਲਾਈਏ। ਤੇ ਆਪਣੇ ਨਾ ਮਮਤਾ ਬੈਨਰਜੀ ਬਾਰੇ ਦੱਸਣਾ ਵੀ ਉਹ ਇਤਨਾ ਸਟੈਂਡ ਲੈ ਸਕਦੇ ਆ ਜਿੱਦਾਂ ਲਾਲੂ ਪ੍ਰਸ਼ਾਦ ਵੀ ਆ ਹੋਰ ਵੀ ਆ ਪਾਰਟੀਆਂ ਇਕੱਠੀਆਂ ਕਰਕੇ ਓਪੋਜੀਸ਼ਨ ਮਮਤਾ ਬੈਨਰਜੀ ਚਿਹਰਾ ਹੋ ਸਕਦੇ ਨੇ, ਇਹ ਚ ਕੋਈ ਦੋ ਰਾਏ ਨੇ ਕਿ ਮਮਤਾ ਬੈਨਰਜੀ ਚਿਹਰਾ ਹੋ ਸਕਦੇ ਨੇ, ਪਰ ਉਹਦੇ ਲਈ ਜ਼ਰੂਰੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ, ਕਿਉਂਕਿ ਜਦੋਂ ਆਪਾਂ ਰੀਜਨਲ ਪਾਰਟੀਆਂ ਦੀ ਯੂਪੀ ਬਿਹਾਰ ਉੜੀਸਾ ਚ ਗੱਲ ਕਰਦੇ ਹਾਂ ਜਾਂ ਕਰਨਾਟਕਾ ਚ ਗੱਲ ਕਰਦੇ ਹਾਂ ਤਾਂ ਸਾਰੀਆਂ ਜਨਤਾ ਪਾਰਟੀ ਚ ਨਿਕਲੀਆਂ ਹੋਈਆਂ ਪਾਰਟੀਆਂ ਨੇ ਕਿ ਜਨਤਾ ਪਰਿਵਾਰ ਹੀ ਉਹਦਾ ਟੁੱਟਿਆ ਹੈਗਾ, ਜਿਹਦੇ ਚ ਲਾਲੂ ਪ੍ਰਸ਼ਾਦ ਯਾਦਵ ਨੇ ਰਾਸ਼ਟਰੀ ਜਨਤਾ ਦਲ ਬਣਾਈ, ਮੁਲਾਇਮ ਸਿੰਘ ਯਾਦਵ ਨੇ ਸਮਾਜਵਾਦੀ ਪਾਰਟੀ ਬਣਾਈ, ਬੀਜੂ ਪਟਨਾਇਕ ਨੇ ਜਿਹੜੀ ਆਪਣੀ ਬੀਜੂ ਜਨਤਾ ਦਲ ਬਣਾਇਆ, ਜਨਤਾ ਦਲ ਸੈਕੂਲਰ ਐਚ ਡੀ ਦੇਵ ਗੌੜਾ ਨੇ ਬਣਾਇਆ, ਇੱਧਰ ਚੌਟਾਲਾ ਪਰਿਵਾਰ ਨੇ ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਬਣਾਇਆ, ਤਾਂ ਇੱਕੋ ਪਰਿਵਾਰ ਦੇ ਵਿੱਚੋਂ ਇੱਕੋ ਅੰਦੋਲਨ ਦੇ ਵਿੱਚੋਂ ਨਿਕਲੀਆਂ ਹੋਈਆਂ ਪਾਰਟੀਆਂ ਨੇ ਜਿਹੜੀਆਂ ਕਿ ਬਾਅਦ ਚ ਖੀਰੂ ਖੀਰੂ ਹੋਈਆਂ। ਇਸ ਕਰਕੇ ਇਹਨਾਂ ਨੂੰ ਜਦੋਂ ਇਕਜੁੱਟ ਕਰਨ ਦੀ ਗੱਲ ਆ ਗਈ ਕਿ ਮਮਤਾ ਬੈਨਰਜੀ ਚਿਹਰਾ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਜੇ ਕੋਸ਼ਿਸ਼ਾਂ ਹੁਣ ਤੋਂ ਸ਼ੁਰੂ ਕਰਨ, ਕਿਉਂਕਿ ਸ਼ਰਦ ਪਵਾਰ ਜਿਹਨਾਂ ਨੇ ਕਾਂਗਰਸ ਤੋਂ ਵੱਖ ਹੋ ਕੇ ਆਪਣੀ ਐਨਸੀਪੀ ਬਣਾਈ ਨੈਸ਼ਨਲ ਕਾਂਗਰਸ ਪਾਰਟੀ, ਤਾਂ ਸ਼ਰਦ ਪਵਾਰ ਵੱਲੋਂ ਪਹਿਲਕਦਮੀ ਜਿਸ ਹਿਸਾਬ ਦੇ ਨਾਲ ਕੀਤੀ ਗਈ ਉਸ ਸਮੇਂ ਵਧਾਈਆਂ ਜਿਹੜੀਆਂ ਉਹ ਦਿੱਤੀਆਂ ਗਈਆਂ, ਤਾਂ ਉਹਦੇ ਤੋਂ ਸਾਫ਼ ਸੀ ਕਿ ਸ਼ਾਇਦ ਨੋਨ ਕਾਂਗਰਸ ਨੋਨ ਬੀਜੇਪੀ ਅਲਾਇੰਸ ਵੱਲ ਇਹ ਪਾਰਟੀਆਂ ਜਿਹੜੀਆਂ ਉਹ ਵੱਧ ਸਕਦੀਆਂ ਨੇ, ਤਾਂ ਉਸ ਰੂਪ ਦੇ ਵਿੱਚ ਉਹ ਦੋ ਚਿਹਰੇ ਜਿਹੜੇ ਉਹ ਦੇਖ ਰਹੇ ਨੇ ਜੀ, ਤੇ ਅਰਵਿੰਦ ਕੇਜਰੀਵਾਲ ਦਾ ਚਿਹਰਾ ਵੀ ਉਹ ਦੇਖ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਮੂਹਰੇ ਲਾ ਕੇ ਜਿਹੜਾ ਹੈ ਲੜਿਆ ਜਾਵੇ, ਪਰ ਉਹਨਾਂ ਦਾ ਸਟੇਟ ਛੋਟੀ ਹੈ, ਦਿੱਲੀ ਤੱਕ ਹੀ ਉਹ ਮਹਿਦੂਦ ਨੇ, ਬੇਸ਼ੱਕ ਬਾਕੀ ਸੂਬਿਆਂ ਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਨੇ ਕਿ ਗੁਜਰਾਤ ਦੇ ਵਿੱਚ ਵੀ ਪੂਰੀਆਂ ਸੀਟਾਂ ਤੇ ਚੋਣਾਂ ਲੜਾਂਗੇ, ਉੱਤਰਾਖੰਡ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਉੱਤਰ ਪ੍ਰਦੇਸ਼ ਦੇ ਵਿੱਚ ਵੀ, ਪਰ ਉਹ ਕੋਸ਼ਿਸ਼ ਕਰ ਰਹੇ ਨੇ। ਪਰ ਮਮਤਾ ਬੈਨਰਜੀ ਜਿਸ ਹਿਸਾਬ ਦੇ ਨਾਲ ਉੱਭਰੇ ਨੇ ਵੈਸਟ ਬੰਗਾਲ ਦੀ ਚੋਣ ਤੋਂ ਬਾਅਦ ਕਿ ਤਮਾਮ ਜ਼ੋਰ ਜਿਹੜਾ ਬੀਜੇਪੀ ਵੱਲੋਂ ਲਾਇਆ ਗਿਆ, ਪਰ ਇਹਦੇ ਬਾਵਜੂਦ ਵੀ ਬਹੁਤ ਵੱਡੇ ਮਾਰਜਨ ਦੇ ਉੱਪਰ ਉਹਨਾਂ ਨੇ ਸੀਟਾਂ ਜਿੱਤੀਆਂ ਨੇ ਤੇ ਸਰਕਾਰ ਜਿਹੜੀ ਉਹ ਆਪਣੀ ਬਣਾਈ ਹੈ, ਤੀਜੀ ਵਾਰੀ ਲਗਾਤਾਰ ਉਹ ਮੁੱਖ ਮੰਤਰੀ ਬਣੇ ਨੇ, ਤੇ ਇਹਨਾਂ ਹਾਲਾਤਾਂ ਦੇ ਵਿੱਚ ਮਮਤਾ ਬੈਨਰਜੀ ਦੀ ਜਿਹੜੀ ਬਿਆਨਬਾਜ਼ੀ ਹੈਗੀ
ममता बैनर्जी जी बयानबाजी है केंद्र सरकार के बारे उस तो स्पष्ट मैसेज है कि वह नैशनल राजनीति च आना चाहते हैं, क्योंकि उन्होंने विधानसभा चोणों मौके भी कहा कि पहला पश्चिमी बंगाल के सरकार बनावेंगे फिर दिल्ली की सरकार जी बदलेंगे, यानी कि उन्होंने निशाना तो जोड़ा है। पर उन्होंने सब तो बड़ा चैलेंज जोड़ा यही है कि जिहड़ियां बाकी खेतरी पार्टियां ने खेतरी पार्टियां वो किस तरह इकट्ठा करके चलते हैं, जे खेतरी पार्टियां इकट्ठा करके चलते हैं कि की कांग्रेस वह हिस्सा आऊ कि नहीं, क्योंकि बहुत सारिया ऐसा पार्टियां ने कि जे कांग्रेस इस गठजोड़ का हिस्सा होंगी है तो वह इस गठजोड़ का हिस्सा जोड़ा नहीं होंगे। तो इन हालातों के नॉन कांग्रेस से नॉन बीजेपी अलायंस वाल खेतरी पार्टियां बढ़ सकदियां ने, यह है कि ममता बैनर्जी लीडरशिप बन के किस तरह रख सकती है, क्योंकि जो इन खेतरी पार्टियां की सरकार होगी तो वो 5 साल चलने की संभावना जी बहुत घट होंगी है, क्योंकि तो खेतरी पार्टियां के ज्यादातर लीडर जोड़े वो परिवारवाद को समर्पित है, खेतरी पार्टियां नालों नाल भ्रष्टाचार के केसा के बहुत ज्यादा लीडरशिप जी खेतरी पार्टियां की फसी हुई है। तो इन हालातों के राह सौखा नहीं है, पर कोशिश जी है इशारा जोड़ा वो ममता बैनर्जी के रूप से लाजमी तौर पर दिता जा रहा है, इसकी क्लैरिटी जी 5-6 महीनों के होने की संभावना की, क्योंकि उत्तर प्रदेश इलेक्शन जो ममता बैनर्जी आते हैं तो लाजमी तौर पर खेतरी पार्टियां उस पास वाल बढ़ रही ने कि नॉन कांग्रेस नॉन बीजेपी अलायंस बना के इस बार जोड़ा है 2024 के चोन मैदान के उतरिया जाए। बिल्कुल जी अशदीप जी, आप चलिए जिमें आप गल की पेलों भी जिमें जिमें इलेक्शन नेड़े आदियाँ इवें ही जड़िया पार्टियां सारिया राजनीतिक वो अपन सरगर्मियां बढ़ा रही खुंबा वागू बाहर निकल रहे हैं, पर प्रॉब्लम उन्होंने ये है भी किसान पिंड जाना तो उन्हों का बहुत औखा होया, पर हूँ आम पार्टी जी झाड़ू वाली है कैप्टन की रिहायश घेर जा रहा है आप विधायकों धक्का मुक्की। देखो जी जदों भी विधानसभा चोणां आउंदियां ने सारियां पार्टियां जिहड़ियां सरगर्म हो जांदियां ने धरने प्रदर्शन भी शुरू कर दियां ने, लोकां दे नाल संबंधित मुद्दे जिहड़े आ उह भी थोड़ा जोर शोर दे नाल चुकन लगदियां ने, यानी कि ग्राउंड जिहड़ा अपना हैगा उह तैयार कीता जांदा। इस समय पंजाब दे विच एससी एसटी बच्चों की स्कॉलरशिप का मसला जिहड़ा उह बेहद गंभीर मसला गा, ते उह अज दा मसला नहीं जदों तों इह स्कीम शुरू होई है उस समय तों इह स्कीम जिहड़ी उह विवादां दे विच रही है, क्योंकि पिछली सरकार से भी यह दोष लगते रहे कि एससी एसटी स्कॉलरशिप का पैसा जिहड़ा वो किते होर वरत्या गया जी। पैसा जिहड़ा वो फुरत फुरत किया गया, तो मुख्यमंत्री कैप्टन अमरिंदर सिंह ने यह कहा कि असी तमाम जांच करवा के इस मसले च दोषियों विरुद्ध कार्रवाई करांगे, पर हुण आखिरी समय च आके कैप्टन अमरिंदर सिंह की सरकार भी उही दोषां दा सामना जिहड़ा वो कर रही है कि आम आदमी पार्टी वल्लों यह दोष लाया जा रहा है कि 64 करोड़ रुपए का घपला जिहड़ा है उस स्कॉलरशिप के मामले च किया गया गा, ते नालों नाल बाकी पैसे भी जिहड़े वो जारी नहीं किए जा रहे, तो यह मसला लगातार चर्चा के जिहड़ा वो बनिया रहिंदा गा, बेहद अहम मसला गा, क्योंकि जो आप आर्थिक तौर पर कमजोर वर्ग की एजुकेशन की गल करते हैं, क्योंकि जो बच्चों को समाजिक बराबरी वाल लैके जाना गा बराबरता के समाज जो असी गल करते हैं तो उसके लिए जरूरी है कि एजुकेशन ते चंगे म्यार की एजुकेशन उन्होंने बच्चों को लाजमी तौर पर हो, तो जे कोई स्कीम आई हैगी तो पूर्ण रूप से उन्होंने बच्चों तक पहुंचनी चाहिए है बिना किसी देरी तो पहुंचनी चाहिए है, क्योंकि केंद्र हुण पंजाब सरकार कहती है कि केंद्र सरकार ने पैसा नहीं भेजा, पर केंद्र सरकार के नाल संबंधित लीडरशिप कहती है कि असी तो भेजा पंजाब सरकार ने वंडिया ने, तो इन हालातों के पिसदे वो बच्चे ने, क्योंकि उन्होंने रोल नंबर कॉलेजों वालों रोक ले जाते हैं, कॉलेज उन्होंने रोल नंबर पेपर देने जारी नहीं करते, कॉलेज साफ तौर पर कहने कि पहला फीस भरो, फीस भरन तो बाद ही जिहड़ा है रोल नंबर जारी किए जाएंगे फिर वो बच्चे पेपर दे सकेंगे। तो पंजाब के मुख्यमंत्री कैप्टन अमरिंदर सिंह ने यह भी कहा कि कोई भी कॉलेज रोल नंबर जिहड़ा वो नहीं रोक सकता, पर इस मामले दे विच भी जोर शोर दे नाल सरकार ने कदम जिहड़े वो नहीं चुके, ना निरपक्ष जांच की गल हो रही है ना ही कोई कलैरिटी जिहड़ी है स्कॉलरशिप स्कीम बारे दिती जा रही है। इन हालातों च आम आदमी पार्टी के विधायकों वालों जिहड़ा मुख्यमंत्री की रहायत सामने फैसला किया गया कि भुख हड़ताल जिहड़ी वो रखी जाऊगी, पर जो आम आदमी पार्टी के विधायक उत्थे गए तो वह तय होंगे कि जी भुख हड़ताल उन्होंने नहीं कर दी जाऊगी, तो उस समय चंडीगढ़ पुलिस वालों उन्होंने गिरफ्तार किया गया, उतों खदेड़िया गया, खिचतू जी की गई, और बाद आम आदमी पार्टी के विधायक जे आ गए। तो हम आम आदमी पार्टी ने कहा कि असं हर जिले के भुख हड़ताल मुहिम जी शुरू करेंगे एससी एसटी स्कॉलरशिप को लेकर कि पूरे पंजाब के भुख हड़ताल जी आम आदमी पार्टी की लीडरशिप वालों रखी जाऊगी। बेशक मसला यह गंभीर है तो यह हर फ्रंट पर जोड़ा चुकया जाना चाहिए गा, पर जो सियासी पार्टियां कोई मसला चुकदियां ने खास करके चोणों के नेड़े आके जोर शोर में चुकदियां ने तो उदो मामला जोड़ा वो शक्की बन जाता, लाजमी तौर पर यही लगता है कि अपनी सियासी ग्राउंड तैयार करने के लिए
ਇਹ ਕਦਮ ਜਿਹੜੇ ਉਹ ਚੁੱਕੇ ਜਾਂਦੇ ਨੇ। ਪਹਿਲਾਂ ਇਹ ਮਸਲਾ ਚੋਣਾਂ ਜਦੋਂ ਨੇੜੇ ਨਾ ਹੋਣ ਤਾਂ ਹੌਲੀ ਹੌਲੀ ਚੁੱਕਿਆ ਜਾਂਦਾ, ਇੱਕ ਅੱਧੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਦੀ ਚਰਚਾ ਹੁੰਦੀ ਹੈ ਤੇ ਬਾਅਦ ਦੇ ਵਿੱਚ ਚੋਣਾਂ ਨੇੜੇ ਆ ਕੇ ਧਰਨੇ ਪ੍ਰਦਰਸ਼ਨਾਂ ਤੱਕ ਮਾਮਲਾ ਜਿਹੜਾ ਉਹ ਪਹੁੰਚਦਾ ਗਾ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਜਿਹੜੀ ਵੀ ਸੱਤਾ ਤੇ ਰਹਿ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਸਕਾਲਰਸ਼ਿਪ ਦੇ ਪ੍ਰਤੀ ਪਾਰਦਰਸ਼ਤਾ ਦਿਖਾਵੇ, ਇਸ ਸਕਾਲਰਸ਼ਿਪ ਦੇ ਪ੍ਰਤੀ ਕਲੈਰਿਟੀ ਦੇ ਕੇ ਰੱਖੇ ਕਿ ਇੰਨਾ ਕੁ ਇਨਸ਼ੋਰ ਲਾਜ਼ਮੀ ਤੌਰ ਤੇ ਕਰਕੇ ਰੱਖੇ ਕਿ ਕਿਸੇ ਬੱਚੇ ਦਾ ਰੋਲ ਨੰਬਰ ਜਿਹੜਾ ਉਹ ਨਾ ਰੋਕਿਆ ਜਾਵੇ, ਕਿਉਂਕਿ ਬੱਚੇ ਨੇ ਮਿਹਨਤ ਕੀਤੀ ਹੁੰਦੀ ਹੈ ਇੱਕ ਸਾਲ ਤਾਂ ਉਹ ਪੇਪਰ ਜਿਹੜਾ ਉਹ ਆਪਣਾ ਦੇ ਸਕੇ। ਨਾਲੋਂ ਨਾਲ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਦੀ ਆਪਸੀ ਤਸਲਬਾਜ਼ੀ ਚੱਲਦੀ ਹੈ, ਬਿਆਨਬਾਜ਼ੀ ਚੱਲਦੀ ਹੈ, ਉਹਦੇ 'ਚ ਪਿਸਦੇ ਜਿਹੜੇ ਉਹ ਬੱਚੇ ਨੇ ਜਿਹੜੇ ਪਹਿਲਾਂ ਹੀ ਆਰਥਿਕ ਤੌਰ ਤੇ ਕਮਜ਼ੋਰ ਨੇ, ਫੀਸਾਂ ਨਹੀਂ ਤਾਰ ਸਕਦੇ, ਇਸ ਕਰਕੇ ਉਹਨੂੰ ਲੈ ਕੇ ਵੀ ਕਲੈਰਿਟੀ ਜਿਹੜੀ ਲਾਜ਼ਮੀ ਤੌਰ ਤੇ ਹੋਣੀ ਚਾਹੀਦੀ। ਇਸ ਕਰਕੇ ਅਜਿਹੇ ਮਸਲਿਆਂ ਤੇ ਸਿਆਸਤ ਬਿਲਕੁਲ ਨਹੀਂ ਹੋਣੀ ਚਾਹੀਦੀ, ਸੱਤਾ ਧਿਰ ਨੂੰ ਵੀ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਜਿਹੜੀ ਮਰਜ਼ੀ ਹੋਵੇ। ਕੇਂਦਰ ਸਰਕਾਰ ਨੇ ਵੀ ਜੇ ਸਕੀਮ ਸ਼ੁਰੂ ਕੀਤੀ ਹੈ ਤਾਂ ਉਹਨਾਂ ਨੂੰ ਵੀ ਸੰਜੀਦਗੀ ਜਿਹੜੀ ਉਹ ਦਿਖਾਉਣੀ ਚਾਹੀਦੀ ਹੈ, ਸਿਆਸਤ ਜਿਹੜੀ ਅਜਿਹੇ ਮੁੱਦਿਆਂ 'ਚ ਨਹੀਂ ਆਉਣੀ ਚਾਹੀਦੀ, ਕਿਉਂਕਿ ਜਦੋਂ ਬੱਚਿਆਂ ਦੀ ਐਜੂਕੇਸ਼ਨ ਦਾ ਸਵਾਲ ਹੈ, ਹਾਇਰ ਐਜੂਕੇਸ਼ਨ ਦਾ ਸਵਾਲ ਹੈ, ਉਹਨਾਂ ਦੇ ਭਵਿੱਖ ਦਾ ਸਵਾਲ ਹੈ, ਤਾਂ ਗੰਭੀਰਤਾ ਦੇ ਨਾਲ ਇਸ ਵਿਸ਼ੇ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ। ਪਰ ਅਫਸੋਸ ਹੈ ਕਿ ਇਸ ਮਸਲੇ ਤੇ ਗੰਭੀਰਤਾ ਦੇ ਨਾਲ ਸੋਚਣ ਦੀ ਥਾਂ ਤੇ ਸਿਆਸਤ ਕਰਨ ਨੂੰ ਤਵੱਜੋ ਜਿਹੜੀ ਉਹ ਜ਼ਿਆਦਾ ਦਿੱਤੀ ਜਾਂਦੀ ਹੈ। ਬਿਲਕੁਲ ਅਸ਼ਰੀਫ ਜੀ, ਵਾਕਿਆ ਜਿਹੜੇ ਸਿਆਸਤ ਕੀਤੀ ਜਾਂਦੀ ਆ ਸਿਰਫ ਵੋਟਾਂ ਦੀ ਖਾਤਰ ਕੀਤੀ ਜਾਂਦੀ ਆ, ਗਰਾਊਂਡ ਫਲੋਰ 'ਤੇ ਹਲੇ ਕੋਈ ਕੁਛ ਨਹੀਂ ਦਾ। ਪਿਛਲੇ ਸਮੇਂ 'ਚ ਆਪ ਪਾਰਟੀ ਦਾ ਵੀ ਕੋਈ ਵੀ ਲੀਡਰ, ਕੋਈ ਵੀ MLA MP ਕਿਤੇ ਵੀ ਵਿਚਰਦਾ ਨਹੀਂ ਦਿਸਿਆ। ਸੋ ਇਹ ਸਿਆਸਤ ਆ ਜੀ, ਸਿਆਸਤ ਬੜੀ ਗੰਦੀ ਆ, ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਜੀ। ਬਾਕੀ ਅਸ਼ਦੀਪ ਜੀ, ਕਿਸਾਨਾਂ ਦਾ ਜਿਹੜਾ ਆਪਾਂ ਪਹਿਲੋਂ ਬਿਗਨੇ 'ਚ ਵੀ ਜ਼ਿਕਰ ਕੀਤਾ ਸੀ ਵੀ ਅੰਦੋਲਨ ਚੱਲ ਰਿਹਾ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬ ਤੋਂ ਸ਼ੁਰੂ ਹੁੰਦਾ ਹੋਇਆ ਹਰਿਆਣੇ ਦਿੱਲੀ ਦੀਆਂ ਬਰੂਹਾਂ 'ਤੇ ਗਿਆ, ਫਿਰ ਦੋਹਾਂ ਸਟੇਟਾਂ ਦਾ ਕਿਹਾ, ਫਿਰ ਚੌਂਹ ਦਾ ਕਿਹਾ। ਅਸਲ 'ਚ ਇਹ ਤਾਂ ਅੰਦੋਲਨ ਇਸ ਵੇਲੇ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਸਾਰੇ ਫੈਲ ਚੁੱਕਾ ਜੀ। COVID-19 ਦੀ ਲੋਕਡਾਊਨ ਹੋਣ ਦੇ ਬਾਵਜੂਦ ਕਨੇਡਾ, ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਜਿੱਥੇ ਜਿੱਥੇ ਵੀ ਕਿਸਾਨ ਬੈਠੇ, ਖਾਸ ਕਰਕੇ ਪੰਜਾਬੀ, ਉਹਨਾਂ ਨੇ ਰੈਲੀਆਂ ਅਤੇ ਧਰਨੇ ਅਤੇ ਵਿਖਾਵੇ ਕੀਤੇ, ਈਵਨ ਜਿਹੜੀਆਂ ਭਾਰਤ ਦੀਆਂ ਅੰਬੈਸੀਆਂ ਦੇ ਸਾਹਮਣੇ ਵੀ ਜਾ ਕੇ। ਸੋ ਕਿਸੇ ਭਾਵੇਂ ਜਿਵੇਂ ਕਹਿੰਦੇ ਆ ਬਈ ਭਾਵੇਂ ਸੈਂਚਰੀ, ਅੱਜ ਕੱਲ੍ਹ ਕ੍ਰਿਕਟਰ ਨੇ ਤਾਂ ਨਾ ਮਾਰੀ ਹੋਵੇ ਡਬਲ ਸੈਂਚਰੀ, ਪਰ ਕਿਸਾਨਾਂ ਨੂੰ ਕਹਿੰਦੇ ਵੀ ਤਕਰੀਬਨ 6 ਮਹੀਨੇ ਤਾਂ 20 ਦਿਨ ਹੋ ਗਏ ਉੱਥੇ ਪਹੁੰਚਿਆਂ ਨੂੰ, ਅਤੇ ਡਬਲ ਸੈਂਚਰੀ ਕਿਸਾਨਾਂ ਨੇ ਮਾਰ ਦਿੱਤੀ ਆ, ਅਤੇ ਦਿੱਲੀ ਬਾਰਡਰਾਂ 'ਤੇ ਸੰਘਰਸ਼ ਦੇ 200 ਦਿਨ ਪੂਰੇ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਦਿੱਲੀ ਬਾਰਡਰਾਂ ਤੇ ਕਿਸਾਨਾਂ ਦਾ ਸੰਘਰਸ਼ ਜਿਹੜਾ ਉਹ ਚੱਲ ਰਿਹਾ ਹੈਗਾ ਲਗਾਤਾਰ, ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਲੰਮਾ ਸੰਘਰਸ਼ ਕਿਸਾਨ ਲੀਡਰਸ਼ਿਪ ਵੱਲੋਂ ਕੀਤਾ ਗਿਆ, ਪਰ ਉਸ ਸਮੇਂ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਵੀ ਜ਼ਿੰਮੇਵਾਰੀ ਨਹੀਂ ਦਿਖਾਈ, ਜਦਕਿ ਉਹਨਾਂ ਨੂੰ ਦਿਖਾਉਣੀ ਚਾਹੀਦੀ ਸੀ, ਕਿਉਂਕਿ ਬੇਸ਼ੱਕ ਸਾਰੀਆਂ ਪਾਰਟੀਆਂ ਦੇ ਲੀਡਰ ਹਾਈਕਮਾਂਡ ਦੇ ਨਾਲ ਵੱਜੇ ਹੁੰਦੇ ਨੇ, ਪਰ ਜਿਹੜੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਆ, ਜੇ ਉਹਨਾਂ ਨੇ MP ਬਣਨਾ, MLA ਬਣਨਾ, ਤਾਂ ਚੋਣਾਂ ਜਿਹੜੀਆਂ ਉਹਨਾਂ ਨੂੰ ਪੰਜਾਬੀਆਂ 'ਚ ਹੀ ਲੜਨੀਆਂ ਪੈਣੀਆਂ ਨੇ, ਵੋਟਾਂ ਜਿਹੜੀਆਂ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਮੰਗਣੀਆਂ ਨੇ, ਜਿਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਸ ਸਮੇਂ ਕਿ ਉਹ ਸਾਫ਼ ਤਸਵੀਰ ਆਪਣੀ ਹਾਈਕਮਾਂਡ ਨੂੰ ਦਿਖਾਉਂਦੇ ਤੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਜਿਹੜੀ ਉਹ ਨਾ ਪੈਂਦੀ, ਪਰ ਉਸ ਸਮੇਂ ਕਿਸਾਨੀ ਅੰਦੋਲਨ ਨੂੰ ਜਿਹੜਾ ਅਣਗੌਲਿਆ ਕੀਤਾ ਗਿਆ, ਤਾਂ ਉਹਦੇ ਬਾਅਦ ਜਦੋਂ ਅੰਦੋਲਨ ਦਿੱਲੀ ਪਹੁੰਚਿਆ ਤਾਂ ਇਸਦੇ ਬਾਅਦ ਇਹ ਅੰਦੋਲਨ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਵੀ ਗਿਆ, ਨੈਸ਼ਨਲ ਪੱਧਰ ਤੇ ਵੀ ਗਿਆ, ਕਿ ਕਿਸਾਨ ਜਿਹੜੇ ਉਹ ਜਾਗਰੂਕ ਹੋਏ, 3 ਖੇਤੀ ਕਾਨੂੰਨਾਂ ਦੀ ਚਿਣਕ ਜਿਹੜੀ ਉਹ ਜਿਹੜਾ ਪ੍ਰਦਰਸ਼ਨ ਸੀਗਾ ਉਹ ਚੱਲੀ, ਚਿਣਕ ਉਹਦੀ ਜਾਗੀ ਤਾਂ ਹਰਿਆਣਾ ਵੀ ਉੱਠਿਆ, ਵੈਸਟਰਨ UP ਵੀ ਉੱਠਿਆ, ਰਾਜਸਥਾਨ 'ਚੋਂ ਵੀ ਆਵਾਜ਼ ਉੱਠੀ, ਉੱਤਰਾਖੰਡ ਤੇ ਖਾਸ ਕਰਕੇ ਜਿਹੜਾ ਤਰਾਈ ਇਲਾਕਾ ਹੈਗਾ ਜਿੱਥੇ ਕਿ ਪੰਜਾਬੀ ਕਿਸਾਨਾਂ ਦੀ ਗਿਣਤੀ ਜ਼ਿਆਦਾ ਗਈ, ਤਾਂ ਉੱਥੋਂ ਵੀ ਜਿਹੜੇ ਪ੍ਰਦਰਸ਼ਨ ਦੇ ਵਿੱਚ ਕਿਸਾਨ ਪਹੁੰਚੇ, ਤਾਂ ਇਹਦੇ ਨਾਲ ਇਹ ਉੱਤਰੀ ਭਾਰਤ ਦੇ ਵਿੱਚ ਕਿਸਾਨਾਂ 'ਚ ਜੋਸ਼ ਜਿਹੜਾ ਉਹ ਜ਼ਿਆਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਬਾਕੀ ਇਲਾਕਿਆਂ ਦੇ ਵਿੱਚ ਵੀ ਲਾਜ਼ਮੀ ਤੌਰ 'ਤੇ ਕਿਸਾਨ ਜਿਹੜਾ ਉਹ ਕਿਸਾਨ ਦਾ ਦਰਦ ਸਮਝਦਾ ਗਾ, ਅਤੇ ਪੰਜਾਬ ਹਰਿਆਣਾ ਦੇ ਕਿਸਾਨ ਨਾਲੋਂ ਬਾਕੀ ਸੂਬਿਆਂ ਦੇ ਕਿਸਾਨ ਜਿਹੜੇ ਨੇ ਉਹ ਜ਼ਿਆਦਾ ਔਖੇ ਨੇ, ਕਿਉਂਕਿ ਉਹਨਾਂ ਨੂੰ MSP ਬਹੁਤ ਸਮੇਂ ਤੋਂ ਨਹੀਂ ਮਿਲ ਰਹੀ, ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਘੱਟ ਰੇਟ 'ਤੇ ਵਿਕਦੀਆਂ ਨੇ, ਅਤੇ ਇਸ ਕਰਕੇ ਇਹ ਮਸਲਾ ਜਿਹੜਾ ਬਹੁਤ ਗੰਭੀਰ ਮੁੱਦਾ ਸੀਗਾ। ਤਾਂ ਹੁਣ ਜਦੋਂ 200 ਦਿਨ ਪੂਰੇ ਹੋ ਗਏ ਨੇ ਦਿੱਲੀ ਦੇ ਬਾਰਡਰਾਂ 'ਤੇ, ਤਾਂ ਲਾਜ਼ਮੀ ਤੌਰ 'ਤੇ ਕਈ ਕਿਸਮ ਦੇ ਸ਼ੰਕੇ, ਸਵਾਲ ਤੇ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਪਰ ਕਿਸਾਨ ਜਥੇਬੰਦੀਆਂ ਵੱਲੋਂ ਸਾਫ਼ ਕੀਤਾ ਗਿਆ ਕਿ ਅੰਦੋਲਨ ਬੇਸ਼ੱਕ 2024 ਤੱਕ ਲੜਨਾ ਪਵੇ, ਪਰ ਇਹ ਅੰਦੋਲਨ ਲਾਜ਼ਮੀ ਤੌਰ 'ਤੇ ਲੜਿਆ ਜਾਊਗਾ, ਤੇ ਜਿਹੜੇ ਜਿਹੜੇ ਸੂਬਿਆਂ 'ਚ ਵੀ ਵਿਧਾਨ ਸਭਾ ਚੋਣਾਂ ਆਉਣਗੀਆਂ ਉੱਥੇ ਕਿਸਾਨਾਂ ਵੱਲੋਂ ਪ੍ਰਚਾਰ ਵੀ ਵੱਡੀ ਗਿਣਤੀ 'ਚ ਜਾ ਕੇ ਕੀਤਾ ਜਾਊਗਾ, ਜਿਹਦੀ ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਉਦਾਹਰਨ ਸਭ ਤੋਂ ਪਹਿਲਾਂ ਦਿੱਤੀ ਹੈ, ਕਿਉਂਕਿ ਉੱਤਰਾਖੰਡ ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੇ ਵੀ ਚੋਣਾਂ ਜਿਹੜੀਆਂ 2022 ਦੇ ਵਿੱਚ ਨੇ, ਤਾਂ ਉੱਤਰਾਖੰਡ ਦੇ ਵਿੱਚ ਸੱਤਾ ਪਰਿਵਰਤਨ ਦੀ ਪੂਰੀ ਪੂਰੀ ਸੰਭਾਵਨਾ ਗੀ, ਪੰਜਾਬ ਦੇ ਵਿੱਚ ਤਾਂ ਲੋਕ ਜਾਗਰੂਕ ਹੀ ਨੇ, ਤੇ ਇਸ ਕਰਕੇ ਉੱਤਰ ਪ੍ਰਦੇਸ਼ ਜਿਹੜਾ ਉਹ ਵੱਡਾ ਸੂਬਾ ਮੰਨਿਆ ਜਾਂਦਾ ਹੈਗਾ, ਕਿਉਂਕਿ ਉੱਥੇ 80 MP ਦੀਆਂ ਸੀਟਾਂ ਨੇ,
ਤੇ ਬਹੁਤ ਪਾਪੂਲੇਸ਼ਨ ਦੇ ਹਿਸਾਬ ਨਾਲ ਬਹੁਤ ਵੱਡਾ ਸੂਬਾ ਹੈਗਾ। ਇਸ ਕਰਕੇ ਪੰਚਾਇਤੀ ਚੋਣਾਂ ਦੇ ਨਤੀਜੇ ਜਿਹੜੇ ਉੱਥੇ ਭਾਜਪਾ ਦੇ ਲਈ ਸਹੀ ਨਹੀਂ ਆਏ ਤੇ ਕਿਸਾਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੇ ਸਾਡੀ ਗੱਲ ਨਹੀਂ ਸੁਣੀ ਜਾਊਗੀ ਤੇ ਜਿਸ ਤਰ੍ਹਾਂ ਅਸੀਂ ਵੈਸਟ ਬੰਗਾਲ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਉਸ ਤੋਂ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਊਗਾ। ਇਸ ਕਰਕੇ ਬੇਸ਼ੱਕ 200 ਦਿਨ ਪੂਰੇ ਹੋ ਗਏ ਨੇ, ਮੀਂਹ ਬਰਸਾਤ ਪਿਆ ਤਾਂ ਖੜੇ ਪਾਣੀ ਦੇ ਵਿੱਚ ਵੀ ਕਿਸਾਨਾਂ ਨੇ ਆਪਣਾ ਅੰਦੋਲਨ ਜਿਹੜਾ ਉਹ ਜਾਰੀ ਰੱਖਿਆ, ਕੜਾਕੇ ਦੀ ਠੰਡ ਦੇ ਵਿੱਚ ਵੀ ਆਪਣਾ ਅੰਦੋਲਨ ਜਾਰੀ ਰੱਖਿਆ, ਗਰਮੀ ਸੀਗੀ ਜਦੋਂ ਤਪਦੀ ਤਾਂ ਉਸ ਸਮੇਂ ਵੀ ਅੰਦੋਲਨ ਜਾਰੀ ਰੱਖਿਆ ਤੇ ਆਉਣ ਵਾਲੇ ਸਮੇਂ ਤੱਕ ਵੀ ਗਰਮੀ ਜਿਹੜੀ ਉਹ ਪੈਣੀ ਆ 2 ਮਹੀਨੇ। ਇਸ ਕਰਕੇ ਕਿਸਾਨ ਜਿਹੜੇ ਉਹ ਪੂਰੇ ਉਤਸ਼ਾਹ ਦੇ ਵਿੱਚ ਨੇ, ਆਪਣੀ ਲੜਾਈ ਜਿਹੜੀ ਉਹ ਲਗਾਤਾਰ ਲੜ ਰਹੇ ਨੇ। ਕਿਸਾਨੀ ਅੰਦੋਲਨ ਠੰਡਾ ਜਿਹੜਾ ਉਹ ਨਹੀਂ ਪਿਆ ਕਿਉਂਕਿ ਬੇਸ਼ੱਕ ਕੋਵਿਡ ਮਹਾਮਾਰੀ ਆਈ, 5 ਸੂਬਿਆਂ ਦੀਆਂ ਚੋਣਾਂ ਵੀ ਆਈਆਂ, ਪਰ ਇਹਦੇ ਬਾਵਜੂਦ ਵੀ ਅੰਦੋਲਨ ਜਿਹੜਾ ਹੈ ਉਸੇ ਜੋਸ਼ ਦੇ ਨਾਲ ਚੱਲ ਰਿਹਾ ਹੈਗਾ, ਉਸੇ ਤਰ੍ਹਾਂ ਲੋਕਾਂ ਦੇ ਵਿੱਚ ਪ੍ਰਭਾਵ ਜਿਹੜਾ ਹੈਗਾ ਗਾ। ਤਾਂ ਇਸ ਕਰਕੇ ਜ਼ਿਆਦਾਤਰ ਲੋਕਾਂ ਦਾ ਇਹੀ ਮੰਨਣਾ ਹੈ ਕਿ ਸਾਨੂੰ ਜੇ 2024 ਤੱਕ ਵੀ ਲੜਾਈ ਲੜਨੀ ਪਈ ਤਾਂ ਕਿਸਾਨ ਲੜਾਈ ਲੜਨਗੇ ਤੇ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨ ਜਿਹੜੇ ਉਹ ਵਾਪਸ ਲੈਣੇ ਪੈਣਗੇ। ਕਿਉਂਕਿ ਕੇਂਦਰ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਰਵੱਈਆ ਕੇਂਦਰ ਸਰਕਾਰ ਦੀ ਬਿਆਨਬਾਜ਼ੀ ਜਿਹੜੀ ਉਹ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ, ਪਰ ਜੇ ਬਿਆਨਬਾਜ਼ੀ ਕਿਸਾਨੀ ਅੰਦੋਲਨ ਨੂੰ ਲੈ ਕੇ ਹੋ ਰਹੀ ਹੈ ਤਾਂ ਇਹਦਾ ਮਤਲਬ ਸਰਕਾਰ ਦੇ ਵਿੱਚ ਗੱਲਬਾਤ ਵੀ ਜਿਹੜੀ ਹੈ ਉਹ ਲਗਾਤਾਰ ਕਿਸਾਨੀ ਅੰਦੋਲਨ ਨੂੰ ਲੈ ਕੇ ਹੋ ਰਹੀ ਹੈ। ਜੇ ਸਰਕਾਰ ਦੇ ਵਿੱਚ ਗੱਲਬਾਤ ਹੋ ਰਹੀ ਹੈ ਤੇ ਇਹਦਾ ਮਤਲਬ ਅੰਦੋਲਨ ਦਾ ਅਸਰ ਜਿਹੜਾ ਹੈ ਉਹ ਬਰਕਰਾਰ ਹੈ, ਸਰਕਾਰ ਤੇ ਪ੍ਰੈਸ਼ਰ ਜਿਹੜਾ ਉਹ ਬਰਕਰਾਰ ਹੈ ਤੇ ਆਉਣ ਵਾਲੇ ਸਮੇਂ 'ਚ ਸੰਭਾਵਨਾ ਹੈ ਕਿ ਦਿੱਲੀ ਦੇ ਬਾਰਡਰਾਂ ਤੇ ਇਕੱਠ ਵੀ ਜਿਹੜਾ ਵਧੇਗਾ, ਕਿਉਂਕਿ ਜੋ ਕਿਸਾਨ ਵਿਹਲੇ ਹੋ ਰਹੇ ਨੇ ਉਹ ਕਾਫਲੇ ਬਣਾ ਕੇ ਦਿੱਲੀ ਵੱਲ ਜਾ ਰਹੇ ਨੇ। ਬਿਲਕੁਲ ਸ਼ਦੀ ਵੀਰ ਜੀ, ਆਪਣੀਆਂ ਜਿਹੜੀਆਂ ਇੱਥੇ ਜਿਹੜੀਆਂ ਖਬਰਾਂ ਕਵਰ ਹੋ ਗਈਆਂ ਜੀ, ਤੇ ਅਸੀਂ ਹੁਣ ਕਮਰਸ਼ੀਅਲ ਬ੍ਰੇਕ ਲੈਣੀ ਆ। ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ, ਉਹਨਾਂ ਦੀ ਸ਼ਹੀਦੀ ਦੇ ਬਾਬਤ ਤਾਂ ਛਬੀਲ ਦੇ ਸੰਬੰਧ ਦੇ ਵਿੱਚ ਭਾਈ ਸਾਹਿਬ ਭਾਈ ਸੁਣ ਸਿੰਘ ਖਾਲਸਾ ਨਾਲ ਅਸੀਂ ਜਿਹੜੀ ਗੱਲਬਾਤ ਕਰਾਂਗੇ। ਸੋ ਅਰਸ਼ਦੀਪ ਜੀ, ਆਪਾਂ ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ 'ਤੇ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਸਰੋਤਿਓ, ਆਪਾਂ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ ਸਾਡੇ ਨਾਲ ਭਾਈ ਸੁਰ ਸਿੰਘ ਜੀ ਖਾਲਸਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ, ਅਤੇ ਆਪਾਂ ਧੰਨ ਧੰਨ ਸ੍ਰੀ ਅਕਾਲ ਜੀ ਦੇ ਸ਼ਹੀਦੀ ਗੁਰਪੁਰਬ ਸ਼ਹੀਦੀ ਬਾਬਤ ਅਤੇ ਛਬੀਲ ਬਾਬਤ ਜਿਹੜੀ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਮਿਲਦੇ ਹਾਂ ਜੀ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਵਾਹ ਜੀ, ਤੁਹਾਡਾ ਘਰ ਤਾਂ ਬਹੁਤ ਸੋਹਣਾ ਹੈ। ਸੋਹਣਾ ਕਿਉਂ ਨਾ ਹੋਵੇ, ਇੰਨੀ ਮਿਹਨਤ ਕੀਤੀ ਹੈ ਲੱਭਣ 'ਚ, ਇੰਨੀਆਂ ਟੱਕਰਾਂ ਮਾਰੀਆਂ ਨੇ। ਹੁਣ ਟੱਕਰਾਂ ਮਾਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਲਈ ਮਿਹਨਤ ਕਰਦੇ ਨੇ ਰੀਮੈਕਸ ਰਿਐਲਿਟੀ ਦੇ ਪੰਕਜ ਸਪਰਾ ਜੀ। ਇਹ ਤੁਹਾਡੇ ਸੁਪਨਿਆਂ ਦਾ ਘਰ ਲੱਭਣ 'ਚ ਤੁਹਾਡੀ ਮਦਦ ਕਰਨਗੇ, ਉਹ ਵੀ ਅਫੋਰਡੇਬਲ ਪ੍ਰਾਈਸਿਸ ਦੇ ਵਿੱਚ। ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਰੀਮੈਕਸ ਰਿਐਲਿਟੀ ਸਰਵਿਸ ਇਨਕਾਰਪੋਰੇਸ਼ਨ ਦੇ ਪੰਕਜ ਸਪਰਾ ਨੂੰ। ਕਾਲ 416-722-385 416-722-385 Key to happiness is finding the right home. ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀ ਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? GLO ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ, 24 ਘੰਟੇ ਸਰਵਿਸ। ਕਾਲ 514-560-6613। ਹੋ ਮੈਨੂੰ ਰੱਖ ਲੈ ਕਲੀਨਰ ਯਾਰਾ, ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫੈਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫੈਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗਰੋਥ ਅਕ੍ਰੋਸ ਦ ਵਰਲਡ, ਸੇਫੈਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ, ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 514-625-0025 514-625-0025 ਜਾਂ ਫਿਰ 514-887-0025 514-887-0025। ਮੈਂ ਨਾ ਜੀ ਸੁਪਨੇ ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ, ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 416-841-0478 416-841-0478।
हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992. विजिट इन स्टोर फॉर मच मोर, टू लोकेशंस टू सर्व यू, स्टीवंस फर्नीचर. G&G ट्रकिंग सॉल्यूशंस वधिया ट्रकिंग बिजनेस शुरू करने लई तुसी कंपनी रजिस्ट्रेशन US कनाडा अथॉरिटी, सेफ्टी सर्टिफिकेट CVOR, इफ्टा फ्यूल टैक्स फिलिंग एंड ड्रग टेस्टिंग दे नाल ही ट्रांसपोर्टेशन सर्टिफिकेट, अल्कोहल ते ओवरसाइज परमिट्स, IRP प्लेट्स अते ई लोग बुक मॉनिटरिंग दी सर्विस भी ले सकते हो. कॉल टुडे 905-461-2525. बापू पैसे मिल गए सी ना टाइम सर. हाँ पुत्र, इधर तू पैसे पाए नाले मेनू मिल गए. बस बस, इसी करके मैं अपरा ट्रेडिंग इंक वालियां ते भरोसा करदा. जी हाँ, अपरा ट्रेडिंग इनकॉर्पोरेट मनी एक्सचेंज. जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, ता अज ही कॉल करो जगतार सिंह ढा हुणा नू 905-794-3233, 905-794-3233, 416-731-7710, 416-731-7710, 6 Ray Avenue, Brampton. जदो स्वाद खाने दी क्रेविंग होवे ता इको नाम याद आवे, बाबा टाबा, जिथे मिलदी है खाने दी ह्यूज वैरायटी. ए दो लोकेशंस तो सर्व करदे ने, ताजा ते स्वादला खाना खान लई जरूर आओ. बाबा टाबा रेस्टोरेंट, 255 रदरफोर्ड रोड, साउथ ब्रैम्पटन. सर्विस, 2 लोकेशन. कॉल महावीर भाट 905-499-4314, 905-499-4314. बस तू हुण तैयारी खिच, छेती इत्थे आउण दी. अच्छा, नाले कहंदे बड़ा ही औखा है. ओ ब्रैम्पटन इमिग्रेशन कंसल्टेंसी दे हुंदियां कोई औखा नहीं. ब्रैम्पटन इमिग्रेशन कंसल्टेंसी फॉर स्टूडेंट वीजा, विजिटर वीजा, LMI रिफ्यूजीज केस अपील्स, फैमिली केस स्पॉन्सरशिप. कॉल संदीप सिंह 647-786-2012, 647-786-2012. वक्त बदल चुका है ते वक्त दे नाल बदल चुके ने एंटरटेनमेंट दे साधन भी. हुण केबल, सैटेलाइट या IPTV बॉक्स दी कोई जरूरत नहीं. अपना स्मार्टफोन चुको अते ऐप स्टोर या गूगल प्ले स्टोर तो आज ही डाउनलोड करो ई बाबा एंटरटेनमेंट ऐप. कास्ट डोंगल दी मदद नाल तुसी अपने पसंदीदा TV चैनल या मूवीज अपने TV ते भी देख सकते हो, अते ड्राइव करदे वेले ब्लूटूथ नाल रेडियो भी सुन सकते हो. ई बाबा एंटरटेनमेंट ऐप एंड्रॉयड TV अते सेटअप बॉक्स गूगल प्ले स्टोर ते उपलब्ध हन. सो जल्दी तो जल्दी खुद भी ए ऐप डाउनलोड करो अते अपने फैमिली फ्रेंड्स नाल भी ए जानकारी शेयर करो. ई बाबा एंटरटेनमेंट ऐप. घर ते तेनूं बहुत वधिया बना के देना ते कढ देने आ कड़ेला, जिन्नू वेख के जान गए शरीक वी हिल. शरीकां दे कढदे कढदे कड़ेल किते अपना घर ना जावे हिल. ध्यान रखी घर दे विच प्लंबिंग एंड इलेक्ट्रिकल दा समान होवे नंबर 1. ओ GTA प्लंबिंग एंड इलेक्ट्रिक सप्लाई ब्रम्पटन विच स्टोर आ नंबर 1. अच्छा, ओही GTA वाले जिथों कॉन्ट्रैक्टर्स लई घर दे विच प्लंबिंग ते इलेक्ट्रिकल दा सारा समान डिस्काउंट ते मिलदा. वाशरूम लई वैंटी, स्टेप्स, स्पॉटलाइट्स ते रेंज फिर कानू करनी है देर, आज ही पहुंचो 241 क्लेरेंस स्ट्रीट ब्रैम्पटन ते संपर्क करो 905-792-0036, 905-792-0036. प्रॉपर्टी रेट होवे उत्ते या थल्ले, रॉयल लीपेज वाले हरपाल पल्ला हमेशा करौंदे ने बल्ले बल्ले. एना कोल रेजिडेंशियल, कमर्शियल इन्वेस्टमेंट, लीज ते प्री कंस्ट्रक्शन प्रोजेक्ट हमेशा अवेलेबल रहंदे ने. ए फ्री होम एवोल्यूशन भी करदे ने. नवे रियलटर्स जे इन्हां नु जॉइन करना चाहण ता एडवाइस ले सकदे ने. टॉप रियलटर रॉयल लीपेज, कॉल हरपाल पल्ला 416-560-2400, 416-560-2400. गल सुनो, इंज वेले बैके किवे गुजारा चलेगा? मेनू आप नहीं समझ आ रही किथे पता करना काम दा. कल भाई साहब दसता रहे सी बे jobsingta.com वाले फुल टाइम जॉब दवा देंदे ने. ले, मैं फिर आज ही जाना. जी हाँ, जे तुसी टोरंटो, मिसिसागा, ब्रैम्पटन, वुडब्रिज जा कैम्ब्रिज दे एरिया च जॉब करन दे चाहवान हो ता आज ही रजिस्ट्रेशन करवाओ www.jobsingta.com ते. इत्थे ने हजारा दे हिसाब नाल जॉब्स. तुसी नवे हो या कोई भी कैटेगरी होवे, ज्यादा जानकारी
ਜਾਣਕਾਰੀ ਲਈ ਅੱਜ ਹੀ ਕਾਲ ਕਰੋ 416-213-0092 416-213-0092 ਔਰ 905-614-0300 905-614-0300 ਓਏ ਹੋਏ ਹੈ ਕਿ ਨਾ ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ ਹੁਣ ਕੀ ਕਰੀਏ ਓਹੋ ਕਿੰਨੀ ਵਾਰ ਕਿਹਾ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ ਜਿੱਥੇ ਮਿਲਦੇ ਨੇ ਟਰੱਕ ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ ਇੱਥੇ ਮਿਸ਼ਲਿਨ ਬੀਐਫ ਗੁਡਰਿਚ ਬ੍ਰਿਜਸਟੋਨ ਫਾਇਰਸਟੋਨ ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁਲੇਵਾਰਡ ਬ੍ਰੈਂਪਟਨ ਕਾਲ 905-452-0111 905-452-0111 ਹੋਰ ਸੁਣਾਓ ਪਿਛਲੇ 2 ਘੰਟਿਆਂ ਤੋਂ ਫੋਨ ਤੇ ਲੱਗੀ ਆ ਹੱਲੇ ਵੀ ਹੋਰ ਸੁਣਾਓ ਲੈ ਦੱਸ ਜਦੋਂ ਓਮਾ ਫੋਨ ਸਰਵਿਸ ਵਾਲੇ ਦੇ ਰਹੇ ਨੇ ਅਨਲਿਮਿਟਿਡ ਕਾਲਸ ਉਹ ਵੀ 60 ਤੋਂ ਵੱਧ ਦੇਸ਼ਾਂ 'ਚ ਤੇ ਗੱਲਾਂ ਤਾਂ ਫਿਰ ਲੰਬੀਆਂ ਹੋਣਗੀਆਂ ਹੀ ਨਾ ਜੀ ਹਾਂ ਇੰਡੀਆ ਯੂਕੇ ਯੂਐਸਏ ਕੈਨੇਡਾ 60 ਦੇਸ਼ਾਂ 'ਚ ਅਨਲਿਮਿਟਿਡ ਕਾਲ ਓਮਾ ਫੋਨ ਸਰਵਿਸ ਦੇ ਨਾਲ ਤੁਸੀਂ ਓਮਾ ਐਪ 3 ਸੈੱਲ ਫੋਨਸ 'ਚ ਡਾਊਨਲੋਡ ਕਰ ਸਕਦੇ ਜਾਣਕਾਰੀ ਲਈ ਕਾਲ ਕਰੋ ਪ੍ਰਿਯਾ ਜੀ ਨੂੰ 6476494000 6474949 4000 ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਸਤਿ ਸ਼੍ਰੀ ਅਕਾਲ ਜੀ ਮੈਂ ਸਗਨਦੀਪ ਸੋਫਾ ਸਟੂਡੀਓ ਤੋਂ ਅਸੀਂ ਕਸਟਮ ਮੇਡ ਸੋਫੇ ਬਣਾਉਂਦੇ ਹਾਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਟੋਰਬਰਮ ਤੇ ਕਲਾਰਕ ਸਾਡਾ ਮੇਜਰ ਇੰਟਰਸੈਕਸ਼ਨ ਹੈ ਕਦੀ ਅਸੀਂ ਸੇਲਸ ਡਿਸਕਾਊਂਟ ਦਾ ਲਾਲਚ ਨਹੀਂ ਦਿੱਤਾ ਹੋ ਸਕਦਾ ਸਾਡੀ ਪ੍ਰਾਈਸ $50-100 ਮਾਰਕੀਟ ਨਾਲੋਂ ਮਹਿੰਗੀ ਹੋਵੇ ਪਰ ਇਹੋ ਜਿਹੀ ਚੀਜ਼ ਬਣਾ ਕੇ ਦੇਵਾਂਗੇ ਕਿ ਤੁਸੀਂ ਯਾਦ ਰੱਖੋਗੇ ਕਸਟਮ ਸੋਫੇ ਬਣਾਉਣ ਵਾਸਤੇ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ sofastudio.ca ਟੋਰਬਰਮ ਤੇ ਕਲਾਰਕ ਮੇਜਰ ਇੰਟਰਸੈਕਸ਼ਨ ਹੈ ਕਾਲ ਕਰ ਸਕਦੇ ਹੋ 905-799-8877 ਥੈਂਕ ਯੂ JB ਟਰਾਂਸਪੋਰਟ ਚੰਗੇ ਪੈਸੇ ਬਣਾਉਣ ਲਈ ਅਤੇ ਚੰਗੇ ਮਾਈਲਸ ਪਾਉਣ ਲਈ GTA ਦਾ ਮੰਨਿਆ ਪਰ ਮੰਨਿਆ ਨਾਮ If you're looking for a reliable job with a nice dispatch and brand new trucks, then JB Transport is your first choice. Long route or short route, US or Canada, for driver or owner operator, call karo. JB Transport 905-792-5100. Prozon Auto and Collision and Repair. ਜਿੱਥੇ ਕਾਰਸ ਦੀ ਡੈਂਟਿੰਗ ਅਤੇ ਪੇਂਟਿੰਗ ਦਾ ਕੰਮ ਤਸੱਲੀ ਬਖਸ਼ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤੇ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਵੀ ਕੀਤੀ ਜਾਂਦੀ ਹੈ 7089 ਟੋਡਬ੍ਰਾਂਡ ਰੋਡ ਮਿਸੀਸਾਗਾ ਸੰਪਰਕ ਕਰੋ 905-677-8585 ਪ੍ਰੋਜ਼ਨ ਆਟੋ ਐਂਡ ਕੋਲੀਜਨ ਐਂਡ ਰਿਪੇਅਰ ਕੀ ਤੁਸੀਂ ਕਦੇ ਆਹ ਹਾ 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 ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ ਸੀਐਨ ਟਾਵਰਸ ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ ਪਰ ਇੰਨੀ ਡਰਾਈਵ ਕੌਣ ਕਰੇ GLO ਨੰਬਰ ਤੇ ਹੁਣੇ ਬੁਕਿੰਗ ਕਰੋ ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ ਆਫਟਰਨੂਨ ਐਂਡ ਈਵਨਿੰਗ ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ ਕਾਲ 514-560-6613 ਹੋ ਮੈਨੂੰ ਰੱਖ ਲੈ ਕੱਲੀ ਨਰਿਆਰਾ ਓਏ ਲੰਬਿਆਂ ਰੂਟਾਂ ਤੇ ਜਦੋਂ ਮੈਂ ਸੇਫੈਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ ਜੀ ਹਾਂ ਸੇਫੈਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ ਹਾਈਐਸਟ ਗਰੋਥ ਅਕ੍ਰੋਸ ਦ ਵਰਲਡ ਸੇਫੈਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ ਯੂਐਸਏ ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ ਵਧੀਆ ਪੇ ਵੀ ਮਿਲੇਗੀ ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 514-625-0025 514-625-0025 ਜਾਂ ਫਿਰ 514-887-0025 514-887-0025
ਨੈਨਾ ਜੀ ਸੁਪਨੇ ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ, ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਿਟਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਘਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 416-841-0478 416-841-0478। हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए, और जब तलाश हो ऐसे फर्नीचर की तो यहाँ ये स्टीवंस फर्नीचर, एन अल्ट्रा मॉडर्न फर्नीचर डेस्टिनेशन इन GTA, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग ओनली एट स्टीवंस फर्नीचर सिंस 1992। विजिट इन स्टोर फॉर मच मोर। टू लोकेशंस टू सर्व यू, स्टीवंस फर्नीचर। G&G ट्रकिंग सॉल्यूशंस वधिया ट्रकिंग बिजनेस शुरू करने ले तुसी कंपनी रजिस्ट्रेशन US कनाडा अथॉरिटी, सेफ्टी सर्टिफिकेट CVOR, इफ्टा फ्यूल टैक्स फिलिंग एंड ड्रग टेस्टिंग दे नाल ही ट्रांसपोर्टेशन सर्टिफिकेट, अल्कोहल ते ओवरसाइज परमिट्स, IRP प्लेट्स अते ई-लॉग बुक मॉनिटरिंग दी सर्विस भी ले सकते हो। कॉल टुडे 905-461-2525। बापू पैसे मिल गए सी ना टाइम सर। हाँ पुत्र, इधर तू पैसे पाए नाले मेनू मिल गए। बस बस, इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहुंदे हो, वधिया डॉलरां दा रेट लेना चाहुंदे हो, तां अज ही कॉल करो जगतार सिंह ढाहुणा नूं 9057943233 905-794-3233 416। ਬ੍ਰੇਕ ਤੋਂ ਬਾਅਦ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਅਰਦਾਸ ਦਰਬੀਰ ਸਿੰਘ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜੀ ਅੱਜ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ, ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਆ ਜੀ, ਸ਼ਹੀਦਾਂ ਦੇ ਸਤਾਜ ਵੀ ਗੁਰੂ ਸਾਹਿਬ ਕਿਹਾ ਜਾਂਦਾ। ਅਤੇ ਪਾਕਿਸਤਾਨ ਤੋਂ ਮੈਨੂੰ ਜੀ ਪਿਕਚਰਾਂ ਆਈਆਂ ਆ, ਵਕੀਲ ਹੈਗੇ ਜੀ ਪੰਨੂ ਲਾਹੌਰ ਤੋਂ, ਅਤੇ ਜਿੱਥੇ ਚੰਦੂ ਦੀ ਹਵੇਲੀ ਆ, ਜਿੱਥੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਪਹਿਲੀ ਵਾਰੀ ਉਸ ਜਗ੍ਹਾ 'ਤੇ ਪਹਿਲੀ ਵਾਰੀ ਮੁਸਲਮਾਨ ਭਾਈਚਾਰੇ ਵੱਲੋਂ ਅੱਜ ਛਬੀਲ ਲਾਈ ਗਈ ਆ। ਅਤੇ ਉਹਨਾਂ ਨੇ ਜਿਹੜੀਆਂ ਪਿਕਚਰਾਂ ਵੀ ਮੈਨੂੰ ਭੇਜੀਆਂ, ਥੋੜ੍ਹਾ ਜਿਹਾ ਵੀਡੀਓ ਦਾ ਕਲਿੱਪ ਵੀ ਭੇਜਿਆ ਸੀ, ਤਾਂ ਮੈਂ ਜ਼ਰੂਰ ਟੈਕਨੀਸ਼ੀਅਨ ਨੂੰ ਬੇਨਤੀ ਕਰੂੰਗਾ ਵੀ ਉਹ ਸਾਨੂੰ ਕਲਿੱਪ ਜ਼ਰੂਰ ਦਿਖਾਲੇ ਜਾਣ। ਬੜੀ ਮਾਣ ਵਾਲੀ ਗੱਲ ਹੈ ਜੀ, ਮੁਸਲਮ ਭਾਈਚਾਰੇ ਵੱਲੋਂ ਜਿਹੜਾ ਉਹਨਾਂ ਨੂੰ ਮਾਦਰ ਕਰਨ ਦੇ ਲਈ ਵੀ ਕਿਹਾ ਗਿਆ ਸੀ ਵੀ ਅਸੀਂ ਹੈਲਪ ਕਰ ਦਿੰਦੇ ਹਾਂ ਤੁਹਾਡੀ, ਉਹ ਕਹਿੰਦੇ ਨਹੀਂ ਜੀ ਅਸੀਂ ਕਿਸੇ ਦੀ ਹੈਲਪ ਨਹੀਂ ਲੈਣੀ, ਅਸੀਂ ਆਪਣੇ ਵੱਲੋਂ ਜਿਹੜਾ ਇਹ ਛਬੀਲ ਲਾਉਣੀ ਆ ਜੀ। ਸੋ ਸਾਡੇ ਨਾਲ ਇਸ ਵੇਲੇ ਧੰਨ ਧੰਨ ਗੁਰਜਿਆਂ ਦੀ ਜੇ ਸ਼ਹੀਦੀ ਗੁਰਪੁਰਬ ਵਾਸਤੇ ਉਹਨਾਂ ਨੂੰ ਸ਼ਹੀਦਾਂ ਦੇ ਸਤਾਜ ਕਿਉਂ ਕਿਹਾ ਜਾਂਦਾ, ਸ਼ਹੀਦੀ ਕਿਉਂ ਹੋਈ ਆ, ਅਤੇ ਦੂਸਰਾ ਉਸ ਟਾਈਮ 'ਤੇ ਜਿਹੜਾ ਹਾਕਮ ਧਿਰ ਸੀਗੀ ਉਹਨਾਂ ਨੇ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਕਿਉਂ ਬਿਠਾ ਲਿਆ, ਦੇਗ ਵਿੱਚ ਕਿਉਂ ਵਾਲਿਆ, ਕਿਸੇ ਹੋਰ ਤਰੀਕੇ ਨਾਲ ਵੀ ਸ਼ਹੀਦੀ ਜਿਹੜੀ ਆ ਦੇ ਸਕਦੇ ਸੀਗੇ। ਸੋ ਸਾਡੇ ਨਾਲ ਇਸ ਵੇਲੇ ਜੁੜੇ ਭਾਈ ਸਾਹਿਬ ਭਾਈ ਸੋਹਣ ਸਿੰਘ ਜੀ ਖਾਲਸਾ, ਕਰਦੇ ਉਹਨਾਂ ਦਾ ਸਵਾਗਤ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਵੇਂ ਮੈਂ ਦੱਸ ਹੀ ਚੁੱਕਾ ਵੀ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸ਼ਹੀਦੀ ਦਿਹਾੜੇ ਆ, ਅਤੇ ਸੰਗਤਾਂ ਜਿੱਥੇ ਜਿੱਥੇ ਵੀ ਬੈਠੀਆਂ ਗੁਰੂ ਨਾਨਕ ਨਾਮ ਲੇਵਾ ਅਤੇ ਉਹ ਛਬੀਲਾਂ ਲਾਉਂਦੀਆਂ ਨੇ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਚਾਨਣਾ ਪਾਓ ਵੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਕਿਉਂ ਹੋਈ। ਦੇਖੋ, ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਦੀ ਸ਼ਹੀਦੀ ਦਾ ਪੁਰਬ ਮਨਾ ਰਹੇ ਨੇ ਜੀ। ਅੱਜ ਜਿੰਨੇ ਕਮਿਸ਼ਨਰ ਢਾਡੀ ਰਾਗੀ ਉਹ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਸ਼ਹੀਦੀ ਇਸ ਕਰਕੇ ਹੋਈ ਧੰਨ ਗੁਰੂ ਅਰਜਨ ਸਾਹਿਬ ਦੀ ਕਿਉਂਕਿ ਉਹਨਾਂ ਨੇ ਚੰਦੂ ਦੀ ਬੇਟੀ ਦਾ ਰਿਸ਼ਤਾ ਆਪਣੇ ਸਪੁੱਤਰ ਛਟਮ ਪਾਤਸ਼ਾਹ ਛਟਮ ਗੁਰ ਦੇ ਲਈ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਦਿੱਲੀ ਦੇ ਸਿੱਖਾਂ ਨੇ ਸੁਨੇਹਾ ਭੇਜਿਆ
ਕਿ ਚੰਦੂ ਨੇ ਇਹ ਕਹਿ ਦਿੱਤਾ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ ਆ। ਸੰਗਤਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਮੇਰੇ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਇੱਕ ਸੈਕੰਡਰੀ ਪਹਿਲੂ ਆ, ਇਹ ਪ੍ਰਾਇਮ ਪਹਿਲੂ ਨਹੀਂ, ਪ੍ਰਾਇਮਰੀ ਪਹਿਲੂ ਕੁਛ ਹੋਰ ਨੇ ਜਿਹਦੇ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾ ਪਹਿਲੂ ਇਹ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਪਾਦਨਾ ਜੀ, ਇਹਦੇ ਬਾਰੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਤੋਂ ਲੈ ਕੇ ਹੀ ਹਾਕਮ ਧਿਰ ਦੇ ਕੋਲ ਜਿਹੜਾ ਪੁਜਾਰੀ ਲਾਣਾ ਸੀ ਉਹ ਸ਼ਿਕਾਇਤਾਂ ਕਰਨ ਲੱਗ ਪਿਆ। ਦੂਜੀ ਗੱਲ, ਮੈਂ ਮਿਰਜ਼ਾ ਗੁਲਾਮ ਹੁਸੈਨ ਕਾਦੀਆਂ ਵਾਲੇ ਨੂੰ ਕੋਟ ਕਰਨਾ ਚਾਹੂੰਗਾ। ਉਹਨਾਂ ਨੇ ਲਿਖਿਆ, ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਉੱਤੇ ਸਿੱਖਾਂ ਦੀ ਗਿਣਤੀ 3 ਕਰੋੜ ਹੋ ਗਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਤੋਂ ਇਹ ਗਿਣਤੀ ਜਿਹੜੀ ਆ 6 ਕਰੋੜ ਤੋਂ ਵੀ ਟੱਪ ਗਈ ਸੀ। ਭਾਰਤ ਦਾ ਕੋਈ ਇਹੋ ਜਿਹਾ ਸ਼ਹਿਰ ਨਹੀਂ ਸੀ ਜਿੱਥੇ ਸਿੱਖ ਨਾ ਹੋਣ। ਹੁਣ ਹਕੂਮਤ ਜਿਹੜੀ ਇਸ ਮੁਲਕ ਨੂੰ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਬਣਾਉਣ ਤੇ ਤੁਲੀ ਹੋਈ ਸੀ, ਉਹ ਬਰਦਾਸ਼ਤ ਨਹੀਂ ਕਰਦੀ ਸੀ। ਇਹਦਾ ਪ੍ਰਗਟਾਵਾ ਅੱਗੇ ਜਾ ਕੇ ਜਦੋਂ ਕੰਪਲੀਟਲੀ ਪਾਵਰ ਦੇ ਵਿੱਚ ਆ ਗਿਆ, ਔਰੰਗਜ਼ੇਬ ਨੇ ਵੀ ਕੀਤਾ, ਉਹਨੇ ਜ਼ਬਰਦਸਤੀ ਪੂਰੇ ਭਾਰਤ ਨੂੰ ਜਿਹੜਾ ਮੁਸਲਮਾਨ ਬਣਾਉਣ ਲਈ ਕੋਸ਼ਿਸ਼ ਕੀਤੀ ਸੀ। ਹੁਣ ਮਤਲਬ ਹਕੂਮਤ ਕਿਵੇਂ ਬਰਦਾਸ਼ਤ ਕਰੂਗੀ ਕਿ ਇੱਕ ਗੈਰ ਮੁਸਲਮਾਨ ਪੈਗੰਬਰ, ਇੱਕ ਗੈਰ ਮੁਸਲਮਾਨ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਨੇ ਆਪਣੀ ਬੋਲੀ ਚ ਬਾਣੀ ਉਚਾਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਦਿੱਤੀ ਹੈ, ਇੱਕ ਕਾਰਨ ਇਹ ਹੈ। ਦੂਜਾ, ਇੱਕ ਪ੍ਰਚਾਰਕ ਜਿਹੜਾ ਇਸਲਾਮ ਦਾ ਪ੍ਰਚਾਰ ਕਰਨ ਲਈ ਬਾਕੀ ਬਿੱਲਾ ਇਹ ਬਗਦਾਦ ਤੋਂ ਆਇਆ ਸੀ, ਇਹਨੇ ਇੱਕ ਚੇਲਾ ਬਣਾਇਆ ਆਪਣਾ 1599 ਦੇ ਲਗਭਗ, ਜਿਹਨੂੰ ਸ਼ੇਖ ਅਹਿਮਦ ਸਰਹੰਦੀ ਕਹਿੰਦੇ ਆ। ਸ਼ੇਖ ਅਹਿਮਦ ਸਰਹੰਦੀ ਦੀਆਂ ਚਿੱਠੀਆਂ ਇਕੱਠੀਆਂ ਕਰਕੇ ਉਹਦੇ ਪੈਰੋਕਾਰਾਂ ਨੇ ਜਿਹੜੀ ਇੱਕ ਕਿਤਾਬ ਬਣਾਈ ਹੈ, ਉਸ ਕਿਤਾਬ ਦਾ ਨਾਮ ਹੈ ਮਕਤੂਬਾ ਤੇ ਇਮਾਮ ਰਬਾਨੀ। ਇਹਦਾ ਅਰਥ ਹੈ ਕਿ ਰੱਬ ਦੇ ਇਮਾਮ ਦੀਆਂ ਲਿਖਤਾਂ। ਉਹਨੇ ਆਪਣੇ ਆਪ ਨੂੰ ਮੁਜ਼ਦਦ ਅਲਫਸਾਨੀ, 1000 ਸਾਲ ਬਾਅਦ, ਕਿਉਂਕਿ ਉਦੋਂ ਮੁਹੰਮਦ ਸਾਹਿਬ ਨੂੰ ਲਗਭਗ ਆਏ ਨੂੰ 1000 ਸਾਲ ਹੋ ਗਿਆ ਸੀ, 1000 ਸਾਲ ਬਾਅਦ ਆਪਣੇ ਆਪ ਨੂੰ ਘੋਸ਼ਿਤ ਕਰ ਦਿੱਤਾ ਸੀ ਕਿ ਮੈਂ ਰੱਬ ਦਾ ਭੇਜਿਆ ਹੋਇਆ ਇਮਾਮ ਹੈ, ਮੇਰੇ ਕੋਲ ਉਹਨਾਂ ਚਿੱਠੀਆਂ ਦਾ ਉਤਾਰਾ ਹੈ। ਉਹਨਾਂ ਚਿੱਠੀਆਂ ਵਿੱਚ ਉਹ ਲਿਖਦਾ ਹੈ ਕਿ ਮੈਨੂੰ ਉਦੋਂ ਬੜੀ ਤਕਲੀਫ਼ ਹੁੰਦੀ ਉਹਦੇ ਸ਼ਬਦਾਂ ਚ, ਕਿ ਜਦੋਂ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਬੜੇ ਘਿਰਣਾ ਯੋਗ ਸ਼ਬਦ ਵਰਤਦਾ, ਉਹ ਲਿਖਦਾ ਲਾਣਤੀ ਅਰਜਨ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਦਾਂ ਦੇ ਘਟੀਆ ਸ਼ਬਦ ਕਿ ਮੈਨੂੰ ਦੁੱਖ ਹੁੰਦੀ ਹੈ ਜਿੱਥੇ ਹਿੰਦੂ ਉੱਥੇ ਬਹੁਤ ਸਾਰੇ ਮੁਸਲਮਾਨ ਵੀ ਉਹਨਾਂ ਦੇ ਚਰਨਾਂ ਵਿੱਚ ਆਪਣਾ ਅਕੀਦਾ ਪ੍ਰਗਟ ਕਰਨ ਜਾਂਦੇ ਨੇ, ਕਿਉਂਕਿ ਸਾਈ ਮੀਆਂ ਮੀਰ ਜੀ ਵਰਗੇ, ਨੂਰ ਸ਼ਾਹ ਵਰਗੇ ਹੋਏ ਬਹੁਤ ਸਾਰੇ ਜਿਹੜੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਮਹਾਰਾਜ ਦੇ ਕੋਲੋਂ ਆ ਕੇ ਅਧਿਆਤਮਤਾ ਦੀ ਪ੍ਰਾਪਤੀ ਕਰਦੇ ਸੀ। ਹੁਣ ਉਹ ਬਾਕੀ ਬਿੱਲਾ ਦੀ ਜਿਹੜੀ ਕਿਤਾਬ ਹੈ ਉਹ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਵੀ ਲਿਖਦਾ, ਅੱਜ ਮੈਂ ਖੁਸ਼ ਹਾਂ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕੁੱਝ ਤੋਂ ਕੇ ਸ਼ਹੀਦ ਕਰ ਦਿੱਤਾ ਸੀ। ਦੂਜਾ, ਗੁਰੂ ਘਰ ਦੇ ਵਿੱਚ ਫੈਸਲੇ ਆਪ ਹੁੰਦੇ ਸੀ, ਗੁਰੂ ਘਰ ਕਿਸੇ ਦਾ ਗੁਲਾਮ ਨਹੀਂ ਸੀ। ਇੱਕ ਨਵੀਂ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਸੰਸਾਰ ਨੂੰ ਦਿੱਤੀ ਸੀ, ਇੱਕ ਤਾਂ ਇੱਕ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਕੋਈ ਉੱਚਾ ਨੀਵਾਂ ਨਹੀਂ ਹੈ। ਉਸ ਵਿਚਾਰਧਾਰਾ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਨਾ ਕਰਕੇ ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰਾ ਕਰ ਦਿੱਤਾ ਸੀ। ਹਕੂਮਤ ਇਸ ਗੱਲ ਤੋਂ ਦੁਖੀ ਸੀ। ਇਹਦਾ ਇੱਕ ਕਾਰਨ ਜਿਹਨੂੰ ਅਸੀਂ ਬੀਰਬਲ ਦੀਆਂ ਕਹਾਣੀਆਂ ਬੜੀ ਖੁਸ਼ੀ ਨਾਲ ਸੁਣਾਉਂਦੇ ਹਾਂ, ਮਹੇਸ਼ ਦਾਸ ਬੀਰਬਲ ਨੇ ਵੀ ਗੁਰੂ ਘਰ ਗੁਰੂ ਅਰਜਨ ਸਾਹਿਬ ਨੂੰ ਧਮਕੀ ਦਿੱਤੀ ਸੀ ਕਿ ਕੋਈ ਨੀ, ਮੈਂ ਮੁਲਤਾਨ ਦੀ ਜੰਗ ਤੇ ਚੱਲਿਆ ਤੇ ਆ ਕੇ ਤੁਹਾਡੇ ਨਾਲ ਸਿੱਝਾਂਗਾ। ਗੁਰੂ ਅਰਜਨ ਸਾਹਿਬ ਨੇ ਕਿਹਾ ਸੀ ਕੀ ਪਤਾ ਮੈਂ ਵਾਪਸ ਹੀ ਨਹੀਂ ਆਉਣਾ, ਮੱਖਰੀਆਂ ਕਰਨੀਆਂ ਹੋਰ ਕਰ ਲਿਆ। ਮਹੇਸ਼ ਦਾਸ ਬੀਰਬਲ ਉਸ ਲੜਾਈ ਵਿੱਚ ਮਾਰਿਆ ਗਿਆ ਸੀ। ਇਸ ਕਰਕੇ ਚੰਦੂ ਦੇ ਪਿਛੋਟਾ, ਚੰਦੂ ਇੱਕ ਸੈਕੰਡਰੀ ਕਾਰਨ ਆ, ਚੰਦੂ ਇੱਕ ਮੇਨ ਕਾਰਨ ਨਹੀਂ ਹੈ। ਸਾਨੂੰ ਸਟੱਡੀ ਕਰਨੀ ਪੈਗੀ, ਸਾਨੂੰ ਮਕਤੂਬਾ ਤੇ ਇਮਾਮ ਰਬਾਨੀ ਪੜ੍ਹਨੀ ਪਏਗਾ। ਭਾਈ ਸਾਹਿਬ ਇੱਕ ਗੱਲ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ, ਇਹ ਮਕਬਰਾ ਅੱਜ ਵੀ ਸਲਾਮਤ ਹੈ ਸਰਹੰਦ ਦੇ ਅੰਦਰ, ਫਤਿਹਗੜ੍ਹ ਸਾਹਿਬ ਦੇ ਅੰਦਰ, ਸ਼ਹੀਦ ਅਹਿਮਦ ਸਰਹੰਦੀ ਦਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਸੀ, ਸਿੱਖਾਂ ਨੇ ਉਹ ਮਕਬਰਾ ਵੀ ਨਹੀਂ ਢਾਇਆ, ਜਦਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕਾਤਲ ਹੈ। ਮੈਂ ਇੱਥੇ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ, ਕੁਰਾਨ ਦੇ ਅੰਦਰ ਇਹ ਦਰਜਾ ਲਾ ਇਕਰਾਹਤ ਦੀਨ, ਦੀਨ ਵਿੱਚ ਜ਼ਬਰਦਸਤੀ ਨਹੀਂ, ਇਹਦੇ ਵਿੱਚ ਜ਼ਬਰਦਸਤੀ ਨਹੀਂ। ਮੁਸਲਮਾਨ ਭਰਾ ਜਿਹੜੇ ਨੇ ਉਹ ਆਪਣੇ ਕੁਰਾਨ ਦੇ, ਗੁਰੂ ਨਾਨਕ ਦਾ ਤਾਂ ਸੁਨੇਹਾ ਹੀ ਇਹ ਮੁਸਲਮਾਨ ਮੋਮਦਨ ਹੋਵੇ, ਗੁਰੂ ਨਾਨਕ ਦਾ ਤਾਂ ਸੁਨੇਹਾ ਹੀ ਇਹ ਪੰਜਾ ਨਵਾਜਾ ਪੰਜਾ ਪੰਜੇ ਨਾਉ। ਇਸ ਕਰਕੇ ਇਹ ਜਿਹੜੇ ਸੈਕੰਡਰੀ ਕਾਰਨਾਂ ਦੀ ਗੱਲ ਕਰਦੇ ਆ, ਪ੍ਰਾਇਮਰੀ ਕਾਰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਉਂਕਿ ਹਕੂਮਤ ਉਹਨਾਂ ਕੋਲੋਂ ਡਾਢੀ ਦੁਖੀ ਸੀ। ਜਿਹੜੇ ਆਮ ਸੰਗਤ ਆ ਉਹ ਗੁਰੂ ਘਰ
ਘਟਨਾ ਜੁੜਦੀ ਜਾ ਰਹੀ ਸੀ, ਸਿੱਖਾਂ ਦੀ ਗਿਣਤੀ ਵੱਧਦੀ ਜਾਂਦੀ ਸੀ। ਸ਼ੇਖ ਅਹਿਮਦ ਸਰਹੰਦੀ, ਮਹੇਸ਼ ਦਾਸ ਬੀਰਬਲ ਤੇ ਹਕੂਮਤ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਿਹੜੇ ਸੱਚ ਦੇ ਪ੍ਰਚਾਰ ਤੋਂ ਦੁਖੀ ਸੀ, ਇਹ ਜਿਹੜੇ ਕਾਰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹੀਦੀ ਦੇ ਹੈ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਬੜੇ ਵੇਰਵੇ ਨਾਲ ਦੱਸਿਆ, ਵਾਕਿਆ ਜਿਹੜੇ ਰਾਗੀ ਦੇ ਢਾਡੀ ਆ ਸਿਰਫ ਇੱਕ ਪੱਖ ਹੀ ਦੱਸਦੇ ਆ, ਅਤੇ ਤੁਸੀਂ ਅਸੀਂ ਵੀ ਜਿਹੜੇ ਹਿਸਟੋਰੀਅਨ ਆ ਜਾਂ ਜਿਹੜੇ ਇੰਟਰਸਟ ਰੱਖਦੇ ਸਾਡੇ ਸਿੱਖ ਕਿਤਾਬਾਂ ਪੜ੍ਹਨ ਦਾ, ਇਹ ਸਾਡੀ ਇਹ ਤ੍ਰਾਸਤੀ ਆ ਕੌਮ ਦੀ ਜੀ। ਜਦੋਂ ਤੁਸੀਂ ਆਪਣਾ ਇਤਿਹਾਸ ਪੜ੍ਹਨਾ ਖਤਮ ਕਰਦੇ ਹੋ ਅਤੇ ਤੁਹਾਡੇ ਸਕੂਲਾਂ ਵਿੱਚੋਂ ਵੀ ਸ਼ਾਸਿਤ ਹੈ ਅਤੇ ਜਿਹੜਾ ਸਿੱਖ ਧਰਮ ਹੈ ਮਰਫੀ ਕਰ ਦਿੱਤਾ ਗਿਆ ਜਿਹੜਾ ਬੱਚਿਆਂ ਨੂੰ, ਸਾਨੂੰ ਜਦੋਂ ਅਸੀਂ ਭਾਈ ਸਾਹਿਬ ਜੀ ਹੁੰਦੇ ਸਕੂਲਾਂ 'ਚ ਕਾਫੀ ਜਿਹੜਾ ਸਿੱਖ ਇਤਿਹਾਸ ਪੜ੍ਹਾਇਆ ਜਾਂਦਾ ਸੀਗਾ ਅਤੇ ਅੱਜ ਮਰਫੀ ਕਰ ਦਿੱਤਾ ਗਿਆ, ਤਾਂ ਸਾਡੀ ਜਿਹੜੀ ਪਨੀਰੀ ਆ ਅਸੀਂ ਵੀ ਉਹਨਾਂ ਵਿੱਚ ਹੀ ਹੁਣਾਉਂਦੇ ਹਾਂ, ਅਸੀਂ ਬੁੱਕਾਂ ਪੜ੍ਹਨੀਆਂ ਬਹੁਤ ਘੱਟ ਗਏ ਹਾਂ। ਜੇ ਅਸੀਂ ਆਪਣੇ ਇਤਿਹਾਸ ਦੀ ਪੜਚੋਲ ਕਰਨੀ ਹੈ, ਜੇ ਅਸੀਂ ਇਤਿਹਾਸ ਨਾਲ ਆਉਣ ਵਾਲੀ ਪਨੀਰੀ ਨੂੰ ਵੀ ਜੋੜੀ ਰੱਖਣਾ ਆ, ਤਾਂ ਸਾਨੂੰ ਚਾਹੇ ਕਿਸੇ ਵੀ ਭਾਈਚਾਰੇ ਵੱਲੋਂ ਉਸ ਟਾਈਮ ਦੀਆਂ ਬੁੱਕਾਂ ਲਿਖੀਆਂ ਗਈਆਂ, ਹਰ ਭਾਈਚਾਰੇ ਦੇ ਜਿਸ ਵੀ ਰਾਈਟਰ ਨੇ ਬੁੱਕ ਲਿਖੀ ਆ, ਸਾਰਿਆਂ ਨੂੰ ਪੜ੍ਹ ਕੇ ਫੇਰ ਅਨਲਾਈਜ਼ ਕਰਨਾ ਚਾਹੀਦਾ ਸਾਨੂੰ, ਫੇਰ ਸਾਨੂੰ ਫਾਈਨਲ ਨਤੀਜੇ 'ਤੇ ਪਹੁੰਚਣਾ ਚਾਹੀਦਾ, ਸਾਨੂੰ ਵੱਧ ਤੋਂ ਵੱਧ ਸਾਡਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ। ਭਾਈ ਸਾਹਿਬ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਭਾਈ ਸਾਹਿਬ, ਇੱਕ ਮੈਂ ਬੇਨਤੀ ਕਰਨੀ ਆ, ਇੱਕ ਕਿਤਾਬ, ਇੱਕ ਆਰਟੀਕਲ ਬਹੁਤ ਵੱਡਾ ਜਿਹੜਾ ਆ ਉਹ ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਜੀ, ਉਹ ਆਰਟੀਕਲ ਅੰਗਰੇਜ਼ੀ ਦੇ ਅੰਦਰ ਹੈ, ਉਹਦਾ ਉਹ ਆਰਟੀਕਲ ਦਾ ਨਾਮ ਹੈ ਮਰਡਰ ਆਫ ਗੁਰੂ ਅਰਜਨ ਦੇਵ ਬਾਈ ਸ਼ਮਨਿਸਟਿਕ ਲਾਅ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹੀਦੀ ਸ਼ਮਨ ਕਾਨੂੰਨ ਦੇ ਮੁਤਾਬਕ, ਸ਼ਮਨਿਸਟਿਕ ਲਾਅ ਜਿਹਨੂੰ ਚੰਗੇਜ਼ ਖਾਨ ਬਣਾਉਂਦਾ 1206 ਦੇ ਵਿੱਚ ਤੇ 1218 ਚੋਂ ਲਾਗੂ ਕਰਦਾ ਹੈ। ਔਰ ਇਹਦੇ ਨਾਲ ਹੀ ਜਿਹੜੀ ਤੁਸੀਂ ਪੜ੍ਹਨ ਦੀ ਗੱਲ ਕੀਤੀ ਹੈ, ਅੱਜ ਮੈਂ ਤੁਹਾਨੂੰ ਆਨ ਦਾ ਰਿਕਾਰਡ ਗੱਲ ਕਹਿ ਰਿਹਾ, ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਚਲੇ ਗਏ, ਜਦੋਂ ਜਿੱਥੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਪਈਆਂ ਨੇ ਉੱਥੇ ਗਏ ਤੇ ਉੱਥੇ ਮਿੱਟੀ ਪਈ ਹੋਈ ਸੀ। ਇਹ ਹਾਲ ਚੰਡੀਗੜ੍ਹ ਯੂਨੀਵਰਸਿਟੀ ਦਾ। ਪਟਿਆਲਾ ਯੂਨੀਵਰਸਿਟੀ ਨੇ ਕੁਛ ਕਿਤਾਬਾਂ ਸੰਭਾਲੀਆਂ ਨੇ, ਉਹ ਲਿਟਰੇਚਰ ਨੂੰ ਸੇਲ ਕਰ ਰਹੇ ਨੇ ਪਰ ਖਰੀਦਣ ਵਾਲੇ ਕੋਈ ਨੀ। ਮੈਂ ਮੁੱਲਾਪੁਰ ਇੱਕ ਲਾਇਬ੍ਰੇਰੀ ਚ ਗਿਆ, ਉੱਥੋਂ ਕੁਛ ਕਿਤਾਬਾਂ ਕੱਢਣ ਲੱਗ ਪਿਆ, ਜਦੋਂ ਕਿਤਾਬਾਂ ਕੱਢੀਆਂ ਉਹ ਕਹਿੰਦੇ ਜੀ ਹੋਰ ਕੱਢ ਲਓ। ਮੈਂ ਕਿਹਾ ਜੀ ਮੇਰੇ ਕੋਲ ਤੇ ਪੈਸੇ ਘੱਟ ਹੈ, ਮੈਂ ਤੇ ਗਰੀਬ ਆਦਮੀ, ਮੈਂ ਤੇ ਇੰਨੀਆਂ ਕਿਤਾਬਾਂ ਖਰੀਦਣੀਆਂ ਨੇ। ਉਹ ਕਹਿੰਦੇ ਜੀ ਤੁਸੀਂ ਕੱਢੇ ਕਿਤਾਬਾਂ ਡਿਸਕਾਊਂਟ ਲੈ ਦਿਆਂਗੇ। ਜਦੋਂ ਮੈਂ ਬਹੁਤ ਸਾਰੀਆਂ ਕਿਤਾਬਾਂ ਕੱਢ ਲਈਆਂ, ਉਹ ਕਹਿੰਦੇ ਜੀ ਕੋਈ ਪੈਸਾ ਨੀ, ਤੁਸੀਂ ਚਾਹ ਵੀ ਉਹ ਕਿਤਾਬਾਂ ਲੈ ਜਾਓ। ਮੈਂ ਉਹਨਾਂ ਨੂੰ ਪੁੱਛਿਆ, ਬੇਨਤੀ ਕੀਤੀ ਵੀ ਮੈਂ ਗਰੀਬ ਜ਼ਰੂਰ ਹਾਂ ਪਰ ਏਦਾਂ ਨੀ ਹੈ ਮੈਂ ਕਿਤਾਬਾਂ ਦੇ ਪੈਸੇ ਦੇ ਨਾ ਸਕਾਂ। ਉਹ ਕਹਿੰਦੇ ਸਾਰੀਆਂ ਕਿਤਾਬਾਂ ਤੁਹਾਨੂੰ ਫ੍ਰੀ ਇਸ ਕਰਕੇ ਦਿੰਦੇ ਹਾਂ ਵੀ ਤੁਸੀਂ ਨਾਲੇ ਸਫਾਈ ਕੀਤੀ, ਨਾਲੇ ਕਿਤਾਬਾਂ ਕੱਢੀਆਂ ਨੇ, ਤੁਹਾਨੂੰ ਥੋੜ੍ਹੀ ਬਹੁਤੀ ਨੌਲੇਜ ਹੈ ਸਿੱਖ ਇਤਿਹਾਸ ਦੀ, ਇਸ ਕਰਕੇ ਅਸੀਂ ਇੱਥੇ ਤੇ ਆਉਂਦਾ ਹੀ ਕੋਈ ਨੀ। ਅਸੀਂ ਇੱਡੀ ਵੱਡੀ ਲਾਇਬ੍ਰੇਰੀ ਬਣਾਈ ਆ, ਅਸੀਂ 20 ਕੁਰਸੀਆਂ ਲਾਈਆਂ ਨੇ, 6 ਮਹੀਨੇ ਚ ਕੋਈ ਇੱਕ ਅੱਧਾ ਬੰਦਾ ਬੈਠ ਕੇ ਪੜ੍ਹਨ ਆਉਂਦਾ ਨੀ ਤੇ ਆਉਂਦਾ ਨੀ। ਸਿੱਖਾਂ ਨੇ ਪੜ੍ਹਨ ਨੂੰ ਅਸੀਂ ਤੇ ਗੁਰੂ ਘਰ ਦੇ ਅੰਦਰ ਜਾ ਕੇ, ਗੁਰੂ ਘਰ ਇੱਕ ਸੰਪੂਰਨ ਜਿਹੜਾ ਸਾਡੇ ਕੋਲ ਸਿਧਾਂਤ ਆ, ਜਿਹੜਾ ਕਿਰਤ ਦੀ ਗੱਲ ਕਰਦਾ, ਜਿਹੜਾ ਨਾਮ ਦੀ ਗੱਲ ਕਰਦਾ, ਜਿਹੜਾ ਵੰਡ ਕੇ ਛਕਣ ਦੀ ਗੱਲ ਕਰਦਾ, ਜਿਹੜਾ ਭਰਾਤਰੀ ਭਾਵ ਦਾ, ਕੌਮਾਂਤਰੀ ਭਰਾਤਰੀ ਭਾਵ ਦਾ ਸੁਨੇਹਾ ਦਿੰਦਾ, ਅਸੀਂ ਉਸ ਸੁਨੇਹੇ ਨੂੰ ਪੜ੍ਹ ਕੇ ਰੱਬ ਨਾਲ ਸੌਦਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਸੌਦਾ ਕਰਨ ਆਉਂਦੇ ਹਾਂ ਕਿ ਬਾਬਾ ਇੰਨੇ ਪੈਸੇ ਦੇਵਾਂਗੇ ਜੇ ਇੰਨੇ ਤੂੰ ਮੈਨੂੰ ਦੇਵੇਂਗਾ, ਕਿੰਨੇ ਅਸੀਂ ਰਿਸ਼ਵਤਖੋਰ ਬਣਾ ਰਹੇ ਹਾਂ। ਸਤਿਗੁਰੂ ਮੇਰਾ ਇੱਦਾਂ ਦਾ ਨਹੀਂ, ਸਤਿਗੁਰੂ ਤੇ ਤੁਹਾਡੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਲਿਆਉਂਦਾ, ਜੀਵਨ ਜਾਂਚ ਨੂੰ ਸਿਖਾਲਦਾ। ਸਿੱਖ ਇਤਿਹਾਸ ਜਦੋਂ ਮੈਂ ਗੱਲ ਕਰਦਾ ਮੋਹਿਤ ਸਿੰਘ ਫਾਨੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਲੈ ਕੇ, ਚਾਹੇ ਸਾਡੇ ਕੋਲੋਂ ਪੁਰਾਣੀਆਂ ਕਿਤਾਬਾਂ ਨੇ, ਚਾਹੇ ਉਹ ਸਿੱਖ ਇਤਿਹਾਸ ਦੀਆਂ ਜਿਹੜੀਆਂ ਉਹ ਸਾਰੀਆਂ ਫਾਰਸੀ ਵਿੱਚ ਨੇ, ਚਾਹੇ ਖਾਲਸਾ ਤਵਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਤੇ ਸੁਜਾਨ ਰਾਏ ਭੰਡਾਰੀ ਲਿਖਦਾ, ਉਹਨਾਂ ਕਿਤਾਬਾਂ ਤੋਂ ਲੈ ਕੇ ਮੈਂ ਇਹ ਸਮਝਦਾ ਵੀ ਸਾਡਾ ਇਤਿਹਾਸ ਤੇ ਸਾਡੇ ਵਿਰੋਧੀਆਂ ਨੇ ਲਿਖਿਆ, ਪਰ ਜਿੰਨਾ ਵੀ ਲਿਖਿਆ ਉਹ ਸੱਚ ਨੂੰ ਛੁਪਾ ਨਹੀਂ ਸਕੇ। ਜਦੋਂ ਅਬਦਾਲੀ ਦੇ ਨਾਲ ਆਇਆ ਰਾਈਟਰ ਸਿੱਖਾਂ ਨੂੰ ਸੱਗ ਲਿਖਦਾ, ਕੁੱਤੇ ਲਿਖਦਾ ਉਹਦੇ ਸ਼ਬਦਾਂ ਚ, ਪਰ ਜਦੋਂ ਉਹ ਗੱਲ ਕਰਦਾ ਕਹਿੰਦਾ ਜੇ ਬਹਾਦਰੀ ਸਿੱਖਣੀ ਆ ਤਾਂ ਇਹਨਾਂ ਕੋਲ ਸਿੱਖ ਲੈ, ਜਦੋਂ ਇਹ ਮੈਦਾਨ ਛੱਡਦੇ ਨੇ ਉਹਨੂੰ ਭੱਜੇ ਨਾ ਜਾਣੀ, ਤੇ ਮੁੜ ਕੇ ਇਹੋ ਜਿਹਾ ਹਮਲਾ ਕਰਦੇ ਨੇ, ਦੁਸ਼ਮਣ ਨੂੰ ਭਾਜੜ ਪਾ ਦਿੰਦੇ ਨੇ। ਸਾਨੂੰ ਸਾਡੀ ਨੀਤੀ ਜਦੋਂ ਵੀ ਕੋਈ ਕੌਮੀ ਗੱਲ ਆਈ ਆ, ਚਾਹੇ ਉਹ 1947 ਸੀ, ਉਦੋਂ ਸਿੱਖ ਜਿਹੜੇ ਨੇ ਉਹਨਾਂ ਨੇ ਆਪਣੇ ਇਤਿਹਾਸ ਤੋਂ ਸੇਧ ਨਹੀਂ ਲਈ ਕਰਕੇ ਅਸੀਂ ਟੇਬਲ ਤੇ ਬੈਠ ਕੇ ਹਾਰ ਜਾਂਦੇ ਹਾਂ। ਅੱਜ ਸਿੱਖ ਕੌਮ, ਮੈਂ ਖੁੱਲ੍ਹੇਆਮ ਕਹਿਣਾ ਚਾਹੁੰਦਾ, ਜਿੱਥੇ ਅਸੀਂ ਇਤਿਹਾਸ ਤੋਂ ਟੁੱਟੇ ਹੋਏ ਹਾਂ ਉੱਥੇ ਅੱਜ ਸਿੱਖ ਕੌਮ ਲੀਡਰ ਲੈਸ ਵੀ ਆ, ਸਾਡੇ ਕੋਲ ਲੀਡਰ ਵੀ ਕੋਈ ਨਹੀਂ ਹੈ, ਅਸੀਂ ਧੱਕੇ ਖਾ ਰਹੇ ਹਾਂ। ਜਿਹਨਾਂ ਦੇ ਕੋਲ ਆਪਣੇ ਲੀਡਰ ਨਹੀਂ ਹੁੰਦੇ, ਜਿਹਨਾਂ ਕੋਲ ਆਪਣਾ ਸਿਧਾਂਤ ਨਹੀਂ ਹੁੰਦਾ, ਜਿਹੜੇ ਆਪਣੇ ਇਤਿਹਾਸ ਨੂੰ ਪੜ੍ਹ ਕੇ ਸੇਧ ਨਹੀਂ ਲੈਂਦੇ, ਉਹਨਾਂ ਦਾ ਕੁਛ ਨਹੀਂ ਬਣ ਸਕਦਾ। ਤੁਸੀਂ ਬਿਲਕੁਲ ਸੱਚ ਕਿਹਾ ਭਾਈ ਦਲਬੀਰ ਸਿੰਘ ਜੀ,
ਅਸੀਂ ਨਾ ਇਤਿਹਾਸ ਪੜ੍ਹਦੇ ਹਾਂ, ਨਾ ਗੁਰਬਾਣੀ ਪੜ੍ਹਦੇ ਹਾਂ, ਨਾ ਰਹਿਤ ਮਰਿਆਦਾ ਪੜ੍ਹਦੇ ਹਾਂ, ਆਪਸੀ ਭਾਈਚਾਰਾ ਬਣਾਉਂਦੇ ਹਾਂ। ਜੇ ਕੋਈ ਕਿਤੇ ਉੱਚਾ ਉੱਠ ਕੇ ਸਿੱਖ ਕੌਮ ਦੇ ਲਈ ਕੰਮ ਕਰਨਾ ਚਾਹੁੰਦਾ ਤੇ ਅਸੀਂ ਉਹਦੀਆਂ ਲੱਤਾਂ ਖਿੱਚਣ ਤੋਂ ਬਾਅਦ ਕੁਛ ਨੀ ਕਰਦੇ, ਮੇਰੀ ਸਾਡੀ ਇੱਕ ਬਹੁਤ ਵੱਡੀ ਤਰਾਸਦੀ ਹੈ। ਬਿਲਕੁਲ ਜੀ, ਅਸੀਂ ਆਸ ਕਰਦੇ ਹਾਂ ਤੇ PTN 24 ਦੇ ਮਾਧਿਅਮ ਰਾਹੀਂ ਅਸੀਂ ਅਪੀਲ ਵੀ ਕਰਦੇ ਹਾਂ, ਬੇਨਤੀ ਕਰਦੇ ਹਾਂ, ਜਿਹੜੀਆਂ ਸਾਡੀਆਂ ਸਰਮੋਰ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚਾਹੇ ਟਕਸਾਲਾਂ ਆ, ਚਾਹੇ ਹੋਰ ਸੰਪਰਦਾਵਾਂ ਆ, ਜੇਕਰ ਤੁਸੀਂ ਆਉਣ ਵਾਲੀ ਪਨੀਰੀ ਨੂੰ ਆਪਣੇ ਇਤਿਹਾਸ ਨਾਲ ਨਾ ਜੋੜ ਸਕੇ ਤਾਂ ਤੁਸੀਂ ਇਤਿਹਾਸ ਮਨਫੀ ਕਰ ਲਉਂਗੇ। ਸੋ ਸਾਨੂੰ ਛੋਟੇ ਛੋਟੇ ਕੈਂਪ ਲਾਉਣੇ ਪੈਣੇ ਆ ਨਵੀਂ ਪਨੀਰੀ ਜੋੜ ਲਈ, ਪਿੰਡਾਂ ਦੇ ਵਿੱਚ ਸਕੂਲਾਂ 'ਚ ਜਾਣਾ ਪੈਣਾ ਬੱਚਿਆਂ ਨੂੰ ਇਤਿਹਾਸ ਦੱਸਣ ਲਈ। ਜਿੱਦਾਂ ਭਾਈ ਸਾਹਿਬ ਕਹਿੰਦੇ ਆ ਬੁੱਕਾਂ ਦੇ ਘੱਟਾ ਜੰਮਿਆ, ਮੈਂ ਹੈਰਾਨਗੀ ਹੁੰਦੀ ਜਦੋਂ ਮੈਂ ਸਰਚ ਕਰਦਾ ਗੂਗਲ 'ਤੇ, ਯੂਰਪ ਦੇ ਲੋਕ ਸਭ ਤੋਂ ਪਹਿਲਾਂ ਤਾਂ ਕੰਮ 'ਤੇ ਉਹ ਪਬਲਿਕ ਟ੍ਰਾਂਸਪੋਰਟ ਨੂੰ ਯੂਜ਼ ਕਰਦੇ, ਆਪਣੀ ਗੱਡੀ ਘੱਟ ਵਰਤਦੇ ਆ। ਫਿਰ ਉਹਨਾਂ ਦੇ ਹੱਥ ਵਿੱਚ ਜ਼ਰੂਰ ਕੋਈ ਨਾ ਕੋਈ ਉਹਨਾਂ ਦਾ ਲਿਖਿਆ ਹੋਇਆ ਉਹਨਾਂ ਦਾ ਰਾਸ਼ਟਰ ਦਾ ਨਾਵਲ ਜਾਂ ਬੁੱਕ ਹੁੰਦੀ ਆ। ਜਦੋਂ ਟ੍ਰੇਨ 'ਚ ਜਾਂ ਬੱਸ 'ਚ ਬਹਿ ਜਾਂਦੇ ਆ ਅਤੇ ਫੋਨਾਂ 'ਤੇ ਨਹੀਂ, ਉਹ ਸੋਸ਼ਲ ਮੀਡੀਆ 'ਤੇ ਨਹੀਂ ਜਾਂਦੇ, ਅਤੇ ਉਹ ਆਪਣੀਆਂ ਬੁੱਕਾਂ ਦੇ ਨਾਵਲ ਪੜ੍ਹਦੇ ਆ। ਇਵੇਂ ਤੁਸੀਂ ਇੰਡੀਆ 'ਚ ਸਾਊਥ ਵੱਲ ਚਲੇ ਜਾਓ, ਭਾਰਤ ਦੇ ਵਿੱਚ ਤੁਸੀਂ ਕੇਰਲਾ ਦੀ ਗੱਲ ਕਰ ਲੈਂਦੇ ਆ, ਉੱਥੇ ਹਰ ਇੱਕ ਬੰਦਾ ਚਾਹੇ ਟੀਚਰ ਹੈ, ਚਾਹੇ ਪ੍ਰਿੰਸੀਪਲ ਹੈ, ਚਾਹੇ ਸਟੂਡੈਂਟ ਹੈ, ਹਰ ਇੱਕ ਦੇ ਘਰ ਦੇ ਵਿੱਚ ਲਾਇਬ੍ਰੇਰੀ, ਘਰ ਘਰ ਦੇ ਵਿੱਚ ਚਾਰ ਚਾਰ ਪੰਜ ਪੰਜ ਸੌ ਬੁੱਕ ਉਹਨਾਂ ਨੇ ਉੱਥੇ ਪਈ ਆ। ਤੁਸੀਂ ਦੱਸੋ ਉੱਥੇ ਉਹਨਾਂ ਦਾ ਇਤਿਹਾਸ ਜਾਂ ਉਹਨਾਂ ਦੀ ਜਿਹੜੀ ਚੱਲੀ ਆਉਂਦੀ ਆ ਮਰਜ਼ਾਦਾ, ਉਹ ਕਿੱਦਾਂ ਤੋੜ ਲੈਣਗੇ ਲੋਕਾਂ ਨੂੰ। ਸੇ ਸਾਡੀ ਵੀ ਤਰਾਸਦੀ ਕੌਮ ਦੀ, ਅਸੀਂ ਅਵਿਸਲੇ ਹੋ ਗਏ ਹਾਂ, ਅਸੀਂ ਸੋਸ਼ਲ ਮੀਡੀਆ ਦੇ ਅਸੀਂ ਤਾਂ ਨਚਾਰ ਜ਼ਿਆਦਾ ਬਣਾ ਲੈ। ਹਰ ਕੋਈ ਮਾਂ ਬਾਪ ਦਾ ਬੱਚਾ ਚਾਹੁੰਦਾ ਵੀ ਮੈਂ ਗਾਉਣ ਵਾਲਾ ਬਣ ਜਾਵਾਂ, ਮੈਂ ਐਕਟਰ ਬਣ ਜਾਵਾਂ, ਮੈਂ ਨੱਚਣ ਵਾਲੀ ਬਣ ਜਾਵਾਂ, ਠੀਕ ਹੈ ਜੀ। ਪਰ ਸਾਡਾ ਇਹ ਸੱਭਿਆਚਾਰ ਨਹੀਂ ਸੀ, ਸਾਨੂੰ ਗੁਰੂ ਸਾਹਿਬ ਸੱਭਿਆਚਾਰ ਕੁਛ ਹੋਰ ਦੇ ਕੇ ਗਏ ਸੀਗੇ। ਸੋ ਅਸੀਂ ਇਹ ਕਿਸੇ ਦਿਨ ਫਿਰ ਮੁੱਦੇ ਦੀ ਗੱਲ ਛੇੜਾਂਗੇ, ਬੜੀ ਲੰਮੀ ਗੱਲ ਚੱਲ ਜਾਣੀ, ਆਪਾਂ ਉਸੇ 'ਤੇ ਹੀ ਰੱਖੀਏ ਗੁਰੂ ਜੀ ਅਰਜਨ ਦੇਵ ਦੀ ਸ਼ਹੀਦੀ ਦੇ ਬਾਰੇ 'ਤੇ। ਭਾਈ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ? ਬਹੁਤ ਵੱਡਾ ਸਵਾਲ ਹੈ ਭਾਈ ਦਲਵੀਰ ਸਿੰਘ ਜੀ, ਇਹਦਾ ਜਵਾਬ ਜਿਹੜਾ ਉਹ ਸਾਨੂੰ ਇਤਿਹਾਸ ਦਿੰਦਾ ਜੀ। ਜਦੋਂ ਅਸੀਂ ਇਤਿਹਾਸ ਵਿੱਚ ਜਾਂਦੇ ਹਾਂ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਪਹਿਲਾਂ ਈਸਾ ਮਸੀਹ ਦੀ ਸ਼ਹੀਦੀ ਹੋਈ, ਸੇਂਟ ਪੌਲ ਦੀ ਸ਼ਹੀਦੀ ਹੋਈ, ਮਨਸੂਰ ਦੀ ਸ਼ਹੀਦੀ ਹੋਈ, ਹੋਰ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ, ਹਸਨ ਤੇ ਹੁਸੈਨ ਦੀ ਸ਼ਹੀਦੀ ਹੋਈ ਹੈ। ਪਰ ਸ਼ਹੀਦਾਂ ਦੇ ਸਰਤਾਜ ਜਿਹੜੇ ਨੇ ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਇਹ ਵੀ ਸਦੀ ਵੀ ਸੱਚ ਹੈ। ਈਸਾ ਮਸੀਹ ਦਾ ਵੀ ਜਦੋਂ ਸ਼ਹੀਦੀ ਹੋਈ ਸੀ, ਉਹਨੂੰ ਸ਼ਹੀਦ ਕਰਨ ਵਾਲਾ ਹੈ ਉਹਦੇ ਆਪਣੇ ਲੋਕ ਸੀ। ਜਦੋਂ ਈਸਾ ਮਸੀਹ ਸਾਹਿਬ ਨੂੰ ਸੂਲੀ ਤੇ ਚੜਾਇਆ ਜਾ ਰਿਹਾ ਸੀ, ਉਹਦੇ 13 ਚੇਲੇ ਭੱਜ ਗਏ ਸੀ। ਪਰ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਸੀ, ਤੇ ਉਹਨਾਂ ਦੇ ਤਿੰਨਾਂ ਚੇਲਿਆਂ ਨੇ ਪਹਿਲਾਂ ਸ਼ਹੀਦੀ ਦਿੱਤੀ ਸੀ। ਇਹ ਕਹਾਵਤ ਇਸ ਕਰਕੇ ਬਣੀ ਹੋਈ ਆ, ਨਾ ਤੂੰ ਤਿੰਨਾਂ ਚੋਂ ਨਾ 13 ਚੋਂ, ਮੈਂ ਆਪਣੀ ਗੱਲ ਤੇ ਵਾਪਸ ਆਉਣ ਲੱਗਿਆ। ਕਿਉਂਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਜਿੰਨੀਆਂ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਫੜਿਆ ਤੇ ਸ਼ਹੀਦ ਕਰ ਦਿੱਤਾ। ਹੁਸੈਨ ਨੇ ਤੇ ਆਪਣਾ ਰਸਤਾ ਵੀ ਬਦਲਿਆ ਸੀ, ਉਹ ਮੱਕੇ ਚਲਾ ਗਿਆ ਸੀ। ਮੱਕੇ ਤੋਂ ਜਦੋਂ ਹੁਸੈਨ ਸਾਹਿਬ ਵਾਪਸ ਗਿਆ, ਜਜੀਦ ਨੇ ਉਹਨੂੰ ਤਰਲੇ ਕਰਦੇ ਨੂੰ ਫੜ ਕੇ ਕਤਲ ਕੀਤਾ ਸੀ। ਦੂਜੇ ਪਾਸੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਸ਼ਰਤਾਂ ਰੱਖੀਆਂ ਗਈਆਂ ਸੀ, ਤੁਸੀਂ ਇਸਲਾਮ ਕਬੂਲ ਕਰ ਲਓ ਤੁਹਾਨੂੰ ਛੱਡ ਦਿਆਂਗੇ, ਤੁਸੀਂ ਜਿਹੜਾ 2 ਲੱਖ ਰੁਪਈਆ ਦੇ ਦਿਓ, 2 ਲੱਖ ਰੁਪਈਆ ਦੇ ਦਿਓ, ਤੁਹਾਨੂੰ ਛੱਡ ਦਿੱਤਾ ਜਾਊਗਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿੱਚ ਮੁਹੰਮਦ ਸਾਹਿਬ ਦੀ ਪੁਸਤਕ ਵਿੱਚ ਕੁਛ ਸ਼ਬਦ ਪਾ ਲਓ, ਤੁਹਾਨੂੰ ਛੱਡ ਦਿੱਤਾ ਜਾਊਗਾ। ਸੱਚ ਦੀ ਖਾਤਰ ਮੇਰੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਵਾਬ ਸੀ ਕਿ ਸਾਨੂੰ ਸਾਡਾ ਧਰਮ ਪਿਆਰਾ, ਤੁਹਾਨੂੰ ਤੁਹਾਡਾ ਪਿਆਰਾ, ਤੁਸੀਂ ਆਪਣੇ ਧਰਮ ਚਲੋ, ਧਰਮ ਤਬਦੀਲ ਕਰਨਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਜਾ ਸਵਾਲ ਜੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਈ, ਉਦੋਂ ਗੁਰੂ ਗ੍ਰੰਥ ਸਾਹਿਬ ਪੋਥੀ ਦਾਤਨ ਪੋਥੀ ਪਰਮੇਸ਼ਰ ਦਾ ਥਾਨ, ਕਿਉਂਕਿ ਸ਼੍ਰੀ ਰੂਪ ਰੂਪ ਵਿੱਚ ਗੁਰੂ ਅਰਜਨ ਸਾਹਿਬ ਗੁਰੂ ਸਨ। ਇਹ ਰੱਬ ਦੀ ਬਾਣੀ ਆ, ਤੁਰਕੀ ਬਾਣੀ ਆ, ਇਹ ਉਸ ਅਕਾਲ ਪੁਰਖ ਦੇ ਹੁਕਮ ਨਾਲ ਧਰਤੀ ਤੇ ਆਈ ਆ। ਇਹਦੇ ਵਿੱਚ ਤੁਸੀਂ ਸ਼ਬਦ ਪਾਉਣ ਦੀ ਗੱਲ ਕਰਦੇ ਹੋ, ਅਸੀਂ ਇਹਦੇ ਵਿੱਚ ਕੰਨੇ ਟਿੱਪੀ ਅੱਧਕ ਬਿੰਦੀ ਦੀ ਵੀ ਤਬਦੀਲੀ ਕਰਨ ਤਿਆਰ ਨੇ, ਤੁਸੀਂ ਜੋ ਕਰਨਾ ਕਰ ਲਓ। ਦੂਜਾ, ਗੁਰੂ ਘਰ ਦੀਆਂ ਗੋਲਕਾ ਜੁਰਮਾਨਾ ਭਰਨ ਦੇ ਲਈ ਨਹੀਂ, ਗੁਰੂ ਅਰਜਨ ਸਾਹਿਬ ਨੂੰ ਬਚਣਾ ਹੁੰਦਾ ਤੇ ਉਹਨਾਂ ਦੇ ਸਾਹਮਣੇ ਇਸਲਾਮਿਕ ਦਰਵਾਜ਼ਾ ਖੁੱਲ੍ਹਾ ਸੀ, ਜੁਰਮਾਨਾ ਦੇਣ ਦਾ ਦਰਵਾਜ਼ਾ ਖੁੱਲ੍ਹਾ ਸੀ, ਪਰ ਗੁਰੂ ਸਾਹਿਬ ਨੇ ਸੱਚ ਦੀ ਖਾਤਰ ਸਾਰੀਆਂ ਸ਼ਰਤਾਂ ਨੂੰ ਨਕਾਰ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹ ਸ਼ਬਦਾਂ ਦੂਜੇ ਜਿਹੜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ ਪਹਿਲਾਂ, ਚਾਹੇ ਉਹ ਮਨਸੂਰ ਦੀ, ਚਾਹੇ ਸੇਂਟ ਪੌਲ ਦੀ, ਚਾਹੇ ਕੋਈ ਹੋਰ ਸੀ, ਉਹਨਾਂ ਸਾਹਮਣੇ ਇਹ ਸ਼ਬਦਾਂ ਦੇ ਰੱਖੀਆਂ ਗਈਆਂ ਸੀ। ਈਸਾ ਮਸੀਹ ਸਾਹਿਬ ਦੇ ਬਚਨ ਜਿਹੜੇ ਉਹ ਬਾਈਬਲ ਵਿੱਚ ਦਰਜ ਨੇ, ਓ ਮਾਈ ਗੋਡ ਟੇਕ ਅਵੇ ਦਾ ਕੱਪ ਆਫ ਸੋਰੋਜ਼ ਫਰੋਮ ਮੀ। ਪਰ ਦੂਜੇ ਪਾਸੇ ਧੰਨ ਗੁਰੂ ਅਰਜਨ ਸਾਹਿਬ ਕੀ ਫਰਮਾ ਰਹੇ ਨੇ, ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਦਾਨਕ ਮੰਗੇ, ਜਿਹੜਾ
ਬਚਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤਾ ਪੀਰ ਪੈਗੰਬਰ ਸਾਲਕ ਸਾਧਕ ਸ਼ੋਭੇ ਔਰ ਸ਼ਹੀਦ ਸ਼ੇਖ ਮਸਾਇਕ ਕਾਜੀ ਬੁੱਲਾ ਸਰ ਦਰਵੇਸ਼ ਰਸੀਦ ਤੇ ਇਹਨਾਂ ਦੇ ਦਰਜੇ ਬੜੇ ਉੱਚੇ ਨੇ ਅਹੁਦੇ ਬੜੇ ਉੱਚੇ ਨੇ ਇਸ ਕਰਕੇ ਕਿਉਂਕਿ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਦਰਵਾਜ਼ਾ ਖੁੱਲਾ ਰੱਖਿਆ ਸੀ ਤੁਸੀਂ ਸ਼ਹਾਦਤ ਤੋਂ ਪੈ ਸਕਦੇ ਹੋ ਪਰ ਸੱਚ ਤੇ ਪਹਿਰਾ ਦਿੰਦਾ ਹੋਇਆ ਮੇਰੇ ਸਤਿਗੁਰੂ ਨੇ ਜਿਹੜਾ ਉਹ ਸ਼ਹੀਦੀ ਪ੍ਰਾਪਤ ਕੀਤੀ ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਨੇ। ਭਾਈ ਸਾਹਿਬ ਜੀ ਇੱਕ ਮੈਂ ਹੋਰ ਇੱਥੇ ਜਾਣਕਾਰੀ ਪੁੱਛਣੀ ਚਾਹੁੰਦਾ ਇੱਥੋਂ ਥੋੜੀ ਹਟ ਕੇ ਮੈਂ ਇਤਿਹਾਸ ਕਿਤੇ ਪੜ੍ਹਿਆ ਵੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਵੀ ਦੋ ਸਿੱਖ ਸ਼ਹੀਦ ਹੋਏ ਆ ਇਹਦੇ ਵਿੱਚ ਕਿੰਨਾ ਕੁ ਸੱਚ ਹੈ? ਮਸ਼ਕ ਲੈ ਕੇ ਸ਼ਹਿਰ ਦੇ ਅੰਦਰ ਨੂੰ ਭੱਜ ਰਿਹਾ ਜੀ। ਲੋਕ ਉਹਨੂੰ ਪੁੱਛਦੇ ਨੇ ਤਾਰੂ ਅੱਗ ਲਾਉਣ ਵਾਲੇ ਬਾਬ ਨੇ ਤੂੰ ਕੱਲਾ ਆ ਤੂੰ ਕੀ ਕਰ ਲਵੇਗਾ? ਉਹਨੇ ਕਿਹਾ ਮੈਂ ਕੁਛ ਨੀ ਕਰ ਸਕਦਾ ਪਰ ਜਿੱਦਣ ਇਤਿਹਾਸ ਲਿਖਿਆ ਜਾਏਗਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਮੇਰਾ ਨਾਮ ਅੱਗ ਲਾਉਣ ਵਾਲਿਆਂ ਚ ਨੀ ਅੱਗ ਬੁਝਾਉਣ ਵਾਲਿਆਂ ਚ ਆਵੇਗਾ। 14 ਸਾਲ ਦਾ ਬੱਚਾ ਜਵਾਨ ਹੁੰਦਾ ਨਾ ਉਹ ਬੱਚਾ ਹੁੰਦਾ ਉਹ ਕਿਸੇ ਦੇ ਘਰ ਤੇ ਕੋਈ ਮਸ਼ਕਾ ਪਾਣੀ ਦੀਆਂ ਪਾ ਦਿੰਦਾ ਕਿਸੇ ਨੂੰ ਪਾਣੀ ਪਾ ਦਿੰਦਾ ਕਿਸੇ ਦੀ ਕੋਈ ਸੇਵਾ ਕਰ ਦਿੰਦਾ ਕਿਸੇ ਨੂੰ ਅੱਗ ਚੋਂ ਖਿੱਚ ਕੇ ਬਾਹਰ ਕੱਢ ਦਿੰਦਾ। ਬਾਬਰ ਦੇ ਸਿਪਾਹੀਆਂ ਨੇ ਰੋਕਿਆ ਪਰ ਉਹ ਰੁਕਿਆ ਨੀ ਜਿਉਂਦੇ ਨੂੰ ਚੱਕ ਕੇ ਅੱਗ ਵਿੱਚ ਛੱਡ ਦਿੱਤਾ। ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀਆਂ ਵਾਰਾਂ ਦੇ ਅੰਦਰ ਤਾਰੂ ਪੋਪਟ ਤਾਰਿਆ ਗੁਰਮੁਖ ਬਾਗ ਤੁਧਾਏ ਉਦਾਸੀ। ਹੋਰ ਸ਼ਹਾਦਤਾਂ ਵੀ ਗੁਰੂ ਅਰਜਨ ਸਾਹਿਬ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਤੇ ਆਰੰਭ ਹੋ ਗਈਆਂ ਸੀ। ਸਾਡਾ ਇਤਿਹਾਸ ਜਿਹੜਾ ਗੁਰੂ ਨਾਨਕ ਨੇ ਸਾਨੂੰ ਫਰਮਾਇਆ ਜਦ ਤੋਂ ਪ੍ਰੇਮ ਖੇਲਣ ਕਾ ਚਾਓ ਸਿਰਤਲੀ ਮੇਰੀ ਆਓ। ਮੈਂ ਇੱਥੇ ਇੱਕ ਗੱਲ ਹੋਰ ਜੋੜ ਦੇਵਾਂ, ਬਾਦਸ਼ਾਹ ਸਿਕੰਦਰ ਲੋਧੀ ਨੇ ਦਿੱਲੀ ਦੀ ਜੇਲ੍ਹ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀ ਬੰਦ ਕੀਤਾ ਸੀ, ਇਹ ਵੀ ਇਤਿਹਾਸ ਵਿੱਚੋਂ ਮਾਈਨਸ ਕਰ ਦਿੱਤਾ ਗਿਆ। ਜਿਹੜਾ ਸੰਵਾਦ ਆ ਬਾਦਸ਼ਾਹ ਸਿਕੰਦਰ ਲੋਧੀ ਤੇ ਗੁਰੂ ਨਾਨਕ ਦਾ ਉਹਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ। ਸਾਡੇ ਕੋਲ ਡਾਕਟਰ ਸੁਰਿੰਦਰ ਸਿੰਘ ਕੋਹਲੀ ਦੀ ਕਿਤਾਬ ਹੈ ਟ੍ਰੈਵਲ ਆਫ ਗੁਰੂ ਨਾਨਕ, ਇਹ ਅੰਗਰੇਜ਼ੀ ਦੇ ਵਿੱਚ ਆ। ਮਲਟਰ ਵੈਸ਼ਨਿਸਟਿਕ ਲਾ ਸਰਦਾਰ ਕਪੂਰ ਸਿੰਘ ਜਿਹੜਾ ਉਹਨਾਂ ਦੀ ਜਿਹੜੀ ਆਰਟੀਕਲ ਹੈ ਇਹਨੂੰ ਟ੍ਰਾਂਸਲੇਸ਼ਨ ਕਰਕੇ ਇਹ ਸਿੱਖਾਂ ਨੂੰ ਦੇਣਾ ਚਾਹੀਦਾ। ਆ ਤਾਂ ਮਾਫ਼ ਕਰਨਾ, ਮੈਂ ਕੋਈ ਪ੍ਰਚਾਰਕ ਨੀ, ਮੈਂ ਤੇ ਗੁਰੂ ਨਾਨਕ ਦੇ ਘਰ ਦਾ ਕੁੱਕਰ ਆ। ਅਸੀਂ ਪੜ੍ਹਦੇ ਨੀ, ਸਾਡੇ ਜਿਹੜੇ ਪ੍ਰਚਾਰਕ ਵੀ ਬਹੁਤੇ ਆਉਂਦੇ ਨੇ, ਮੁਬਾਰਕ ਨੇ ਜਿਹੜੇ ਪ੍ਰਚਾਰ ਲਈ ਆਉਂਦੇ ਨੇ, ਪਰ ਬਹੁਤੇ ਪ੍ਰਚਾਰਕ ਜਿਹੜੇ ਨੇ ਆਪਣੇ ਪੇਟ ਪਾਲਣ ਲਈ ਆਉਂਦੇ ਨੇ, ਉਹ ਫਿਰ ਪ੍ਰਧਾਨਾਂ ਦੇ ਗੁਲਾਮ ਹੋ ਜਾਂਦੇ ਨੇ। ਪ੍ਰਧਾਨ ਆਪਣੀ ਮਰਜ਼ੀ ਨਾਲ ਚਲਾਉਂਦੇ ਨੇ, ਪਰ ਗੁਰੂ ਦਾ ਸੁਨੇਹਾ ਨੀ ਦਿੰਦਾ। ਮੇਰੀ ਤੇ ਇਹ ਬੇਨਤੀ ਹੈ ਕਿ ਅੱਜ ਸਾਨੂੰ ਪ੍ਰਚਾਰਕ ਉਹ ਚਾਹੀਦੇ ਨੇ ਜਿਹੜੇ ਅਥੈਂਟਿਕ ਹੋਣ, ਜਿਹਨਾਂ ਕੋਲ ਬਕਾਇਦਾ ਡਿਗਰੀ ਹੋਵੇ। ਸਾਡੇ ਕੋਲ ਜਿਹੜੇ 6 ਮਹੀਨੇ ਦਾ ਕਿਸੇ ਨੂੰ ਪੜ੍ਹਾ ਕੇ ਸਾਲ ਪੜ੍ਹਾ ਕੇ ਭੇਜ ਦਿੰਦੇ ਹਾਂ, ਜਦੋਂ ਅਸੀਂ ਈਸਾਈਆਂ ਵੱਲ ਦੇਖਦੇ ਹਾਂ ਚਾਹੇ ਉਹਨਾਂ ਦੀ ਬਾਈਬਲ ਬੜੀ ਛੋਟੀ ਹੈ, ਲੇਕਿਨ ਉਹ 5-6 ਸਾਲ ਦਾ ਪ੍ਰਚਾਰਕ ਬਾਹਰ ਕਰਦੇ ਨੇ। ਇਹੀ ਹਾਲ ਮੇਰੇ ਮੁਸਲਮਾਨ ਭਰਾਵਾਂ ਦਾ ਆ। ਪਰ ਸਾਡੇ ਕੋਲ ਜਿਹੜਾ ਮਰਜ਼ੀ ਪੁਰਾਣੀਆਂ ਜਾਂ ਕਹਾਣੀਆਂ ਤੋੜ ਕੇ ਉਹ ਕਥਾ ਕਰਨ ਲੱਗ ਪੈਂਦਾ, ਅਸੀਂ ਵਾਹ ਵਾਹ ਕਰਨ ਲੱਗ ਪੈਂਦੇ, ਸਾਡੇ ਕੋਲ ਨੌਲੇਜ ਕੋਈ ਹੁੰਦੀ ਨੀ। ਇਸ ਕਰਕੇ ਸਾਡੀ ਨਵੀਂ ਪੀੜ੍ਹੀ ਵੀ ਜਿਹੜੀ ਉਹ ਪ੍ਰਾਮ ਹੁੰਦੀ ਜਾਂਦੀ ਹੈ। ਭਾਈ ਦਲਵੀਰ ਸਿੰਘ ਜੀ, ਸਾਨੂੰ ਅਥੈਂਟਿਸਿਟੀ ਕੰਪੈਰੀਟਿਵ ਸਟੱਡੀ ਆਫ ਰਿਲੀਜਨ ਆਪਣੇ ਬੱਚਿਆਂ ਨੂੰ ਆਪਣੇ ਸਿੱਖਾਂ ਨੂੰ ਦੇਣੀ ਪਏਗੀ। ਰੱਬ ਦੀ ਗਲਤੀ ਈਸਾ ਨੇ ਵੀ ਕੀਤੀ ਹੈ, ਰੱਬ ਦੀ ਗਲਤੀ ਮੂਸਾ ਨੇ ਵੀ ਕੀਤੀ ਹੈ, ਰੱਬ ਦੀ ਗਲਤੀ ਮੁਹੰਮਦ ਸਾਹਿਬ ਨੇ ਵੀ ਕੀਤੀ ਹੈ, ਰੱਬ ਦੀ ਗੱਲ ਹੀ ਮੇਰੇ ਗੁਰੂ ਨਾਨਕ ਨੇ ਕੀਤੀ ਆ, ਫਿਰ ਫਰਕ ਕੀ ਸੀ? ਬਿਲਕੁਲ ਜੀ, ਪਤਾ ਨੀ ਲੱਗਦਾ ਉਹਨਾਂ ਚੋਂ ਸਿੱਖ ਨਹੀਂ ਬਣਨਗੇ ਜੀ। ਬਿਲਕੁਲ ਜੀ ਭਾਈ ਸਾਹਿਬ ਜੀ, ਅਸਲ ਚ ਗੁਰੂ ਸਾਹਿਬ ਸਾਨੂੰ ਕੁਛ ਹੋਰ ਕਨਸੈਪਟ ਦੇ ਕੇ ਗਏ ਸੀ, ਪਰ ਅਸੀਂ ਸਮੇਂ ਸਮੇਂ ਦੀਆਂ ਸਰਕਾਰਾਂ, ਚਾਹੇ ਮੁਗਲ ਸਰਕਾਰ ਆਈ ਆ ਚਾਹੇ ਗੋਰੇ ਆਏ ਆ, ਪਾੜੋ ਤੇ ਰਾਜ ਕਰੋ ਨੀਤੀ ਦੇ ਤਹਿਤ ਸਾਡੇ ਵਿੱਚੋਂ ਹੀ ਕਈ ਸ਼ਾਖਾਂ ਕੱਢ ਦਿੱਤੀਆਂ ਗਈਆਂ। ਅੱਜ ਅਸੀਂ ਗੁਰੂ ਦੇ ਸਿੱਖ ਨਾਲੋਂ ਅਸੀਂ ਡੇਰਿਆਂ ਦੇ ਸਿੱਖ ਜ਼ਿਆਦਾ ਬਣ ਗਏ ਹਾਂ, ਅਸੀਂ ਧੁਰੇ ਨਾਲੋਂ ਟੁੱਟ ਗਏ ਹਾਂ। ਅਤੇ ਜਦੋਂ ਵੀ ਕੋਈ ਧੁਰੇ ਨਾਲੋਂ ਟੁੱਟਦਾ ਤਾਂ ਦਰੜਿਆ ਜਾਂਦਾ। ਚੱਕੀ ਦੇ ਪੁੜਾਂ ਦੀ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ, ਜਿਹੜੇ ਦਾਣੇ ਧੁਰੇ ਦੇ ਆਲੇ ਦੁਆਲੇ ਰਹਿ ਜਾਂਦੇ ਆ ਤਾਂ ਉਹ ਸਾਬਤ ਬਚੇ ਰਹਿੰਦੇ ਆ, ਕਦੇ ਵੀ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ। ਅੱਜ ਨੁਕਸਾਨ ਵੀ ਸਾਡਾ ਤਾਂ ਹੀ ਆ, ਅੱਜ ਜੈਨੋਸਾਈਡ ਵੀ ਸਾਡਾ ਤਾਂ ਹੀ ਸਮੇਂ ਸਮੇਂ 'ਤੇ ਹੋ ਰਿਹਾ, ਕਿਉਂਕਿ ਅਸੀਂ ਸ਼ਬਦ ਗੁਰੂ ਦੇ ਸਿੱਖ ਨਹੀਂ, ਅਸੀਂ ਗੁਰੂ ਦੇ ਸਿੱਖ ਨਹੀਂ, ਅਸੀਂ ਧੜਿਆਂ ਦੇ ਸਿੱਖ ਬਣ ਗਿਆ ਜੀ। ਇਹ ਢੱਡਰੀਆਂ ਵਾਲਾ ਸਿੱਖ ਆ ਜੀ, ਇਹ ਧੁੰਮੇ ਦਾ ਸਿੱਖ ਆ ਜੀ, ਇਹ ਟਕਸਾਲੀ ਸਿੱਖ ਆ ਜੀ, ਇਹ ਮਸ਼ੀਨਰੀ ਆਇਆ ਜੀ। ਸਾਡੇ 'ਚ ਇੰਨੀਆਂ ਵੰਡੀਆਂ ਤ੍ਰਾਸਦੀ ਆ ਸਾਡੀ ਕੌਮ ਦੀ, ਅਸੀਂ ਉਹਨਾਂ ਮੁੱਦਿਆਂ 'ਤੇ ਲੜ ਰਹੇ ਹਾਂ, ਐਨਰਜੀ ਵੇਸਟ ਕਰ ਰਹੇ ਹਾਂ, ਜਿਹਨਾਂ ਦੀ ਕੋਈ ਸੈਂਸ ਨਹੀਂ, ਜਿਹਨਾਂ ਦਾ ਕੋਈ ਮਕਸਦ ਨਹੀਂ ਹੈਗਾ। ਅਸੀਂ ਆਪਣੀ ਪਨੀਰੀ ਨੂੰ ਸਾਂਭਣਾ, ਜੇ ਸਹੀ ਸੇਧ ਦੇਣੀ ਆ ਤਾਂ ਗੁਰੂ ਦੇ ਸਿੱਖ ਬਣੋ, ਅਤੇ ਗੁਰੂ ਦਾ ਜੋ ਕੰਸੈਪਟ ਹੈ, ਗੁਰੂ ਦਾ ਜੋ ਉਪਦੇਸ਼ ਹੈ, ਉਹਨੂੰ ਆਪਣੇ ਜਿਹੜਾ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰੋ, ਅਤੇ ਵੱਧ ਤੋਂ ਵੱਧ ਆਪਣਾ ਇਤਿਹਾਸ ਪੜ੍ਹੋ ਜਿੱਦਾਂ ਭਾਈ ਸਾਹਿਬ ਨੇ ਕਿਹਾ। ਦਲਵੀਰ ਸਿੰਘ ਜੀ, ਇਹਦੇ 'ਚ ਮੈਂ ਹੁਣ ਦੋ ਤਿੰਨ ਗੱਲਾਂ ਕਿਉਂ ਕਹਿਣ ਲੱਗਦਾ, ਸਮਾਂ ਤੁਹਾਡੇ ਕੋਲ ਲਿਮਿਟਡ ਹੈ, ਜਿਹੜੀਆਂ ਦੋ ਤਿੰਨ ਗੱਲਾਂ ਕਰਨ ਵਾਲੀਆਂ ਨੇ। ਅੱਜ ਸਾਡੀ ਪੀੜ੍ਹੀ ਛਬੀਲਾਂ ਦਾ ਆ ਰਹੀ ਆ, ਸੜਕਾਂ ਤੇ ਖੜੀ ਆ, ਬਸ ਉਹੀ ਮਛੀਲ ਵਾਲੇ ਅਗਲੀ ਗੱਲ ਆਉਣ ਲੱਗਾ ਸੀ। ਪਰ ਸਾਨੂੰ
ਇਹ ਨਹੀਂ ਪਤਾ ਸ਼ਬੀਲ ਕਿਉਂ ਲਾਈ ਜਾਂਦੀ ਹੈ। ਮੇਰੇ ਖਿਆਲ ਚ ਬੜੇ ਘੱਟ ਇਹੋ ਜਿਹਾ ਹੋਣਗੇ। ਇਹਨੇ ਤੇ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ। ਅਸਲ ਦੇ ਵਿੱਚ ਸ਼ਹੀਦੀ ਹੋਈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੀ, ਤੇ ਗੁਰਤਾ ਤੇ ਬਿਰਾਜਮਾਨ ਹੋਏ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ। ਬਿਲਕੁਲ, ਹੁਣ ਹਕੂਮਤ ਨੂੰ ਲੱਗਦਾ ਸੀ ਕਿ ਸਿੱਖ ਡਰ ਜਾਣਗੇ, ਪਰ ਇੱਥੇ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁਤ ਪਰਉਪਕਾਰੀ, ਜਿਹੜਾ ਇੱਕ ਕਵੀ ਦਾ ਸ਼ੇਅਰ ਹੈ, ਮੇਰੀ ਸੱਦ ਕੋ ਤਬਾਨਾ ਤੋਂ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ, ਮੇਰੇ ਖਿਆਲ ਕੇ ਪ੍ਰਵਾਸ ਕੋ ਰੋਕਨੇ ਵਾਲੋ ਗੁਰੂ ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਦੂਰ ਦੂਰ ਤੋਂ ਆਉਣਾ ਸ਼ੁਰੂ ਕਰ ਦਿੱਤਾ। ਉਦੋਂ ਸਿੱਖਾਂ ਕੋਲ ਗੱਡੀਆਂ ਹੁੰਦੀਆਂ ਨੀ ਸੀ, ਘੋੜੇ ਬਹੁਤੇ ਹੁੰਦੇ ਨੀ ਸੀ, ਪਰ ਸਿੱਖਾਂ ਨੇ ਕੋਈ ਕਲਕੱਤੇ ਤੋਂ ਆ ਰਿਹਾ, ਕੋਈ ਉੜੀਸਾ ਤੋਂ ਆ ਰਿਹਾ, ਕੋਈ ਕਾਬੁਲ ਤੋਂ ਆ ਰਿਹਾ, ਸਾਰੇ ਸਿੱਖ ਪੈਦਲ ਤੁਰ ਕੇ ਆਉਂਦੇ ਜੀ। ਜਦੋਂ ਕੋਈ ਕਲਕੱਤੇ ਤੋਂ ਜਾਂ ਬੰਗਲਾਦੇਸ਼ ਚੋਂ ਜਾਂ ਆਸਾਮ ਤੋਂ ਪੈਦਲ ਆਊਗਾ ਤੇ ਉਹਨੂੰ ਅੰਮ੍ਰਿਤਸਰ ਸਾਹਿਬ ਜਾਂ ਡਰੋਲੀ ਭਾਈ ਕੀ ਗੁਰੂ ਸਾਹਿਬ ਚਲੇ ਗਏ ਸੀ ਪਹੁੰਚਣ ਲਈ, ਸਿੱਖਾਂ ਦਾ ਪਹਿਲਾ ਮਿਲਟਰੀ ਸਕੂਲ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਟਰੋਲੀ ਭਾਈ ਕੀ ਬਣਾਇਆ ਸੀ, ਉਹ ਨਿਸ਼ਾਨੀਆਂ ਹੁਣ ਲੱਭੀਆਂ ਜਾ ਚੁੱਕੀਆਂ ਨੇ ਜੀ। ਹੁਣ ਸਿੱਖ ਪਹਿਲਾਂ ਆ ਰਹੇ ਨੇ, ਉਹਨਾਂ ਨੂੰ ਆਉਣ ਨੂੰ ਮਹੀਨਾ ਲੱਗ ਸਕਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੇਖਿਆ ਕਿ ਵੱਡੀ ਗਿਣਤੀ ਵਿੱਚ ਸੌਰੋ ਸ਼ਬਦ ਅਫਸੋਸ ਸ਼ਬਦ ਸਿੱਖਾਂ ਦੀ ਡਿਕਸ਼ਨਰੀ ਦਾ ਨਹੀਂ ਹੈ, ਇਸੇ ਤੇ ਹੁਕਮ ਤੇ ਭਾਣਾ ਕੋਈ ਸ਼ਬਦ ਨਹੀਂ ਜੀ। ਜਦੋਂ ਸਿੱਖ ਆਉਣ ਲੱਗਦਾ ਵੱਡੀ ਗਿਣਤੀ ਵਿੱਚ ਹਕੂਮਤ ਦੇ ਡਰ ਤੋਂ ਬਗੈਰ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਿੱਖ, ਜਿਹੜੇ ਸਿੱਖ ਪੈਦਲ ਚੱਲਦੇ ਨੇ, ਦਿਨ ਵਿੱਚ ਬੜੀ ਗਰਮੀ ਹੁੰਦੀ ਹੈ, ਰਾਤ ਨੂੰ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਲੰਗਰ ਦਾ ਪ੍ਰਬੰਧ ਕੀਤਾ ਜਾਵੇ, ਦਿਨ ਵੇਲੇ ਪੈਦਲ ਚੱਲਣ ਵਾਲੇ ਸਿੱਖਾਂ ਨੂੰ ਜਲ ਚੁਕਾਇਆ ਜਾਵੇ ਜੀ। ਉਹ ਕਿਉਂਕਿ ਉਸ ਵੇਲੇ ਚੀਨੀ ਖੰਡ ਨਹੀਂ ਹੁੰਦੀ ਸੀ, ਉਦੋਂ ਸ਼ੱਕਰ ਹੁੰਦੀ ਤੇ ਸ਼ੱਕਰ ਵਿੱਚ ਗਲੂਕੋਜ਼ ਬਹੁਤ ਹੁੰਦਾ, ਤੇ ਸ਼ੱਕਰ ਘੋਲ ਕੇ ਸਿੱਖਾਂ ਨੇ ਪਾਉਣੀ ਸ਼ੁਰੂ ਕਰਤੀ ਤਾਂ ਕਿ ਸਿੱਖਾਂ ਨੂੰ ਲੂ ਨਾ ਲੱਗੇ ਜੀ। ਪਹਿਲੀ ਵਾਰੀ ਸ਼ਬੀਲ ਏਦਾਂ ਆਰੰਭ ਹੋਈ, ਸਾਡੇ ਕੋਲ ਭਾਈ ਗੁਰਦਾਸ ਜੀ ਦੀ ਗਵਾਹੀ ਹੈ ਜੀ। ਭਾਈ ਗੁਰਦਾਸ ਜੀ ਲਿਖਦੇ ਨੇ, ਕੁਰਬਾਨੀ ਤੇ ਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਗੁਰ ਸੇਵਾ ਫਲ ਸਫਲ ਬੁਲੰਦੇ ਜੀ। ਮੈਂ ਉਹਨਾਂ ਸਿੱਖਾਂ ਦੇ ਵਾਰੀ ਵਾਰੀ ਜਾਣਾ ਜਿਹੜੇ ਆਪਣੇ ਗੁਰੂਆਂ ਦੇ ਜਨਮ ਦਿਨ ਤੇ ਵਰਸੀਆਂ ਜਿਹੜੀਆਂ ਸ਼ਰਧਾ ਭਾਵਨਾ ਨਾਲ ਮਨਾਉਂਦੇ ਨੇ। ਇਹਦਾ ਮਤਲਬ ਭਾਈ ਗੁਰਦਾਸ ਦੇ ਸਮੇਂ ਤੋਂ ਪਹਿਲਾਂ ਹੀ ਗੁਰੂ ਸਾਹਿਬਾਨ ਦੇ ਗੁਰਪੁਰਬ ਜਿਹੜੇ ਮਨਾਉਣੇ ਆਰੰਭ ਹੋ ਗਏ। ਦੂਜਾ ਗੁਰਪੁਰਬ ਵਾਲੀਆਂ ਸਿੱਖਾਂ ਨੇ ਫੇਰ ਆਉਣਾ ਸ਼ੁਰੂ ਕਰਤਾ, ਸ਼ਬੀਲਾਂ ਫੇਰ ਲੱਗ ਗਈਆਂ, ਹੌਲੀ ਹੌਲੀ ਇਹ ਪਰੰਪਰਾ ਦੇ ਵਿੱਚ ਤਬਦੀਲ ਹੋ ਗਿਆ। ਦੂਜਾ, ਸ਼ਬੀਲ ਇਹ ਸੁਨੇਹਾ ਦਿੰਦੀ ਹੈ, ਛੋਟਾ ਘੱਲੂਕਾਰਾ ਵੱਡਾ ਘੱਲੂਕਾਰਾ, 84 ਦਾ ਕਤਲੇਆ ਸਾਡੇ ਤੇ ਹੋਇਆ, ਸਾਨੂੰ ਪਤਾਇਆ ਗਿਆ, ਪਰ ਅੱਜ ਅਸੀਂ ਸ਼ਬੀਲ ਦੀ ਤਰ੍ਹਾਂ ਅਜੇ ਵੀ ਅੰਦਰੋਂ ਠੰਡੇ ਆ, ਇੰਨੇ ਕਤਲੇਆਮ ਦੇ ਬਾਅਦ ਵੀ ਅਸੀਂ ਸ਼ਬੀਲਾ ਲਾ ਰਹੇ ਹਾਂ। ਕੋਵਿਡ ਦੇ ਵਿੱਚ ਜਿਹੜੇ ਸਿੱਖਾਂ ਨੇ, ਜਿਹੜਾ ਇੱਕ ਪੁਜਾਰੀ ਤਬਕਾ, ਜਿਹੜੇ ਇੱਕ ਲਾਂਤੀ ਲੋਕ 800 ਦਾ ਸਿਲੰਡਰ 20-20 ਹਜ਼ਾਰ ਨੂੰ ਵੇਚਦੇ ਆ, ਸਿੱਖਾਂ ਨੇ ਉਹ ਪਰਚੇਜ ਕਰਕੇ ਕੀਮਤ ਤਾਰ ਕੇ ਉਹਦੇ ਲੰਗਰ ਲਾਏ ਨੇ। ਸ਼ਬੀਲ ਇਹ ਵੀ ਸੁਨੇਹਾ ਦਿੰਦੀ ਹੈ, ਸਿੱਖ ਆਪਣੇ ਸਿਧਾਂਤ ਤੇ ਖੜਾ, ਅੱਜ ਅੰਦਰੋਂ ਨਿਰਮਲ ਹੈ। ਇਹ ਸ਼ਬੀਲ ਜਿਹੜੀ ਆ ਪਰੰਪਰਾ ਇੱਦਾਂ ਬਣੀ ਸੀ, ਪਹਿਲੀ ਵਾਰੀ ਸਿੱਖ ਸੰਗਤਾਂ ਪੈਦਲ ਆਈਆਂ, ਫਿਰ ਗੁਰਪੁਰਬ ਆ ਗਏ, ਹੌਲੀ ਹੌਲੀ ਇਹ ਪਰੰਪਰਾ ਦੇ ਵਿੱਚ ਬਦਲ ਗਿਆ ਜੀ। ਇਹਦੇ ਨਾਲ ਹੀ ਭਾਈ ਦਲਕੀਰ ਸਿੰਘ ਜੀ, ਤੁਹਾਡਾ ਇੱਕ ਸਵਾਲ ਹੋ ਰਿਹਾ ਸੀ ਕਿ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੇ ਲਈ ਇਹ ਤਰੀਕਾ ਕਿਉਂ ਅਪਣਾਇਆ ਗਿਆ ਜੀ। ਇਹ ਇੱਕ ਕਾਨੂੰਨ ਹੈ, ਜਿਸ ਕਾਨੂੰਨ ਦਾ ਨਾਮ ਹੈ ਯਾਸਾ ਜੀ। ਯਾਸਾ ਕਾਨੂੰਨ ਜਿਹੜਾ ਆ, ਇਹ ਚੰਗੇਜ਼ ਖਾਨ ਨੇ ਬਣਾਇਆ ਸੀ। ਚੰਗੇਜ਼ ਖਾਨ ਦਾ ਰਾਜ ਬਹੁਤ ਵੱਡਾ ਸੀ, ਬਹੁਤ ਵੱਡਾ ਫਾਈਟਰ ਸੀ। ਇਹਦੇ ਕਬੀਲੇ ਦਾ ਨਾਮ ਹੈ ਸ਼ਮਨ। ਚੰਗੇਜ਼ ਖਾਨ ਇੱਕ ਪਾਸੇ ਜੁਰਾਲ ਪਰਬਤ ਯੂਰਪ ਤੱਕ ਰਾਜ ਕਰਦਾ ਸੀ, ਇੱਕ ਪਾਸੇ ਚੀਨ ਸਾਗਰ ਤੱਕ ਸੀ, ਰਸ਼ੀਆ ਵੱਲ ਦੇ ਪਾਸੇ ਉਹ ਦਰਿਆ ਰਿਕਾ ਤੱਕ ਸੀ, ਤੇ ਸਾਡੇ ਵੱਲ ਦੇ ਪਾਸੇ ਉਹਦਾ ਰਾਜ ਸਿੰਧ ਤੱਕ ਸੀ। ਇੰਨਾ ਵੱਡਾ ਇਲਾਕਾ ਉਹਨੇ ਕਬਜ਼ਿਤ ਕੀਤਾ ਹੋਇਆ ਜੀ। ਸ਼ਮਨ ਇਹਦਾ ਕਬੀਲਾ ਸੀ। ਸ਼ਮਨ ਕਬੀਲੇ ਦੀ ਇਹ ਮਾਨਤਾ ਸੀ ਜੀ ਕਿ ਜੇ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਜ਼ਮੀਨ ਤੇ ਡੁੱਲ ਜਾਵੇ ਜੀ, ਜਿਹੜੀਆਂ ਉਹਦੇ ਵਿੱਚੋਂ ਆਤਮਾਵਾਂ ਪੈਦਾ ਹੁੰਦੀਆਂ ਨੇ, ਉਹ ਆਤਮਾਵਾਂ ਸ਼ਮਨ ਕਬੀਲੇ ਤੇ ਭਾਰੂ ਪੈ ਸਕਦੀਆਂ ਜੀ। ਉਹਨੇ 1206 ਦੇ ਵਿੱਚ ਕਿਤਾਬ ਲਿਖਾਉਣੀ ਸ਼ੁਰੂ ਕੀਤੀ, ਉਸ ਕਿਤਾਬ ਦਾ ਨਾਮ ਹੈ ਬਲੀਕ ਦੰਡਾਵਲੀ ਜੀ। 1218 ਦੇ ਵਿੱਚ ਉਹ ਲਾਗੂ ਕਰਦਾ ਹੈ। ਉਹਨੇ ਆਪਣੇ ਕੁਛ ਧਾਰਮਿਕ ਵਿਅਕਤੀਆਂ ਨੂੰ, ਇੱਕ ਨੂੰ ਚਮੜੇ ਚ ਲਪੇਟ ਕੇ, ਇੱਕ ਨੂੰ ਪਾਣੀ ਚ ਡੋਬ ਕੇ, ਇੱਕ ਨੂੰ ਅੱਗ ਚ ਪਾਣੀ ਚ ਉਬਾਲ ਕੇ ਜਿਹੜਾ ਸਜ਼ਾ ਵੀ ਦਿੱਤੀ ਸੀ। ਹੁਣ ਇਹ ਕਾਨੂੰਨ 1206 ਵਿੱਚ ਬਣਦਾ, ਚੰਗੇਜ਼ ਖਾਨ ਨੇ ਇਸਲਾਮ ਕਬੂਲ ਕਰ ਲਿਆ। ਇਸਲਾਮ ਕਬੂਲ ਕਰਨ ਤੋਂ ਬਾਅਦ ਉਹ ਜਿਹੜੇ ਸਮਾਜਿਕ ਉਹਦੇ ਰੀਤੀ ਰਿਵਾਜ਼ ਸੀ, ਜਿਹੜੇ ਸ਼ਮਨ ਕਬੀਲੇ ਦੇ ਕਾਨੂੰਨ ਸੀ, ਇੱਕ ਪਾਸੇ ਮੌਲਵੀ ਬੈਠ ਗਿਆ,
ਦੂਜੇ ਪਾਸੇ ਪਰੰਪਰਾਗਤ ਕਾਨੂੰਨ ਜਿਹੜੇ ਬਲੀਕ ਦੰਡਾਵਲੀ ਚ ਲਿਖੇ ਹੋਏ ਸੀ ਉਹ ਸ਼ਮਨ ਕਬੀਲੇ ਦੇ ਚੱਲਦੇ ਰਹੇ। ਹੁਣ ਇਹ ਕਾਨੂੰਨ ਤੇ 1218 ਚ ਲਾਗੂ ਹੁੰਦਾ, 1806 ਚ ਬਣਦਾ, ਇੰਡੀਆ ਚ ਕਿਵੇਂ ਪਹੁੰਚਿਆ, ਬਾਬਰ ਜਹਾਂਗੀਰ ਕੋਲ ਕਿਵੇਂ ਪਹੁੰਚਿਆ? ਅਸਲ ਚ ਚੰਗੇਜ਼ ਖਾਨ ਜਿਹੜਾ ਇਹਦਾ ਬੇਟਾ ਉਰਦੇ ਖਾਨ, ਇਹਦਾ ਉਹਦਾ ਬੇਟਾ ਉਪੋਦੇ ਖਾਨ, ਇਸੇ ਖਾਨਦਾਨ ਦੇ ਵਿੱਚ ਬਾਬਰ ਪੈਦਾ ਹੁੰਦਾ। ਮੰਗੋਲ ਸ਼ਬਦ ਤੋਂ ਹੀ ਮੁਗਲ ਸ਼ਬਦ ਬਣਿਆ। ਜਦੋਂ ਬਾਬਰ ਭਾਰਤ ਚ ਆਇਆ ਇਹ ਕਾਨੂੰਨ ਆ ਗਿਆ। ਹੁਣ ਇੱਥੇ ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚੰਦੂ 5 ਦਿਨ ਤਸੀਹੇ ਦਿੰਦਾ ਰਿਹਾ, 5 ਦਿਨ ਇੰਨੀ ਅਤੀ ਗਰਮੀ ਵਿੱਚ ਗੁਰੂ ਸਾਹਿਬ ਦੇ ਨੇ ਅੰਦਰ ਨਾ ਤੇ ਇੱਕ ਘੁੱਟ ਪਾਣੀ ਦਾ ਲਿਆ, ਨਾ ਕੁਛ ਛਕਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਦੇਗ ਵਿੱਚ ਵਾਰਿਆ ਗਿਆ, ਸਿਰ ਚ ਰੇਤ ਪਾਏਗੀ, ਚੰਦੂ ਦੀ ਨੌ ਜਲ ਪਾਣੀ ਜੇ ਲੈ ਕੇ ਵੀ ਆਈ ਆ ਉਹ ਅਸਲ ਚ ਕਹਾਣੀਆਂ ਜੋੜੀਆਂ ਹੋਈਆਂ ਨੇ, ਉਹ ਫਾਲਤੂ ਦੀਆਂ ਕਹਾਣੀਆਂ ਜੋੜੀਆਂ ਹੋਈਆਂ ਨੇ। ਗੁਰੂ ਸਾਹਿਬ ਨੇ ਇਹਨਾਂ 5 ਦਿਨਾਂ ਵਿੱਚ ਜਦੋਂ ਦੇਖਿਆ ਗੁਰੂ ਸਾਹਿਬ ਕਿਸੇ ਵੀ ਤਰ੍ਹਾਂ ਚੰਦੂ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ, ਤੇ ਗੁਰੂ ਸਾਹਿਬ ਨੂੰ ਰਾਵੀ ਦਰਿਆ ਵਿੱਚ ਜਿੱਥੇ ਗੁਰਦੁਆਰਾ ਦੇਹਰਾ ਸਾਹਿਬ ਬਣਿਆ ਹੋਇਆ ਰੋੜ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਾਇਦ ਸਿੱਖਾਂ ਨੂੰ ਇਹ ਨਹੀਂ ਪਤਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੀਰ ਨਹੀਂ ਮਿਲਿਆ ਸੀ, ਕਿਉਂਕਿ ਉਹਨਾਂ ਨੂੰ ਰਾਵੀ ਵਿੱਚ ਰੋੜ ਕੇ ਸ਼ਹੀਦ ਕੀਤਾ ਗਿਆ ਸੀ, 5 ਦਿਨ ਤਸੀਹੇ ਲਿੱਤੇ ਗਏ ਸੀ। ਇੱਕ ਵਿਅਕਤੀ ਜਿੱਥੇ ਸਾਡੇ ਲਈ ਦੁੱਖ ਦੀ ਗੱਲ ਆ, ਉੱਥੇ ਭਾਈ ਦਲਵੀਰ ਸਿੰਘ ਜੀ ਸਾਡੇ ਲਈ ਫਖਰ ਦੀ ਗੱਲ ਵੀ ਆ। ਮੈਂ ਉਹ ਦੱਸਣਾ ਚਾਹੁੰਦਾ ਕਿਉਂਕਿ ਸ਼ਮਨ ਕਬੀਲੇ ਦੇ ਕਾਨੂੰਨ ਦੇ ਮੁਤਾਬਕ ਧਾਰਮਿਕ ਸ਼ਖਸੀਅਤਾਂ ਨੂੰ ਹੀ ਜਾਤਸਾ ਕਾਨੂੰਨ ਦੇ ਤਹਿਤ ਸ਼ਹੀਦ ਕੀਤਾ ਜਾ ਸਕਦਾ। ਇਹਦਾ ਮਤਲਬ ਹੈ ਉਸ ਵੇਲੇ ਜ਼ਾਲਮ ਹਕੂਮਤ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਧਾਰਮਿਕ ਸ਼ਖਸੀਅਤ ਮੰਨ ਲਿਆ। ਇਹ ਪਹਿਲੀ ਗੈਰ ਮੁਸਲਮਾਨ ਸ਼ਹੀਦ ਸ਼ਖਸੀਅਤ ਹੈ ਮੇਰੇ ਸਤਿਗੁਰੂ ਗੁਰੂ ਗ੍ਰੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ, ਜਿਹਨਾਂ ਨੂੰ ਮੌਕੇ ਦੀ ਹਕੂਮਤ ਨੇ ਇਹ ਮੰਨ ਲਿਆ ਕਿ ਇਹ ਧਾਰਮਿਕ ਸ਼ਖਸੀਅਤ ਨੇ, ਤਾਂ ਹੀ ਉਹਨਾਂ ਨੂੰ ਸ਼ਹੀਦ ਜਿਹੜਾ ਆ ਯਾਤਰਾ ਕਾਨੂੰਨ ਦੇ ਤਹਿਤ ਕੀਤਾ ਗਿਆ। ਯਾਤਰਾ ਕਾਨੂੰਨ ਦਾ ਮੇਨ ਮੁੱਦਾ ਇਹ ਹੈ ਕਿ ਸ਼ਹੀਦ ਵੀ ਕਰਨਾ ਤੇ ਖੂਨ ਵੀ ਜ਼ਮੀਨ ਤੇ ਨਹੀਂ ਡੁੱਲਣ ਦੇਣਾ, ਕਿਉਂਕਿ ਸ਼ਮਨ ਕਬੀਲੇ ਦੀ ਮਾਨਤਾ ਆ ਜੇ ਧਾਰਮਿਕ ਸ਼ਖਸੀਅਤ ਦਾ ਖੂਨ ਜ਼ਮੀਨ ਤੇ ਡੁੱਲ ਜਾਵੇ ਉਸ ਤੋਂ ਜਿਹੜੀਆਂ ਆਤਮਾਵਾਂ ਪੈਦਾ ਹੁੰਦੀਆਂ ਨੇ ਉਹ ਸ਼ਮਨ ਕਬੀਲੇ ਤੇ ਭਾਰੂ ਪੈ ਸਕਦੀਆਂ, ਸ਼ਮਨ ਕਬੀਲੇ ਦਾ ਨੁਕਸਾਨ ਕਰ ਸਕਦੀਆਂ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਆ ਉਹ ਇਹ ਤਰੀਕਾ ਅਪਣਾਇਆ ਗਿਆ, 5 ਦਿਨ ਘੋਰ ਪਛਤਰ ਕੀਤਾ ਗਿਆ। ਪਰ ਮੇਰੇ ਸਭ ਤੋਂ ਜਦੋਂ ਸਾਈਂ ਮੀਆਂ ਮੀਰ ਵੀ ਆਉਂਦਾ ਹੈ, ਸਾਈਂ ਮੀਆਂ ਮੀਰ ਗਰਮ ਹੁੰਦਾ ਪਰ ਉਹ ਸਰਕੋਂ ਫਰਮਾਉਂਦੇ ਨੇ ਸਾਈਂ ਮੀਆਂ ਮੀਰ ਇਹ ਰੱਬ ਦੇ ਹੁਕਮ ਵਿੱਚ ਹੋ ਰਿਹਾ ਤੇ ਇਹ ਉਸ ਰੱਬੀ ਹੁਕਮ ਦਾ ਅਸੀਂ ਪਾਲਣਾ ਕਰਦੇ ਹਾਂ, ਤੁਹਾਨੂੰ ਤਪਣ ਦੀ ਲੋੜ ਨਹੀਂ ਹੈ। ਮੇਰਾ ਸਤਿਗੁਰੂ ਵੀ ਠੰਡਾ ਹੈ, ਸਤਿਗੁਰੂ ਦੇ ਬੋਲ ਵੀ ਠੰਡੇ, ਸਾਈਂ ਮੀਆਂ ਮੀਰ ਵੀ ਗਰਮ ਹੈ, ਹਕੂਮਤ ਵੀ ਗਰਮ ਹੈ, ਚੰਦੂ ਵੀ ਗਰਮ ਹੈ। ਪਰ ਅੱਜ ਸਿੱਖ ਜਿਹੜਾ ਸਤਿਗੁਰਾਂ ਸਾਹਿਬ ਦੀ ਸ਼ਹੀਦੀ ਜਿਹੜੀ ਆ ਲੰਗਰ ਲਾਈ ਜਾਂਦਾ, ਸ਼ਬੀਲਾਂ ਲਾਈ ਜਾਂਦਾ, ਸ਼ਹੀਦੀ ਦੇ ਕਾਰਨ ਨਹੀਂ ਪਤਾ, ਜਾਤਸਾ ਕਾਨੂੰਨ ਦਾ ਨਹੀਂ ਪਤਾ, ਅਸੀਂ ਕਿਉਂ ਨਹੀਂ ਆਪਣਾ ਇਤਿਹਾਸ ਪੜ੍ਹਦੇ? ਜਿਹੜੀਆਂ ਕੌਮਾਂ ਇਤਿਹਾਸ ਨਾਲੋਂ ਟੁੱਟ ਜਾਂਦੀਆਂ ਨੇ ਉਹਨਾਂ ਕੌਮਾਂ ਦਾ ਭਵਿੱਖ ਖਤਮ ਹੋ ਜਾਂਦਾ ਔਰ ਸਿੱਖ ਕੌਮ ਇੱਧਰ ਨੂੰ ਤੁਰੀ ਹੋਈ ਆ। ਮੈਨੂੰ ਫਖਰ ਇਸ ਗੱਲ ਦਾ ਆ ਕਿ ਜਿਵੇਂ ਆਪਾਂ ਕਮਾਦੀ ਦੇ ਖੇਤ ਨੂੰ ਅੱਗ ਨਹੀਂ ਲਾਉਂਦੇ, ਉਹਦੇ ਵਿੱਚ ਸਵਾਹ ਦੇ ਵਿੱਚ ਚਿੰਗਾਰੀਆਂ ਕਾਫੀ ਦਿਨ ਰਹਿ ਜਾਂਦੀਆਂ ਨੇ, ਅੱਜ ਸਿੱਖਾਂ ਵਿੱਚ ਉਹ ਚਿੰਗਾਰੀ ਹੈਗੀ ਆ, ਉਹ ਚਿੰਗਾਰੀ ਭਾਂਬੜ ਬਣਾਉਣ ਦੇ ਲਈ ਸਿੱਖ ਇਤਿਹਾਸ ਨੂੰ ਪੜ੍ਹਾਉਣਾ ਪਏਗਾ, ਗੁਰਬਾਣੀ ਨੂੰ ਪੜ੍ਹਾਉਣਾ ਪਏਗਾ, ਬੱਚਿਆਂ ਨੂੰ ਗੁਰਦੁਆਰੇ ਲੈ ਕੇ ਆਉਣਾ ਪਏਗਾ। ਮਾਫ਼ ਕਰਨਾ, ਇੱਥੇ ਅਸੀਂ ਬੱਚਿਆਂ ਨੂੰ ਗ੍ਰੋਸਰੀ ਦਿੰਦੇ ਹਾਂ, ਬੱਚਿਆਂ ਨੂੰ ਕੰਮ ਤੇ ਲਾਉਂਦੇ ਹਾਂ, ਕੈਨੇਡਾ ਦੇ ਅੰਦਰ, ਬ੍ਰੈਂਪਟਨ ਦੇ ਅੰਦਰ ਤੇ ਓਨਟਾਰੀਓ ਦੇ ਅੰਦਰ। ਜਦੋਂ ਉਹਨਾਂ ਬੱਚੇ ਬੱਚਿਆਂ ਨਾਲ ਗੱਲ ਹੁੰਦੀ ਤੁਹਾਨੂੰ ਦਸਾਂ ਗੁਰੂਆਂ ਦੇ ਨਾਮ ਯਾਦ ਹੈ, ਅੰਕਲ ਜੀ ਥੋੜੇ ਥੋੜੇ ਭੁੱਲਦੇ ਆ, 5 ਪਿਆਰਿਆਂ ਦੇ ਨਾਮ ਹੈ ਯਾਦ ਹੈ ਨਹੀਂ ਯਾਦ, 7 ਪਿਆਰਿਆਂ ਦੇ ਨਾਮ ਯਾਦ ਹੈ ਨਹੀਂ ਯਾਦ। ਜਦੋਂ ਜਿਹਨਾਂ ਬੱਚੀਆਂ ਨੇ ਸਿੱਖ ਯੋਧੇ ਪੈਦਾ ਕਰਨੇ ਨੇ ਉਹਦੇ ਟਿਕਟੋਕ ਤੇ ਨਜ਼ਾਰ ਬਣੀਆਂ ਹੋਈਆਂ ਨੇ, ਜਿਹਨਾਂ ਬੱਚਿਆਂ ਨੇ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਅੰਦਰ ਢਾਲ ਕੇ ਸਿੱਖ ਕੌਮ ਦਾ ਭਵਿੱਖ ਸਿਰਜਣਾ ਹੈ, ਉਹ ਤੇ ਸਿਰਫ ਔਰ ਸਿਰਫ ਨਜ਼ਾਰਾਂ ਦੀ ਕੌਮ ਬਣਦੀ ਜਾ ਰਹੀ ਆ ਜੇ ਅਸੀਂ ਨਾ ਸੰਭਲੇ। ਆਉਣ ਵਾਲੇ ਸਮੇਂ ਜਿਵੇਂ ਸਰਦਾਰ ਕਪੂਰ ਸਿੰਘ ਨੇ ਲਿਖਿਆ, ਸਿੱਖ ਜਿਹੜੇ ਨੇ ਉਹ ਜਾਤ ਤੇ ਚੌਕੀਦਾਰਾਂ ਕਰਦੇ ਮਿਲਣਗੇ ਜਾਂ ਫਿਰ ਅਜਾਇਬ ਰਾਜ ਮਿਲਣਗੇ, ਉਹ ਦਿਨ ਦੂਰ ਨਹੀਂ ਹੈ। ਇਸ ਕਰਕੇ ਅੱਜ ਦੁਨੀਆਂ ਦਾ ਸਭ ਤੋਂ ਦਾਸ ਤੁਹਾਡੇ ਨਾਲ ਅਚਲ ਜੁੜਿਆ ਹੋਇਆ, ਦੁਨੀਆਂ ਦੇ ਸਾਰੇ ਧਰਮ ਪੜ੍ਹਨ ਤੋਂ ਬਾਅਦ ਦਾਸ ਸਿੱਖ ਹੋਇਆ, ਔਰ ਇੰਨਾ ਉੱਚਾ ਤੇ ਸੁੱਚਾ ਸਿਧਾਂਤ ਦਾਸ ਨੇ, ਮੈਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਦਾ ਪਰ ਇੰਨਾ ਮਨੁੱਖਤਾਵਾਦੀ ਸਿਧਾਂਤ ਮੈਂ ਕਿਤੇ ਨਹੀਂ ਦੇਖਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਘਟਨਾ ਆ, ਜਿਹੜਾ ਖਾਲਸਾ ਗੁਰੂ ਨਾਨਕ ਤੋਂ ਲੈ ਕੇ ਜਦੋਂ ਸਿੱਖ ਸੰਪੂਰਨ ਹੋ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਖਾਲਸਾ ਪ੍ਰਗਟ ਕਰ ਦਿੱਤਾ, ਉਹਦੇ ਸਿਧਾਂਤ ਹੀ ਅਲੱਗ ਨੇ, ਇਹ ਨਿਆਰਾ ਖਾਲਸਾ ਆ।
ਸਾਨੂੰ ਸਾਰਿਆਂ ਨੂੰ ਇੱਧਰ ਨੂੰ ਆਉਣਾ ਚਾਹੀਦਾ, ਆਪਣੇ ਬੱਚੇ ਬੱਚਿਆਂ ਨੂੰ ਸੰਭਾਲਣਾ ਚਾਹੀਦਾ, ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਰਦਾਰ ਕਪੂਰ ਸਿੰਘ ਲਿਖ ਕੇ ਗਏ ਨੇ ਕਿ ਜਾਂ ਤੇ ਅਸੀਂ ਚੌਕੀਦਾਰਾਂ ਦਾ ਤੇ ਮਿਲਾਂਗੇ ਜਾਂ ਅਸੀਂ ਅਜਾਇਬ ਘਰ ਨੂੰ ਮਿਲਾਂਗੇ, ਹੋਰ ਅਸੀਂ ਕਿਤੇ ਨਹੀਂ ਮਿਲਦੇ ਜੀ। ਇਹ ਬੜੀ ਜਿਹੜੀ ਚਿੰਤਾ ਦਾ ਵਿਸ਼ਾ ਹੈ, ਇਹਦੇ ਤੇ ਆਪਾਂ ਫਿਰ ਇੱਕ ਦਿਨ ਗੱਲ ਕਰਾਂਗੇ ਜੀ। ਬਿਲਕੁਲ ਭਾਈ ਸਾਹਿਬ ਜੀ, ਅਸਲ ਜੋ ਆਪਾਂ ਸਮਾਂ 11 ਵਜੇ ਪ੍ਰੋਗਰਾਮ ਸਮਾਪਤ ਕਰਿਆ, ਸਪੈਸ਼ਲ ਪ੍ਰੋਗਰਾਮ ਆਪਾਂ ਰੱਖਿਆ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਗੁਰਪੁਰਬ ਦੇ ਕਰਕੇ, ਤਾਂ ਕਿ ਸੰਗਤਾਂ ਨੂੰ ਅਸਲੀਅਤ ਬਾਰੇ ਪਤਾ ਲੱਗ ਸਕੇ, ਕਿਉਂਕਿ ਜਿਹੜਾ ਅੱਜ ਕੱਲ੍ਹ ਇਤਿਹਾਸ ਨੂੰ ਸਾਡੇ ਨੂੰ ਧਰਮ ਦੇ ਵਿੱਚ ਬਹੁਤ ਰਲਗੜ ਕੀਤਾ ਜਾ ਰਿਹਾ। ਇਹ ਜਿਹੜੀ ਤੁਸੀਂ ਗੱਲ ਕੀਤੀ ਸੀ ਭਈ ਚੰਦੂ ਦੀ ਨੂੰਹ ਨੇ ਪਾਣੀ ਪਿਲਾਇਆ ਤਾਂ ਉੱਥੋਂ ਛਬੀਲ ਚੱਲੀ ਆ, ਇਹ ਅਸੀਂ ਅਨਭੋਲ ਪੁਲੇ 'ਚ ਸਾਡੇ ਸਿੱਖਾਂ ਨੇ ਅਣਜਾਣਪੁਣੇ 'ਚ ਇੰਨਾ ਇਹਨੂੰ ਸੋਸ਼ਲ ਮੀਡੀਆ 'ਤੇ ਗੂਗਲ 'ਤੇ ਸ਼ੇਅਰ ਕਰ ਦਿੱਤਾ ਅਤੇ ਹੁਣ ਇਹ ਇਤਿਹਾਸ ਬਣ ਗਿਆ, ਮਿਲੀਅਨ ਮਿਲੀਅਨ ਸ਼ੇਅਰ ਹੋ ਗਿਆ। ਤੁਸੀਂ ਹੁਣ ਵਿਕੀਪੀਡੀਆ 'ਤੇ ਤੁਸੀਂ ਸਰਚ ਕਰੋ ਗੂਗਲ 'ਤੇ, ਅਤੇ ਇਹ ਸੋਚੀ ਸਮਝੀ ਛਾਜ 'ਚ ਹੈ। ਬਿਲਕੁਲ ਜੀ, ਮੈਂ ਉਹੀ ਦੱਸਣਾ ਜੀ, ਅਸੀਂ ਸਾਨੂੰ ਪਤਾ ਹੀ ਨਹੀਂ, ਅਸੀਂ ਤੇ ਉਹਦਾ ਨਾਂ ਰਤਨ ਚੰਦ ਦਾ ਸ਼ਾਇਦ ਜੇ ਮੈਂ ਨਾਂ ਨਾ ਭੁੱਲਦਾ ਹੋਵਾਂ ਜੀ, ਪਰ ਮਤਲਬ ਉਦੋਂ ਬੀਬੀਆਂ ਨੂੰ ਕਿੱਥੇ ਹੀ ਨਹੀਂ ਇਜਾਜ਼ਤ ਸੀ। ਬਿਲਕੁਲ ਜੀ, ਸਿੰਧੂ ਦੀ ਨੌਂਹ ਜਿਹੜੀ ਗੁਰੂ ਨੂੰ ਅੱਗ ਜਲ ਛਕਾ ਦੇ, ਜੋੜੀ ਹੋਈ ਸਾਖੀ ਹੈ, ਜਦੋਂ ਮੈਂ ਪ੍ਰਮਾਣਿਤ ਸਿੱਖ ਇਤਿਹਾਸ ਪੜ੍ਹਦਾ ਉਦੋਂ ਇਹ ਕਿਤੇ ਨਹੀਂ ਮਿਲਦਾ, ਇਹਨੂੰ ਜੋੜਿਆ ਗਿਆ। ਕਿਉਂਕਿ ਜੇ ਤੁਸੀਂ ਹੁਣੇ ਗੱਲ ਕੀਤੀ ਹੈ ਆਰ ਐਸ ਐਸ ਦਾ ਨਾਂ ਲੈ, ਤੋ ਮੈਂ ਨੀ ਚੀਜ਼ ਕਰਾਂ ਜੀ, ਆਪਣੇ ਵੀ ਖਫਾ ਮੁਸੇ ਹੈ, ਬੇਗਾਨੇ ਵੀ ਨਾ ਕੁਛ, ਮੈਂ ਜਹਨੇ ਹਰਿਆਵਲ ਕੋ ਜਮੀ ਤੇ ਨਸ਼ਰ ਨਾ ਕਰ ਸਕਾ, ਜੇ ਮੈਂ ਸੱਚ ਹੀ ਨਹੀਂ ਬੋਲ ਸਕਦਾ ਫਿਰ ਮੈਨੂੰ ਪ੍ਰਚਾਰਕ ਹੋਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੇ ਸਾਡੇ ਇਤਿਹਾਸ ਨੂੰ, ਮੈਂ ਇੱਕ ਗੱਲ ਤੁਹਾਨੂੰ ਯਾਦ ਕਰਵਾ ਦਵਾਂ ਕਿ ਸਿੱਖਾਂ ਦਾ ਖੂਨ ਜਿਹੜਾ ਉਹ ਉਬਾਲਾ ਨਾ ਮਾਰ ਜਾਵੇ, ਇਸ ਕਰਕੇ ਝੂਠੀਆਂ ਸਾਖੀਆਂ ਸਾਨੂੰ ਪਰੋਸੀਆਂ ਜਾ ਰਹੀਆਂ ਨੇ, ਤੇ ਜਿਹੜੇ ਸਾਡੇ ਅੰਦਰੋਂ ਡਿੱਗੇ ਹੋਏ ਲੀਡਰ ਨੇ ਜਿਹਨਾਂ ਨੇ ਕੌਮ ਦਾ ਘਾਣ ਕਰ ਦਿੱਤਾ, ਉਹਨਾਂ ਕੋਲ ਬਚਣ ਦੀ ਲੋੜ ਹੈ। ਇਸ ਕਰਕੇ ਸਿੱਖ ਇਤਿਹਾਸ ਉੱਚਾ ਤੇ ਸੁੱਚਾ ਇਤਿਹਾਸ ਹੈ। ਅਜੇ ਬਹੁਤ ਸਾਰਾ ਨਾਗਪੁਰ ਇਤਿਹਾਸ ਵਿੱਚ ਰਲਗੜ ਕਰਕੇ ਇੱਥੋਂ ਤੱਕ ਇਹ ਪ੍ਰਾਪਤ ਸਰੂਪ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇ, ਉਹਨਾਂ ਦੇ ਸੰਸਕਾਰ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ। ਸਿੱਖ ਇੱਥੇ ਕੈਨੇਡਾ ਚੋਂ ਪੈਸੇ ਭੇਜ ਰਹੇ ਨੇ ਜੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੰਸਕਾਰ ਕਰਨ ਦਾ $1,000 ਹੈ ਸਾਡੇ ਕੋਲੋਂ ਲੈ ਲਾ। ਅਸੀਂ ਆਪਣੀਆਂ ਜੜ੍ਹਾਂ ਆਪ ਕੱਟ ਰਹੇ ਹਾਂ। ਜਿੱਦਣ ਪ੍ਰਾਪਤ ਸਰੂਪ ਸਾਡੇ ਕੋਲ ਨਾ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਦੇ, ਫਿਰ ਉਹਨਾਂ ਨੂੰ ਮਿਲਾਵਟ ਕਰਨੀ ਸੌਖੀ ਹੋ ਜਾਣੀ ਹੈ। ਸਾਨੂੰ ਇਹ ਸਾਰੇ ਪਹਿਲੂਆਂ ਤੇ ਵਿਚਾਰ ਕਰਨਾ ਚਾਹੀਦਾ, ਅਵੇਅਰਨੈਸ ਪੈਦਾ ਕਰਨੀ ਚਾਹੀਦੀ ਹੈ, ਜਿਹੜੀ ਮਾੜੀ ਲੀਡਰਸ਼ਿਪ ਹੈ ਉਹਨੂੰ ਲਾਂਭੇ ਕਰ ਦੇਣਾ ਚਾਹੀਦਾ, ਤੇ ਇੱਕ ਸੱਚੀ ਤੇ ਸੱਚੀ ਯੋਗ ਅਗਵਾਈ ਕਰਨ ਵਾਲੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਹਦੇ ਸਿਧਾਂਤ ਨੂੰ ਸਮਝਦੇ ਹੋਣ, ਸਿੱਖ ਇਤਿਹਾਸ ਤੋਂ ਜਾਣੂ ਹੋਣ, ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ। ਚੰਦੂ ਦੀ ਨੌਂਹ ਦਾ ਕਿਤੇ ਕੋਈ ਰੋਲ ਨਹੀਂ ਹੈ, ਚੰਦੂ ਤੇ ਛੋਟਾ ਮੋਟਾ ਮੁਲਾਜ਼ਮ ਸੀ, ਟੱਕਰ ਗੁਰੂ ਸਾਹਿਬ ਦੀ ਹਕੂਮਤ ਨਾਲ ਸੀ, ਗੁਰੂ ਸਾਹਿਬ ਦੇ ਖੂਨ ਦੇ ਵਿੱਚ ਵੜਜੋ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੈਦਾ ਹੋਏ ਨੇ। ਉਹਨਾਂ ਨੇ ਚਾਰ ਜੰਗਾਂ ਲੜੀਆਂ, ਚਾਰੇ ਜੰਗਾਂ ਜਿੱਤੀਆਂ ਨੇ, ਤੇ ਸਾਡੇ ਕੋਲ ਬਹੁਤ ਸਾਰਾ ਇਤਿਹਾਸ ਅਜੇ ਹੋਰ ਬਾਕੀ ਪਿਆ ਜੀ। ਬਿਲਕੁਲ ਜੀ, ਆਪਣੀ ਅੱਜ ਦੀ ਸਮੇਂ ਦੀ ਇੱਥੇ ਸਮਾਪਤੀ ਆ। ਅਸੀਂ ਸਮਾਂ 20 ਮਿੰਟ ਉੱਤੇ ਲਿਆ ਜੀ, ਕਿਉਂਕਿ ਸਪੈਸ਼ਲੀ ਪ੍ਰੋਗਰਾਮ ਰੱਖਿਆ ਸੀਗਾ, ਪਰ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਮੀਡੀਅਮ ਦੇ ਮਾਧਿਅਮ ਰਾਹੀਂ ਪੂਰੀ ਸਮੁੱਚੀ ਨਾਨਕ ਨਾਲ ਵਾ ਸੰਗਤਾਂ ਨੂੰ ਅਤੇ ਸਿੱਖ ਕੌਮ ਨੂੰ, ਵੀ ਜਿੱਦਾਂ ਭਾਈ ਸਾਹਿਬ ਨੇ ਕਿਹਾ ਵੀ ਜਿਹੜੇ ਬਿਰਧ ਸਰੂਪ ਆ ਇਹ ਹੋਗਾ ਜੀ, ਇਹਨਾਂ ਦਾ ਗੋਬਿੰਦਗੜ੍ਹ ਸਾਹਿਬ ਲੈ ਚਲੋ ਸੰਸਕਾਰ ਕਰਨਾ, ਉਹ ਭਾਈ ਲੋਕ ਤਾਂ ਦੂਜੀਆਂ ਕੌਮਾਂ ਪੁਰਾਣਾ ਇਤਿਹਾਸ ਸਾਂਭ ਸਾਂਭ ਰੱਖਦੀਆਂ, ਉਹਨੂੰ ਚੁੰਮ ਚੁੰਮ ਰੱਖਦੀਆਂ। ਤੁਸੀਂ ਜੇ ਕਰੋ ਤੁਹਾਡੇ ਕੋਲ ਕੋਈ ਪੁਰਾਣੇ ਇਤਿਹਾਸ ਦੀ ਬੁੱਕ ਹੈ ਜਾਂ ਤੁਹਾਡੇ ਕੋਲ ਧੰਨ ਧੰਨ ਸ੍ਰੀ ਵਾਸਤਵ ਜੀ ਦਾ ਸਰੂਪ ਹੈ, ਉਹਦੀ ਸੇਵਾ ਸੰਭਾਲ ਕਰੋ, ਪਰ ਉਹਦਾ ਸੰਸਕਾਰ ਨਾ ਕਰੋ, ਕਿਉਂਕਿ ਇਹ ਜਿਵੇਂ ਕਿਹਾ ਨਾਗਪੁਰ ਬੈਠੇ ਨਾਗਪੁਰੀ ਨਾਗ ਸਾਡੇ ਇਤਿਹਾਸ ਵਿੱਚ ਮਿਲਾਵਟ ਕਰ ਰਹੇ ਨੇ, ਉਹ ਮਿਲਾਵਟ ਨਾ ਕਰ ਪਾਉਣ। ਉਸ ਤੋਂ ਪਹਿਲਾਂ ਇਹ ਪੀਡੀਐਫ ਕਰ ਲਈ ਗਈ ਸੀ, ਯਾਨੀ ਸੂਰਤ ਸਿੰਘ ਕੜਿਆਣਾ ਦਾ ਇਹਦੇ ਅੰਦਰ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜੀ ਆਦਤ ਪੜ੍ਹਨ ਦੀ ਪਾਉਣੀ ਚਾਹੀਦੀ ਹੈ, ਤੇ ਜੇ ਤੁਸੀਂ ਜਿਹੜਾ ਫੋਨ ਨੰਬਰ ਸ਼ੇਅਰ ਕਰ ਦਿਓਗੇ ਤਾਂ ਫਿਰ ਸੰਗਤਾਂ ਤੱਕ ਪਹੁੰਚ ਜਾਏਗਾ, ਤੇ ਕੋਈ ਵੀ ਸੰਪਰਕ ਕਰਕੇ ਕਿਸੇ ਨੂੰ ਕਲਾਸ ਚਾਹੀਦੀ ਹੋਵੇ, ਕਿਸੇ ਨੂੰ ਸਿੱਖ ਇਤਿਹਾਸ ਦੀ ਕੋਈ ਕਿਤਾਬ ਚਾਹੀਦੀ ਹੋਵੇ, ਅਸੀਂ PTN 24 ਵੱਲੋਂ, ਕਿਉਂਕਿ ਸਾਡੇ ਕੋਲ ਸਾਡੀ ਟੀਮ ਹੈ, ਸਾਡੇ CEO ਸਾਹਿਬ ਜਿਹੜੇ ਨੇ ਉਹ ਬਿਮਾਰੀ ਨਾਲ ਜੂਝ ਰਹੇ ਨੇ, ਉਹਨਾਂ ਲਈ ਵੀ ਅਰਦਾਸ ਕਰਨੀ ਹੈ, ਸਰਦਾਰ ਸੁਖਵਿੰਦਰ ਸਿੰਘ ਜੀ ਚੰਦੀ ਹੋਣਾ ਲਈ ਵੀ, ਤੇ ਇਹ ਕਿਤਾਬਾਂ ਜਿਹੜਾ ਮੇਰਾ ਫੋਨ ਨੰਬਰ 6478
9038 है। ਇਸ ਫੋਨ ਤੇ ਕੋਈ ਵੀ ਸੰਪਰਕ ਕਰਕੇ ਕਿਤਾਬਾਂ ਪੀਡੀਐਫ ਪ੍ਰਾਪਤ ਕਰ ਸਕਦਾ ਜੀ। ਬਿਲਕੁਲ ਜੀ, ਬਿਲਕੁਲ ਜੀ ਭਾਈ ਸਾਹਿਬ ਦਾ ਨੰਬਰ 6478549038 647-5493-9098 ਨੰਬਰ ਹੈ ਜੀ। ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਨੇ ਕਾਫੀ ਜਿਹੜਾ ਸਿੱਖ ਇਤਿਹਾਸ ਸਾਂਭਿਆ ਹੋਇਆ ਜੀ। ਆਉਣ ਵਾਲੀ ਜਿਹੜੀ ਇਹ ਪਨੀਰੀ ਹੋਣ ਵਾਲੀ ਹੈ, ਕਿਉਂਕਿ ਅੱਜ ਕੱਲ੍ਹ ਗੂਗਲ ਤੇ ਸੋਸ਼ਲ ਮੀਡੀਆ ਤੇ ਜੁੜੇ ਆ, ਸੋ ਇਹਨਾਂ ਨੇ ਉਹਨੂੰ ਸਾਰਾ ਪੀਡੀਐਫ ਦੇ ਵਿੱਚ ਤਬਦੀਲ ਕਰਕੇ ਕਾਫੀ ਕੁਛ ਜਿਹੜਾ ਇੱਕ ਬੁੱਕ ਬਣਾ ਕੇ ਕਹਿ ਲਓ ਵੀ ਤੁਹਾਨੂੰ ਕਿਤੇ ਵੀ ਚਾਹੀਦੀ ਹੋਵੇ ਤੁਸੀਂ ਪੜ੍ਹਨਾ ਚਾਹੁੰਦੇ ਭਾਈ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ। ਸੋ ਮੇਰੀ ਫਿਰ ਬੇਨਤੀ ਆ ਜੀ, RSS ਦੀ ਪੰਥ ਦੁਖੀਆਂ ਦੀ ਪੂਰੀ ਕੋਸ਼ਿਸ਼ ਹੈ, ਇਹ ਸਾਡੇ ਚੰਗੇ ਭਾਗ ਨੇ ਕਿ ਧੰਨ ਧੰਨ ਗੁਰੂ ਸਾਹਿਬ ਜੀ ਦੇ ਹੱਥ ਲਿਖਤ ਸਾਡੇ ਕੋਲ, ਜਿਹਨੂੰ ਜਿਹ ਤੋਂ ਅਸੀਂ ਸਹਿਜ ਲੈਂਦੇ ਹਾਂ, ਆਦਿ ਗੁਰੂ ਗ੍ਰੰਥ ਸਾਹਿਬ ਜੀ ਹੱਥ ਲਿਖਤ ਨੇ, ਤਾਂ ਕਿ ਉਹਦੇ 'ਚ ਰਲਗੱਡ ਨਹੀਂ ਹੋ ਸਕਦੀ। ਅਤੇ ਇਸੇ ਤਹਿਤ ਹੀ ਪੁਰਾਣੇ ਸਰੂਪਾਂ ਨੂੰ ਜਿਹੜਾ ਇਤਿਹਾਸ ਵਿੱਚੋਂ ਖਤਮ ਕੀਤਾ ਜਾ ਰਿਹਾ। ਸੋ ਤਾਂ ਹੀ ਬੇਨਤੀ ਮੈਂ ਕਰਦਾ ਵੀ ਜਿਹਦੇ ਕੋਲ ਵੀ ਪੁਰਾਣਾ ਸਰੂਪ ਹੈ ਉਹਦੀ ਸੇਵਾ ਸੰਭਾਲ ਕਰੋ, ਪਰ ਉਹਦਾ ਸੰਸਕਾਰ ਨਾ ਕਰੋ, ਕਿਉਂਕਿ ਅਸੀਂ ਆਪਣਾ ਇਤਿਹਾਸ ਬਚਾਉਣਾ। ਕਿਉਂਕਿ ਜਿਹੜੇ ਇਹ ਲੋਕ ਨੇ ਇਹਨਾਂ ਕੋਲ ਇਤਿਹਾਸ ਆ, ਇਤਿਹਾਸ ਹੈ ਨਹੀਂ ਗਾ। ਬਹੁਤ ਚਿਰ ਬਾਅਦਾਂ ਜਿਹੜੇ ਇਤਿਹਾਸ ਇਹ ਦੱਸਦੇ ਆ ਲਿਖੇ ਗਏ ਆ, ਮੌਜੂਦਾ ਕਿਸੇ ਵੀ ਪੀਰ ਪੈਗੰਬਰ ਦਾ ਨਹੀਂ ਲਿਖਿਆ। ਇਹ ਇੱਕ ਸਾਡੀ ਸਿੱਖ ਕੌਮ ਦੀ ਹੈਗੀ ਆ ਮਾਣ ਮੱਤਾ ਇਤਿਹਾਸ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ। ਅਤੇ ਜਿਹੜਾ ਵੀ ਆਪਾਂ ਜਦੋਂ ਵੀ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ, ਉਹ ਗੁਰੂ ਸਾਹਿਬ ਸਾਨੂੰ ਉਹ 'ਚ ਸਾਕਸ਼ਾਤ ਦਿੰਦੇ ਆ, ਕਿਉਂਕਿ ਉਹਨਾਂ ਦੀ ਹੱਥ ਲਿਖਤ ਹੈ, ਹੱਥ ਨਾਲ ਲਿਖਿਆ ਹੋਇਆ। ਅਤੇ ਜਿਵੇਂ ਪੰਜਵੇਂ ਪਾਤਸ਼ਾਹ ਨੇ ਉਹ ਪ੍ਰਕਾਸ਼ ਕਰ ਦਿੱਤਾ ਸੀ ਆਦਿ ਗ੍ਰੰਥ ਦਾ ਦਰਬਾਰ ਸਾਹਿਬ ਦੇ ਵਿੱਚ, ਅਤੇ ਉਹ ਤੋਂ ਬਾਅਦ ਦੇ ਵਿੱਚ ਜਦੋਂ ਸਾਬੋ ਕੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੁਬਾਰੇ ਬੀੜ ਦੀ ਸਪੂਰਨਤਾ ਕੀਤੀ ਆ, ਅਤੇ ਉਹਨਾਂ ਨੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਆ। ਅਤੇ ਇੱਥੇ ਹੋਰ ਵੀ ਸਵਾਲ ਮੋ ਖੜ੍ਹੇ ਹੁੰਦੇ ਆ, ਉਹ ਆਉਣ ਵਾਲੇ ਸਮੇਂ ਭਾਈ ਜੀ ਨਾਲ ਸਾਂਝੇ ਕਰਾਂਗੇ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਟਾਈਮ ਦੇਣ ਲਈ। ਇੱਕ ਵਾਰੀ ਫਿਰ ਆਪਾਂ ਦੋਵਾਂ ਮਿਲ ਕੇ ਧੰਨਵਾਦ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰੀਏ, ਤੇ ਅਰਦਾਸ ਕਰੀਏ ਕਿ ਸਿੱਖ ਕੌਮ ਜਿਹੜੀ ਉਹ ਸਿੱਖ ਇਤਿਹਾਸ ਤੋਂ ਸਿੱਧ ਲਵੇ ਤੇ ਗੁਰਬਾਣੀ ਦੇ ਨਾਲ ਜੁੜੇ। ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਸਾਹਿਬ ਚੜ੍ਹਦੀਆਂ ਕਲਾ ਬਖਸ਼ਣ ਜੀ, ਦਾਸ ਨੇ ਗਲਤੀਆਂ ਬੜੀਆਂ ਕੀਤੀਆਂ ਹੋਣੀਆਂ, ਸਾਧ ਸੰਗਤ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਣ ਯੋਗ ਨੇ ਜੀ ਬਖਸ਼ ਲੈਣਾ, ਇੰਨੀ ਕੁ ਹਾਜ਼ਰੀ ਜਿਹੜੀ ਅੱਜ ਦੀ ਪ੍ਰਵਾਨ ਕਰਿਓ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰੋਤਿਓ, ਇਹ ਸਨ ਭਾਈ ਸਾਹਿਬ ਸੋਹਣ ਸਿੰਘ ਜੀ ਖਾਲਸਾ, ਜਿਹਨਾਂ ਨੇ ਧੰਨ ਧੰਨ ਸ੍ਰੀ ਅਜੇ ਜੀ ਦੀ ਸ਼ਹੀਦੀ ਦੇ ਬਾਬਤ ਇਤਿਹਾਸ ਦੇ ਵਿੱਚੋਂ ਪੜ੍ਹ ਕੇ ਜਿਹੜਾ ਤੁਹਾਨੂੰ ਬੜੀ ਡਿਟੇਲ ਦੇ ਨਾਲ ਦੱਸਿਆ, ਅਤੇ ਜਿਹੜਾ ਇਤਿਹਾਸ ਸਾਡੇ ਇਤਿਹਾਸ ਦੇ ਵਿੱਚ ਵਾਲਿਆ ਜਾ ਰਿਹਾ ਉਹਦੇ ਤੋਂ ਵੀ ਸੁਚੇਤ ਕੀਤਾ ਆ। ਸੋ ਸਾਨੂੰ ਵੱਧ ਤੋਂ ਵੱਧ ਆਪਣੀਆਂ ਜਿਹੜੀਆਂ ਬੁੱਕਾਂ ਪੁਰਾਣੇ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ, ਚਾਹੇ ਕਿਸੇ ਹੋਰ ਧਰਮ ਵੱਲੋਂ ਕਿਸੇ ਜਾਤੀ ਵੱਲੋਂ ਲਿਖੀਆਂ, ਸਾਰਿਆਂ ਨੂੰ ਸਾਨੂੰ ਸਾਂਭ ਕੇ ਰੱਖਣਾ ਚਾਹੀਦਾ, ਪੜ੍ਹਨਾ ਜ਼ਰੂਰ ਚਾਹੀਦਾ ਇਤਿਹਾਸ, ਤਾਂ ਕਿ ਆਉਣ ਵਾਲੇ ਸਮੇਂ 'ਚ ਪੀੜ੍ਹੀ ਦਰ ਪੀੜ੍ਹੀ ਸਾਡੀ ਜਿਹੜਾ ਇਤਿਹਾਸ ਅਤੇ ਸਾਡਾ ਧਰਮ ਆ ਇਵੇਂ ਹੀ ਚੱਲਦਾ ਰਹੇ। ਸੋ ਅਸੀਂ ਫਿਰ ਅਰਦਾਸ ਕਰਦੇ ਜੀ, ਜਿਵੇਂ ਧੰਨ ਧੰਨ ਗੁਰੂ ਅਰਜਨ ਜੀ ਸ਼ਾਂਤੀ ਨਾਲ ਤੱਤੀ ਤਵੀ 'ਤੇ ਬੈਠੇ ਰਹਿ, ਦੇਗ 'ਚ ਵੀ ਵਾਲੇ ਗਏ। ਸੋ ਇਸੇ ਤਰ੍ਹਾਂ ਅੱਜ ਸਾਡੇ ਵੀਰ ਛੋਟੇ ਸੁਖਵੰਤ ਸਿੰਘ ਚੰਦੀ ਬਿਮਾਰੀ ਦੇ ਨਾਲ ਜੂਝ ਰਹੇ ਆ, ਅਸੀਂ ਕਿਰਪਾ ਕਰਦੇ ਅਰਦਾਸ ਕਰਦੇ ਹਾਂ ਪਰਮਾਤਮਾ ਧੰਨ ਧੰਨ ਗੁਰੂ ਅਰਜਨ ਦੀ ਬਖਸ਼ਿਸ਼ ਕਰਨ, ਅੱਜ ਦੇ ਦਿਨ ਅਸੀਂ ਉਹਨਾਂ ਦਾ ਦਿਹਾੜਾ ਮਨਾ ਰਹੇ ਹਾਂ, ਬੱਚੇ 'ਤੇ ਮਿਹਰ ਭਰਤ ਰੱਖਣ, ਉਹਨਾਂ ਨੂੰ ਵੀ ਐਨ ਜਿਹੜੀ ਬਿਮਾਰੀ ਆ ਖਾਤਮ ਕਰ ਦੇਣ ਬਿਲਕੁਲ, ਅਤੇ ਉਹ ਵੀ ਠੀਕ ਠਾਕ ਹੋ ਕੇ ਚੜ੍ਹਦੀ ਕਲਾ ਨਾਲ ਪਰਿਵਾਰ ਦੇ ਵਿੱਚ ਆਉਣ, ਤਾਂ ਕਿ ਅਸੀਂ ਜਿਹੜਾ ਪ੍ਰੋਗਰਾਮ ਨੂੰ ਹੋਰ ਅੱਗੇ ਤੋਂ ਵਧਾਈਏ। ਸੋ ਸਾਰੀ ਲਕਾਈ ਦਾ ਪਰਮਾਤਮਾ ਭਲਾ ਕਰੇ ਜੀ, ਸਾਡੇ ਸਮਾਪਤੀ ਦੀ ਸਮੇਂ ਦੀ ਇੱਥੇ ਸਮਾਪਤੀ ਹੈ ਜੀ। ਕੱਲ੍ਹ ਨੂੰ ਫਿਰ ਇਸ ਸਮੇਂ 9 ਤੋਂ 11 ਮਿਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।